ਪਹਿਲਾਂ ਆਪ ਜੀ ਨੂੰ ਸਿੱਖ ਸੈਂਟਰ ਦੀ ਤਰਫੋਂ ਸੈਂਟਰਲ ਸਿੱਖ ਗੁਰਦੁਆਰਾ ਬੋਰਡ ਦੀ ਤਰਫੋਂ ਅੱਜ ਦੀ ਇਸ ਟੋਕ ਦੇ ਲਈ ਆਉਣ 'ਤੇ ਜੀ ਆਇਆਂ ਨੂੰ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ। ਆਓ ਪਹਿਲਾਂ ਸਭ ਤੋਂ ਪਹਿਲਾਂ ਗੁਰੂ ਪਾਤਸ਼ਾਹ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਪਾਈਏ ਅਤੇ ਫਿਰ ਅੱਜ ਦੀ ਇਸ ਵਿਚਾਰ ਚਰਚਾ ਨੂੰ ਸ਼ੁਰੂ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜਿਸ ਸਿੱਖੀ ਦੇ ਸੈਕਟ ਬਾਰੇ, ਉਦਾਸੀ ਸਿੱਖਾਂ ਬਾਰੇ ਗੱਲਬਾਤ ਕਰਨ ਜਾ ਰਹੇ ਹਾਂ, ਸਿੱਖਾਂ ਦੇ ਮਨ ਦੇ ਵਿੱਚ ਜਿਹੜੇ ਇਸ ਸੰਸਥਾ ਦੇ ਫਾਊਂਡਰ ਸਨ ਉਦਾਸੀ ਸਿੱਖਾਂ ਦੇ, ਬਾਬਾ ਸ਼੍ਰੀ ਚੰਦ ਬਾਰੇ ਦੋ ਤਰ੍ਹਾਂ ਦੀ ਵਿਚਾਰਧਾਰਾ ਮੁੱਖ ਤੌਰ 'ਤੇ ਮਿਲਦੀ ਹੈ। ਇੱਕ ਪਾਸੇ ਉਹ ਸਿੱਖ ਨੇ ਜਿਹੜੇ ਬਾਬਾ ਸ਼੍ਰੀ ਚੰਦ ਲਈ ਬਿਲਕੁਲ ਸਤਿਕਾਰ ਵਾਲੀ ਸ਼ਬਦਾਵਲੀ ਨਹੀਂ ਵਰਤਦੇ, ਈਵਨ ਕਿ ਪਿੱਛੇ ਵੀ ਸਿੰਗਾਪੁਰ ਦੇ ਵਿੱਚ ਹਜੇ ਵੀ ਦੀਵਾਨ ਚੱਲਦੇ ਨੇ, ਉਹਨਾਂ ਦੀਵਾਨਾਂ ਦੇ ਵਿੱਚ ਵੀ ਬਾਬਾ ਸ਼੍ਰੀ ਚੰਦ ਦੇ ਲਈ ਕੋਈ ਸਤਿਕਾਰ ਵਾਲੀ ਜਿਹੜੀ ਸ਼ਬਦਾਵਲੀ ਸੀ ਜਿਹੜੇ ਪ੍ਰਚਾਰ ਕਰ ਰਹੇ ਸੀ ਉਹਨਾਂ ਨੇ ਨਹੀਂ ਵਰਤੀ। ਅਤੇ ਦੂਸਰੇ ਪਾਸੇ ਉਹ ਸਿੱਖ ਨੇ ਜਿਹੜੇ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਸ਼ਰਧਾ ਰੱਖਦੇ ਨੇ, ਗੁਰੂ ਪਾਤਸ਼ਾਹ ਦੇ ਪੁੱਤਰ ਹੋਣ ਕਰਕੇ ਉਹਨਾਂ ਨੂੰ ਬਹੁਤ ਸਤਿਕਾਰ ਦਿੰਦੇ ਨੇ। ਅੱਜ ਦੀ ਇਸ ਵਿਚਾਰ ਚਰਚਾ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੋ ਤੁਹਾਡੇ ਮਨ ਦੀ ਭਾਵਨਾ ਆ ਬਾਬਾ ਸ਼੍ਰੀ ਚੰਦ ਪ੍ਰਤੀ, ਉਹ ਕਿਸ ਤਰ੍ਹਾਂ ਦੀ ਆ, ਮੈਂ ਥੋੜ੍ਹਾ ਉਹਦੇ ਬਾਰੇ ਜਾਣਨਾ ਚਾਹਾਂਗਾ ਕਿ ਤੁਸੀਂ ਉਹਨਾਂ ਬਾਰੇ ਇਤਿਹਾਸ ਦੇ ਵਿੱਚ ਕੁਝ ਸਾਖੀਆਂ ਸੁਣੀਆਂ, ਕਿ ਤੁਸੀਂ ਉਹਨਾਂ ਦੇ ਪੱਖ ਵਿੱਚ ਖੜਨ ਵਾਲਿਆਂ 'ਚੋਂ ਕਿ ਜਾਂ ਜਿਹੜੇ ਉਹਨਾਂ ਦੇ ਵਿਰੋਧ ਵਿੱਚ ਖੜਦੇ ਨੇ ਤੁਸੀਂ ਉਹਨਾਂ ਦੇ ਵਿੱਚੋਂ। ਅਤੇ ਬਿਲਕੁਲ ਕੋਈ ਇੱਥੇ ਝਗੜਨ ਵਾਲੀ ਗੱਲ ਨਹੀਂ ਹੈਗੀ, ਜੋ ਤੁਹਾਡੇ ਮਨ ਦੇ ਵਿੱਚ ਉਹਨਾਂ ਪ੍ਰਤੀ ਧਾਰਨਾ ਬਣ ਚੁੱਕੀ ਆ, ਪਲੀਜ਼ ਉਹਨੂੰ ਜ਼ਰੂਰ ਸ਼ੇਅਰ ਕਰਨਾ। ਨਿਊਟਰਲ ਓਕੇ, ਹਾਂਜੀ ਭੈਣ ਜੀ, ਨਿਊਟਰਲ, ਕੋਈ ਹੱਕ ਦੇ ਵਿੱਚ ਹੋਏ, ਕੋਈ ਵਿਰੋਧ ਦੇ ਵਿੱਚ ਹੋਏ। ਅਤੇ ਅੱਜ ਦੇ ਇਸ ਲੈਕਚਰ ਦੇ ਵਿੱਚ ਜਿਹੜਾ ਅੱਜ ਦਾ ਸਾਡੇ ਲੈਕਚਰ ਦਾ ਓਵਰਵਿਊ ਆ, ਕਿ ਸਭ ਤੋਂ ਪਹਿਲਾਂ ਅਸੀਂ ਉਦਾਸੀ ਮਤ ਬਾਰੇ, ਉਦਾਸੀ ਸੰਪਰਦਾ ਬਾਰੇ, ਬਾਬਾ ਸ਼੍ਰੀ ਚੰਦ ਬਾਰੇ ਜਿਹੜੀਆਂ ਮਿਸਕਨਸੈਪਸ਼ਨ ਨੇ, ਜਿਹੜੇ ਉਹ ਸਿੱਖ ਜਿਹੜੇ ਉਹਨਾਂ ਦੇ ਵਿਰੋਧ ਵਿੱਚ ਨੇ, ਜਿਹੜੇ ਉਹਨਾਂ ਨੂੰ ਸਤਿਕਾਰ ਨਹੀਂ ਦਿੰਦੇ, ਉਹਨਾਂ ਬਾਰੇ ਗੱਲਾਂ ਬਾਤਾਂ ਕਰਾਂਗੇ, ਕਿਉਂਕਿ ਉਹਦੇ ਪਿੱਛੇ ਕਿਹੜੀ ਵਿਚਾਰਧਾਰਾ ਕੰਮ ਕਰ ਰਹੀ ਆ ਜਦੋਂ ਉਹ ਬਾਬਾ ਸ਼੍ਰੀ ਚੰਦ ਨੂੰ ਪੂਰਨ ਜਿਹੜਾ ਸਤਿਕਾਰ ਆ ਨਹੀਂ ਦਿੰਦੇ। ਉਸ ਤੋਂ ਬਾਅਦ ਉਹਨਾਂ ਦੇ ਜੀਵਨ ਬਾਰੇ, ਇਹਨਾਂ ਉਦਾਸੀ ਸਿੱਖਾਂ ਨੇ ਸਿੱਖ ਇਤਿਹਾਸ ਦੇ ਵਿੱਚ 18ਵੀਂ ਸਦੀ ਦੇ ਵਿੱਚ, 19ਵੀਂ ਸਦੀ ਦੇ ਵਿੱਚ, ਜਦੋਂ ਇੱਕ ਬਹੁਤ ਵਿਖੜਾ ਸਮਾਂ ਸੀ ਸਿੱਖੀ ਦੇ ਉੱਤੇ, ਉਦੋਂ ਸਿੱਖੀ ਦਾ ਪ੍ਰਚਾਰ ਕਿਸ ਤਰ੍ਹਾਂ ਕੀਤਾ, ਕਿੰਨਾ ਸਾਧਨਾਂ ਦੇ ਥਰੂ ਕੀਤਾ, ਕਿਹੜੀ ਕਿਹੜੀ ਹੱਦ ਤੱਕ ਇਹਨਾਂ ਨੇ ਗੁਰੂ ਨਾਨਕ ਪਾਤਸ਼ਾਹ ਦੇ ਸੰਦੇਸ਼ ਨੂੰ ਪਹੁੰਚਾਇਆ, ਅਤੇ ਆਖਰ 20ਵੀਂ ਸਦੀ ਦੇ ਸ਼ੁਰੂ ਦੇ ਵਿੱਚ ਜਦੋਂ ਅਕਾਲੀ ਲਹਿਰ ਸ਼ੁਰੂ ਹੋਈ, ਫਿਰ ਇਹਨਾਂ ਦਾ ਡਾਊਨਫਾਲ ਸ਼ੁਰੂ ਹੁੰਦਾ, ਉਹਦੇ ਕਾਰਨ ਕੀ ਸੀ। ਅਤੇ ਲਾਸਟ ਦੇ ਉੱਤੇ ਫਿਰ ਅਸੀਂ ਵਿਚਾਰ ਚਰਚਾ ਕਰਾਂਗੇ ਕਿ ਅੱਜ ਵੀ ਇਹ ਸਾਡਾ ਅੰਗ ਨੇ ਕਿ ਜਾਂ ਅਸੀਂ ਇਹਨਾਂ ਨੂੰ ਆਪਣੇ ਤੋਂ ਦੂਰ ਰੱਖਣਾ। ਸਭ ਤੋਂ ਪਹਿਲਾਂ ਉਹ ਸਿੱਖ ਜਿਹੜੇ ਬਾਬਾ ਸ਼੍ਰੀ ਚੰਦ ਬਾਰੇ ਸਤਿਕਾਰਯੋਗ ਸ਼ਬਦਾਵਲੀ ਨਹੀਂ ਵਰਤਦੇ, ਉਹਨਾਂ ਦਾ ਆਧਾਰ ਕੀ ਆ? ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਭਾਈ ਸੱਤਾ ਅਤੇ ਬਲਵੰਡ ਉਹਨਾਂ ਦੀ ਬਾਣੀ ਦਰਜ ਹੈ ਜੀ। ਭਾਈ ਸੱਤਾ ਅਤੇ ਬਲਵੰਡ ਬਾਰੇ ਇੱਕ ਸਾਖੀ ਆਉਂਦੀ ਆ ਕਿ ਇੱਕ ਦਫ਼ਾ ਇਹਨਾਂ ਦੋਨਾਂ ਸਿੱਖਾਂ ਨੂੰ ਆਪਣੇ ਕੀਰਤਨ ਦੇ ਉੱਤੇ ਇੰਨਾ ਹੰਕਾਰ ਹੋ ਗਿਆ ਸੀ ਕਿ ਇਹਨਾਂ ਨੇ ਸੰਗਤ ਦੇ ਵਿੱਚ ਇਹ ਕਹਿਣਾ ਸ਼ੁਰੂ ਕਰਤਾ ਸੀ ਕਿ ਜਿਹੜੀ ਗੁਰੂ ਘਰ ਦੀ ਪ੍ਰਭੂ ਸੱਤਾ ਆ, ਗੁਰੂ ਘਰ ਦਾ ਪ੍ਰਚਾਰ ਹੋ ਰਿਹਾ, ਉਸ ਦੇ ਪਿੱਛੇ ਸਾਡੇ ਕੀਰਤਨ ਦੀ ਮਹਾਨਤਾ ਆ, ਕਹਿਣ ਤੋਂ ਭਾਵ ਕਿ ਗੁਰੂ ਪਾਤਸ਼ਾਹ ਦੇ ਸੰਦੇਸ਼ ਵਿੱਚ ਉਨੀ ਰੂਹਾਨੀਅਤ ਤਾਕਤ ਨਹੀਂ ਜਿੰਨੀ ਸਾਡੇ ਕੀਰਤਨ ਦੇ ਵਿੱਚ ਆ, ਜਿਸ ਕਰਕੇ ਜਿਹੜਾ ਗੁਰੂ ਨਾਨਕ ਦੇ ਘਰ ਦਾ ਪ੍ਰਚਾਰ ਆ ਸਾਡੇ ਕੀਰਤਨ ਦੇ ਥਰੂ ਹੋ ਰਿਹਾ। ਜਦੋਂ ਇਸ ਗੱਲ ਦਾ ਪਾਤਸ਼ਾਹ ਗੁਰੂ ਅਰਜਨ ਦੇ ਪਾਤਸ਼ਾਹ ਨੂੰ ਇਸ ਗੱਲ ਦਾ ਪਤਾ ਲੱਗਦਾ ਤਾਂ ਉਹਨਾਂ ਨੂੰ, ਇਹਨਾਂ ਦੋਵਾਂ ਸਿੱਖਾਂ ਨੂੰ ਉਹ ਪੰਥ ਦੇ ਵਿੱਚੋਂ ਛੇਕ ਦਿੰਦੇ ਨੇ। ਅਤੇ ਭਾਈ ਲੱਦਾ ਜੀ ਦੇ ਕਹਿਣ ਦੇ ਉੱਤੇ ਫਿਰ ਇਹ ਮਾਫ਼ੀ ਮੰਗਦੇ ਨੇ। ਤੁਸੀਂ ਤਸਵੀਰ 'ਚ ਦੇਖ ਸਕਦੇ ਹੋ ਕਿ ਗੁਰੂ ਅਰਜਨ ਦੇ ਪਾਤਸ਼ਾਹ ਦੇ ਚਰਨਾਂ ਦੇ ਉੱਤੇ ਸੀਸ ਨਿਵਾ ਕੇ ਆਪਣੀ ਭੁੱਲ ਬਖਸ਼ਾ ਰਹੇ ਨੇ। ਇਹਨਾਂ ਦੋਨਾਂ ਗੁਰਸਿੱਖਾਂ ਨੇ ਰਾਮਕਲੀ ਕੀ ਵਾਰ ਲਿਖੀ ਸੀ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ। ਉਸ ਵਾਰ ਦੇ ਵਿੱਚ ਭਾਈ ਸਾਹਿਬ ਲਿਖਦੇ ਨੇ, ਪੁੱਤਰੀ ਕੌਲ ਨਾ ਪਾਲਿਓ ਕਰ ਪੀਰੋ ਕੰਨ ਮੁਰੱਟੀਏ, ਕਿ ਜਿਹੜੇ ਗੁਰੂ ਨਾਨਕ ਪਾਤਸ਼ਾਹ ਦੇ ਪੁੱਤਰ ਸਨ ਉਹਨਾਂ ਨੇ ਆਪਣੇ ਪਿਤਾ ਦਾ ਕਹਿਣਾ ਨਹੀਂ ਮੰਨਿਆ, ਪਹਿਲੀ ਗੱਲ। ਫਿਰ ਭਾਈ ਗੁਰਦਾਸ ਜੀ ਅੱਗੇ ਜਾ ਕੇ ਗੱਲ ਕਰਦੇ ਨੇ, ਉਲਟੀ ਗੰਗ ਵਹਾਇਨ ਗੁਰੂ ਅੰਗਦ ਸਿਰ ਉੱਪਰ ਧਾਰਾ, ਪੁੱਤਰੀ ਕੌਲ ਨਾ ਪਾਲਿਆ ਮਨ ਖੋਟੇ ਆਕੀਨ ਸਿਆਰਾ, ਕਿ ਜਦੋਂ ਗੁਰੂ ਅੰਗ ਨਾਨਕ ਪਾਤਸ਼ਾਹ ਨੇ ਭਾਈ ਲਹਿਣਾ ਜੀ ਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕੀਤਾ, ਉਲਟੀ ਗੰਗ ਵਹਾਉਣੀ ਕਹਿਣ ਤੋਂ ਭਾਵ ਜੋ ਉਸ ਟਾਈਮ ਦੀਆਂ ਪ੍ਰਚਲਿਤ ਮਰਿਆਦਾਵਾਂ ਸਨ ਉਹਨਾਂ ਦੇ ਬਿਲਕੁਲ ਓਪੋਜ਼ਿਟ ਜਾ ਕੇ ਇੱਕ ਬੜਾ ਚੈਲੰਜ ਵਾਲਾ ਕੰਮ ਕੀਤਾ ਸੀ। ਇਹ ਮਤਲਬ ਸਾਰੀ ਗੁਰਬਾਣੀ ਦੇ ਵਿੱਚ, ਭਾਈ ਗੁਰਦਾਸ ਦੀਆਂ ਵਾਰਾਂ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਆ ਰਹੀਆਂ ਨੇ। ਤੁਹਾਡੇ ਨਾਲ ਮੈਂ ਤਾਂ ਸਾਂਝੀਆਂ ਕਰ ਰਿਹਾ ਕਿਉਂਕਿ ਇਸ ਇਹਨਾਂ ਨੂੰ ਆਪਾਂ ਅੰਡਰਸਟੈਂਡ ਕਿਸ ਤਰ੍ਹਾਂ ਕਰਨਾ ਹੈ।
ਇਸ ਤੋਂ ਬਾਅਦ ਭਾਈ ਸੱਤਾ ਤੇ ਬਲਵੰਡ ਆਪਣੀ ਵਾਰ ਦੇ ਵਿੱਚ ਅੱਗੇ ਜਾ ਕੇ ਲਿਖਦੇ ਨੇ, ਸਿੱਖਾਂ ਪੁੱਤਰਾਂ ਘੋਕ ਕਹਿ ਸਭ ਉਮਤ ਵੇਖਿਓ ਜੇ ਕਿਉਂ ਜਾਂ ਸੋਧਸ ਤਾਂ ਲਹਿ ਨਾ ਟਿਕਿਆਉਣ, ਕਿ ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਸਿੱਖਾਂ ਦਾ ਆਪਣੇ ਪੁੱਤਰਾਂ ਦਾ ਪੂਰਾ ਪ੍ਰੋਪਰ ਟੈਸਟ ਲੈਣ ਤੋਂ ਬਾਅਦ ਭਾਈ ਲਹਿਣੇ ਨੂੰ ਆਪਣੀ ਗੁਰਿਆਈ ਦੀ ਬਖਸ਼ਿਸ਼ ਕੀਤੀ। ਹੁਣ ਜਿੰਨੀਆਂ ਅਸੀਂ ਗੁਰਬਾਣੀ ਦੀਆਂ ਭਾਈ ਗੁਰਦਾਸ ਜੀ ਦੀਆਂ ਕੋਟਸ ਆਪਾਂ ਪੜ੍ਹੀਆਂ ਨੇ, ਇਹਦੇ ਵਿੱਚੋਂ ਅਰਥ ਕੀ ਨਿਕਲਦਾ ਆ ਕਿ ਉਸ ਟਾਈਮ ਦੇ ਉੱਤੇ ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਭਾਈ ਲਹਿਣਾ ਨੂੰ ਆਪਣਾ ਉੱਤਰਾਧਿਕਾਰੀ ਚੁਣਿਆ ਅਤੇ ਜਿਹੜੇ ਉਹਨਾਂ ਦੇ ਪਰਿਵਾਰਕ ਮੈਂਬਰ ਸਨ ਉਹਨਾਂ ਨੇ ਉਹਨਾਂ ਦੇ ਉਸ ਡਿਸੀਜ਼ਨ ਨੂੰ ਸਵੀਕਾਰ ਨਹੀਂ ਕੀਤਾ, ਕਿਉਂਕਿ ਉਹ ਜਿਹੜੀਆਂ ਸਮਾਜਿਕ ਮਰਿਆਦਾਵਾਂ ਸਨ ਉਹਦੇ ਬਿਲਕੁਲ ਉਲਟ ਜਾ ਕੇ ਸੀ। ਪਰ ਉਹਨਾਂ ਨੇ ਕਿਤੇ ਇਹ ਨਹੀਂ ਲਿਖਿਆ ਕਿ ਉਹ ਜੇ ਆਗੀ ਹੋਏ ਨੇ ਤਾਂ ਸਾਰਾ ਸਮਾਂ ਉਹ ਬਾਗੀ ਹੋਣ ਤੋਂ ਬਾਅਦ ਸਿੱਖੀ ਦੇ ਵਿੱਚ ਇਸ ਤਰ੍ਹਾਂ ਬਾਗੀ ਦੀ ਤਰ੍ਹਾਂ ਜਾਂ ਆਕੀ ਹੋ ਕੇ ਘੁੰਮਦੇ ਫਿਰਦੇ ਰਹੇ ਨੇ। ਇਹ ਇੱਕ ਸਮੇਂ ਦੇ ਪ੍ਰਭਾਵ ਹੇਠ ਪਣਪੀ ਹੋਈ ਉਹਨਾਂ ਦੀ ਰਿਐਕਸ਼ਨ ਸੀ ਕਿ ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਉਹਨਾਂ ਨੂੰ ਉੱਤਰਾਧਿਕਾਰੀ ਨਹੀਂ ਨਿਯੁਕਤ ਕੀਤਾ ਤਾਂ ਉਹਨਾਂ ਨੇ ਅੱਗੋਂ ਕਿਸ ਤਰ੍ਹਾਂ ਰਿਐਕਟ ਕੀਤਾ। ਅਤੇ ਇਸ 'ਤੇ ਸਭ ਤੋਂ ਜਿਹੜੀ ਇੰਪੋਰਟੈਂਟ ਗੱਲ ਆ, ਸਿੱਖਾਂ ਪੁੱਤਰਾਂ ਘੋਕ ਕਹਿ, ਉਹ ਸਿੱਖ ਜਿਹੜੇ ਅੱਜ ਦੇ ਸਾਡੇ ਪ੍ਰਚਾਰਕ ਜਿਹੜੇ ਬਾਬਾ ਸ਼੍ਰੀ ਚੰਦ ਨੂੰ ਮਾੜਾ ਕਹਿੰਦੇ ਨੇ, ਈਵਨ ਕਿ ਇੰਨੀ ਮਾੜੀ ਸ਼ਬਦਾਵਲੀ ਵਰਤੀ ਸੀ ਉਹਨਾਂ ਨੇ, ਤੁਸੀਂ ਯੂਟਿਊਬ 'ਤੇ ਸੁਣ ਸਕਦੇ ਹੋ, ਅਤੇ ਨਲਾਇਕ ਪੁੱਤਰ ਤੱਕ ਕਹਿ ਦਿੱਤਾ। ਹੁਣ ਗੁਰੂ ਨਾਨਕ ਪਾਤਸ਼ਾਹ ਨੇ ਇਕੱਲੇ ਆਪਣੇ ਪੁੱਤਰਾਂ ਨੂੰ ਨਹੀਂ ਪਰਖਿਆ, ਉਹਨਾਂ ਨੇ ਨਾਲ ਗੁਰਸਿੱਖਾਂ ਦਾ ਟੈਸਟ ਵੀ ਲਿਆ ਸੀ। ਜੇ ਅਸੀਂ ਉਹਨਾਂ ਨੂੰ ਨਲਾਇਕ ਕਹਿੰਦੇ ਹਾਂ ਤਾਂ ਉਹ ਗੁਰਸਿੱਖਾਂ ਨੂੰ ਵੀ ਨਾਲ ਦੀ ਨਾਲ ਨਲਾਇਕ ਕਹਿ ਰਹੇ ਹੋਵਾਂਗੇ ਜਿਨ੍ਹਾਂ ਦਾ ਗੁਰੂ ਨਾਨਕ ਪਾਤਸ਼ਾਹ ਉਸ ਸਮੇਂ ਟੈਸਟ ਲੈ ਰਹੇ ਸੀ। ਅਤੇ ਉਸ ਟਾਈਮ ਦੇ ਉੱਤੇ ਗੁਰਸਿੱਖ ਕਿਹੜੇ ਕਿਹੜੇ ਸਨ, ਇਤਿਹਾਸ ਪੜ੍ਹ ਕੇ ਵੇਖ ਲੈਣਾ, ਸਾਖੀਆਂ ਪੜ੍ਹ ਕੇ ਵੇਖ ਲੈਣਾ, ਬਾਬਾ ਬੁੱਢਾ ਜੀ ਵੀ ਉਹਨਾਂ ਦੀ ਲਿਸਟ ਵਿੱਚ ਆ ਜਾਣਗੇ। ਕਹਿਣ ਤੋਂ ਭਾਵ ਕਿ ਜਦੋਂ ਕੋਈ ਸ਼ਬਦ ਵਰਤਣਾ, ਹਰ ਸ਼ਬਦ ਦੀ ਸੈਂਸਿਟੀਵਿਟੀ, ਉਹਦੇ ਅਰਥ ਕੀ ਨੇ ਸਾਨੂੰ ਪਤਾ ਹੋਣਾ ਚਾਹੀਦੇ ਨੇ। ਇੰਨੀਆਂ ਵੱਡੀਆਂ ਮਹਾਨ ਆਤਮਾਵਾਂ ਲਈ ਜਦੋਂ ਅਸੀਂ ਇੰਨੀ ਮਾੜੀ ਸ਼ਬਦਾਵਲੀ ਵਰਤਦੇ ਹਾਂ ਤਾਂ ਸਾਨੂੰ ਸੋਭਦੀਆਂ ਨਹੀਂ। ਇਹ ਪੂਰਾ ਇੱਕ ਪ੍ਰੋਪਰ ਟੈਸਟ ਹੋਣ ਤੋਂ ਬਾਅਦ ਇੱਕ ਨੈਚੁਰਲੀ ਆ ਕਿ ਇਸ ਤੋਂ ਬਾਅਦ ਉਹਨਾਂ ਦੇ ਪਰਿਵਾਰ ਦੇ ਵਿੱਚ ਥੋੜ੍ਹਾ ਕਨਫਲਿਕਟ ਹੁੰਦਾ ਅਤੇ ਬਾਅਦ 'ਚੋਂ ਠੀਕ ਵੀ ਹੋ ਜਾਂਦਾ ਹੈ। ਉਹਦੇ ਬਾਰੇ ਅਸੀਂ ਅੱਗੇ ਜਾ ਕੇ ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲਾਂ ਜਿਹੜੇ ਮੱਤ ਦੇ ਸੰਸਥਾਪਕ ਸੀ ਬਾਬਾ ਸ਼੍ਰੀ ਚੰਦ ਜੀ, ਉਹਨਾਂ ਦੇ ਜੀਵਨ ਬਾਰੇ ਮੈਂ ਤੁਹਾਨੂੰ ਥੋੜ੍ਹਾ ਜਿਹਾ ਦੱਸਣਾ ਚਾਹਾਂਗਾ। ਉਹਨਾਂ ਦਾ ਜਨਮ 1494 ਨੂੰ ਸੁਲਤਾਨਪੁਰ ਲੋਧੀ, ਜਿੱਥੇ ਗੁਰੂ ਨਾਨਕ ਪਾਤਸ਼ਾਹ ਨੇ ਮੋਦੀ ਖਾਨੇ ਵਿੱਚ ਜਿੱਥੇ ਜੌਬ ਕੀਤੀ ਸੀ, ਜਿੱਥੇ ਉਹਨਾਂ ਨੇ ਕਿਰਤ ਕੀਤੀ ਸੀ ਜਾ ਕੇ, ਉਸ ਜਗ੍ਹਾ 'ਤੇ ਹੋਇਆ ਸੀ ਜਿੱਥੇ ਅੱਜ ਗੁਰਦੁਆਰਾ ਗੁਰੂ ਕਾ ਬਾਗ ਸੁਭਾਈਮਾਨ ਹੈ। ਤੁਸੀਂ ਪਿਕਚਰ 'ਚ ਦੇਖ ਸਕਦੇ ਹੋ ਜੀ, ਇਸ ਜਗ੍ਹਾ ਦੇ ਉੱਤੇ ਬਾਬਾ ਸ਼੍ਰੀ ਚੰਦ ਦਾ ਜਿਹੜਾ ਜਨਮ ਹੋਇਆ ਸੀ। ਅਤੇ ਉਹਨਾਂ ਦਾ ਇੱਕ ਦੂਸਰਾ ਭਰਾ ਸੀ ਜਿਸਨੂੰ ਬਾਬਾ ਲਖਮੀ ਚੰਦ ਦੇ ਨਾਮ ਨਾਲ ਇਤਿਹਾਸ ਦੇ ਵਿੱਚ ਯਾਦ ਕੀਤਾ ਜਾਂਦਾ ਆ। ਅਤੇ ਤਕਰੀਬਨ 135 ਸਾਲ ਦੀ ਇੱਕ ਬਹੁਤ ਲੰਬੀ ਉਮਰ ਇਹਨਾਂ ਨੇ ਜੀਉ ਸੀ ਸੰਸਾਰ ਦੇ ਉੱਤੇ, ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਸਮੇਂ ਤੱਕ ਇਹਨਾਂ ਨੇ, ਦੇਖ ਲਓ ਹੁਣ ਤੁਸੀਂ ਕਿੰਨੇ ਗੁਰੂਆਂ ਨੂੰ ਅਤੇ ਕਿੰਨੇ ਗੁਰੂ ਪੁੱਤਰਾਂ ਨੂੰ ਆਪਣੀ ਅੱਖੀਂ ਵੇਖਿਆ ਹੋਏਗਾ। ਅਤੇ ਜਿਹੜਾ ਉਦਾਸੀ ਸਾਹਿਤ ਆ ਉਸਦੇ ਵਿੱਚ ਆਉਂਦਾ ਕਿ ਗੁਰੂ ਨਾਨਕ ਪਾਤਸ਼ਾਹ ਜਦੋਂ ਸੁਲਤਾਨਪੁਰ ਲੋਧੀ ਸੀ ਤਾਂ ਜਦੋਂ ਬਾਬਾ ਸ਼੍ਰੀ ਚੰਦ ਦਾ ਜਨਮ ਹੁੰਦਾ ਆ, ਉਸ ਟਾਈਮ ਦੌਰਾਨ ਬਾਬਾ ਜੀ ਜਦੋਂ ਮੈਡੀਟੇਸ਼ਨ ਕਰਨ ਜਾਂਦੇ ਹੁੰਦੇ ਸੀ, ਆਪਣੀ ਬੰਦਗੀ ਕਰਦੇ ਸੀ, ਅਤੇ ਬਾਬਾ ਸ਼੍ਰੀ ਚੰਦ ਵੀ ਉਹਨਾਂ ਦੇ ਨਾਲ ਉੱਠ ਕੇ ਬੈਠ ਜਾਂਦੇ ਹੁੰਦੇ ਸੀ, ਕਿ ਉਹਨਾਂ ਦੇ ਅੰਦਰ ਜਿਹੜੀ ਅਧਿਆਤਮਕਤਾ ਦੀ ਚਿਣਕ ਸੀ ਉਹ ਗੁਰੂ ਨਾਨਕ ਪਾਤਸ਼ਾਹ ਦੁਆਰਾ ਪਾਈ ਗਈ ਸੀ। ਗੁਰੂ ਨਾਨਕ ਪਾਤਸ਼ਾਹ ਨੇ ਬਾਬਾ ਸ਼੍ਰੀ ਚੰਦ ਦੇ ਅੰਦਰ ਅਧਿਆਤਮਕਤਾ ਬੀਜ ਬੋਝਿਆ ਸੀ। ਅਤੇ ਜਦੋਂ ਗੁਰੂ ਪਾਤਸ਼ਾਹ ਉਦਾਸੀਆਂ 'ਤੇ ਜਾਂਦੇ ਨੇ, ਜਿਸ ਉਦਾਸੀ ਤੋਂ ਬਾਅਦ ਵਾਪਸ ਆਉਂਦੇ ਨੇ, ਇਹ ਉਦਾਸੀ ਸਿੱਖਾਂ ਦੀਆਂ ਜਿਹੜਾ ਸਾਹਿਤ ਆ ਤੁਹਾਨੂੰ ਉਹਦੇ ਵਿੱਚ ਸਾਰੀਆਂ ਚੀਜ਼ਾਂ ਮਿਲ ਜਾਣਗੀਆਂ। ਅਤੇ ਆ ਕੇ ਗੁਰੂ ਪਾਤਸ਼ਾਹ ਫਿਰ ਉਹਨਾਂ ਦੇ ਆਤਮਕਤਾ ਦੀਆਂ ਜਿਹੜੀਆਂ ਗੱਲਾਂ ਨੇ ਉਹ ਸਾਂਝੀਆਂ ਕਰਦੇ ਹੁੰਦੇ ਨੇ। ਅਤੇ ਇਸ ਤੋਂ ਬਾਅਦ ਬਾਬਾ ਸ਼੍ਰੀ ਚੰਦ ਨੇ ਕਹਿੰਦੇ ਆਪਣੀ ਜ਼ਿੰਦਗੀ ਦੇ ਵਿੱਚ, ਜਿਵੇਂ ਗੁਰੂ ਨਾਨਕ ਪਾਤਸ਼ਾਹ ਨੇ ਬੜੀਆਂ ਲੰਬੀਆਂ ਯਾਤਰਾਵਾਂ ਕੀਤੀਆਂ, ਇਹਨਾਂ ਨੇ ਵੀ ਬਹੁਤ ਵੱਡੇ ਏਰੀਏ ਦੇ ਵਿੱਚ ਜਿਹੜੀਆਂ ਸੀ ਆਪਣੀਆਂ ਯਾਤਰਾਵਾਂ ਕੀਤੀਆਂ। ਅਤੇ 135 ਸਾਲ ਦੀ ਉਮਰ ਭੋਗਣ ਤੋਂ ਬਾਅਦ ਵੱਖ ਵੱਖ ਮੱਤ ਨੇ, ਕੁਝ ਕਹਿੰਦੇ ਚੰਬਾ ਜੋ ਹਿਮਾਚਲ ਦੇ ਵਿੱਚ ਸਥਿਤ ਆ ਅਤੇ ਦੂਸਰੇ ਪਾਸੇ ਕੀਰਤਪੁਰ ਸਾਹਿਬ, ਕਹਿੰਦੇ ਇਹਨਾਂ ਦੋਵਾਂ ਥਾਵਾਂ ਦੇ ਉੱਤੇ ਉਹਨਾਂ ਦਾ ਜਿਹੜਾ ਸੀ ਉਹ ਦੇਹਾਂਤ ਹੋਇਆ ਸੀ, ਅਕਾਲ ਚਲਾਉਣਾ ਹੋਇਆ ਸੀ। ਇਸ ਤੋਂ ਬਾਅਦ ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਭਾਈ ਲਹਿਣਾ ਨੂੰ ਆਪਣੀ ਗੁਰਿਆਈ ਦੇ ਕੇ ਗੁਰੂ ਅੰਗਦ ਦੇ ਰੂਪ 'ਚ ਥਾਪਿਆ, ਅਤੇ ਜਿਹੜਾ ਕੰਫਲਿਕਟ ਸ਼ੁਰੂ ਹੋਇਆ ਉਹ ਕੰਫਲਿਕਟ ਖਤਮ ਵੀ ਹੋ ਜਾਂਦਾ ਜਾ ਕੇ ਅੱਗੇ ਜਾ ਕੇ। ਤੁਹਾਨੂੰ ਸਾਰਿਆਂ ਨੂੰ ਸਾਖੀ ਪਤਾ ਹੋਏਗੀ ਕਿ ਇੱਕ ਦਫ਼ਾ ਬਾਬਾ ਸ਼੍ਰੀ ਚੰਦ ਅਤੇ ਗੁਰੂ ਰਾਮਦਾਸ ਜੀ ਪਾਤਸ਼ਾਹ ਦਾ ਮੁਲਾਕਾਤ ਹੁੰਦੀ। ਗੁਰੂ ਰਾਮਦਾਸ ਪਾਤਸ਼ਾਹ ਦਾ ਜਿਹੜਾ ਦਾੜਾ ਸੀ ਉਹ ਕਾਫੀ ਲੰਬਾ ਸੀ, ਅਤੇ ਬਾਬਾ ਸ਼੍ਰੀ ਚੰਦ ਇੱਕ ਗੱਲ ਪੁੱਛਦੇ ਨੇ ਕਿ ਤੁਸੀਂ ਇੰਨਾ ਲੰਬਾ ਦਾੜਾ ਕਿਉਂ ਰੱਖਿਆ ਹੋਇਆ? ਤਾਂ ਗੁਰੂ ਰਾਮਦਾਸ ਦਾਸ ਪਾਤਸ਼ਾਹ ਅਪਲਾਈ ਕਰਦੇ ਨੇ ਕਿ ਤੁਹਾਡੇ ਵਰਗੇ ਮਹਾਂਪੁਰਖਾਂ ਦੇ ਚਰਨ ਸਾਫ਼ ਕਰਨ। ਇਸ ਮਿੱਠੇ ਜਵਾਬ ਦਾ, ਇਸ ਸੁੰਦਰ ਸ਼ਬਦਾਵਲੀ ਦਾ ਬਾਬਾ ਸ਼੍ਰੀ ਚੰਦ ਦੇ ਮਨ 'ਤੇ ਇੰਨਾ ਡੂੰਘਾ ਅਸਰ ਪੈਂਦਾ ਅਤੇ ਉਹ ਕਰੈਕਟ ਕਰਦੇ ਨੇ ਕਿ ਕਹਿੰਦੇ ਇਸ ਨਿਮਰਤਾ ਕਰਕੇ ਹੀ ਜਿਹੜੀ ਗੁਰੂ ਨਾਨਕ ਪਾਤਸ਼ਾਹ ਨੇ ਗੁਰਿਆਈ ਦੀ ਬਖਸ਼ਿਸ਼ ਆ ਤੁਹਾਨੂੰ ਕੀਤੀ ਸੀ।
ਕਹਿਣ ਤੋਂ ਭਾਵ ਕਿ ਜਿਹੜਾ ਉਹਨਾਂ ਦੇ ਮਨ ਦੇ ਵਿੱਚ ਜੇ ਕੋਈ ਮਾੜਾ ਮੋਟੀ ਗੱਲ ਪਈ ਵੀ ਸੀ, ਇਸ ਜਿਹੜਾ ਇੱਕ ਬਹੁਤ ਸੁੰਦਰ ਆਨਸਰ ਸੀ ਗੁਰੂ ਰਾਮਦਾਸ ਪਾਤਸ਼ਾਹ ਦੁਆਰਾ ਦਿੱਤਾ ਗਿਆ, ਉਹਨੇ ਸਾਰਾ ਕੁਛ ਖਤਮ ਕਰਕੇ ਰੱਖਤਾ ਅਤੇ ਬਾਬਾ ਸ਼੍ਰੀ ਚੰਦ ਨੂੰ ਗੁਰੂ ਰਾਮਦਾਸ ਪਾਤਸ਼ਾਹ ਦੇ ਅੱਗੇ ਸੀਸ ਨਿਭਾਉਣਾ ਵੀ ਤੁਸੀਂ ਜੋ ਵੀ ਗੁਰੂ ਨਾਨਕ ਪਾਤਸ਼ਾਹ ਨੇ ਉਦੋਂ ਡਿਸੀਜ਼ਨ ਲਿਆ ਸੀ ਉਹ ਬਿਲਕੁਲ ਸਹੀ ਡਿਸੀਜ਼ਨ ਸੀ, ਤੁਸੀਂ ਬਿਲਕੁਲ ਉਸ ਗੁਰਿਆਈ ਦੇ ਕਾਬਲ ਸੀ, ਤਾਂ ਕਰਕੇ ਤੁਹਾਨੂੰ ਜਿਹੜੀ ਇਹ ਗੁਰਿਆਈ ਦੀ ਬਖਸ਼ਿਸ਼ ਹੋਈ ਹੈ। ਹੁਣ ਸਾਨੂੰ ਇਸ ਸਾਖੀ ਤੋਂ ਇਹ ਵੀ ਸਿੱਖਿਆ ਲੈਣੀ ਚਾਹੀਦੀ ਕਿ ਜਦੋਂ ਸਿੱਖਾਂ ਨੂੰ ਕੋਈ ਵੀ ਪ੍ਰਸ਼ਨ ਕੋਈ ਪੁੱਛੇ ਅਤੇ ਆਨਸਰ ਇਸ ਤਰ੍ਹਾਂ ਦਾ ਹੋਣਾ ਚਾਹੀਦਾ, ਜੇ ਕੋਈ ਸਾਡੇ ਵਿਰੋਧ ਵਿੱਚ ਸਾਡੇ ਕੋਈ ਓਪੋਜਿਟ ਵੀ ਖੜਾ ਆ, ਉਸ ਆਨਸਰ ਨੂੰ ਸੁਣ ਕੇ ਉਹ ਸਾਡੇ ਨਾਲ ਆ ਜਾਏ, ਸਾਡੇ ਵੱਲ ਹੋ ਜਾਏ, ਸਾਡੇ ਜਵਾਬਾਂ ਦੇ ਵਿੱਚ ਇੰਨੀ ਜਿਹੜੀ ਨਿਮਰਤਾ ਅਤੇ ਸ਼ਬਦਾਵਲੀ ਦਾ ਅਸਰ ਹੋਣਾ ਚਾਹੀਦਾ ਹੈ। ਇਸ ਤੋਂ ਅੱਗੇ ਗੁਰੂ ਅਰਜਨ ਦੇ ਪਾਤਸ਼ਾਹ ਬਾਠ ਸਾਹਿਬ ਦੀ ਇੱਕ ਧਰਤੀ ਹੈ, ਇਹ ਪਠਾਨਕੋਟ ਦੇ ਲਾਗੇ ਇੱਕ ਛੋਟਾ ਜਿਹਾ ਪਿੰਡ ਆ ਜਿਸਨੂੰ ਬਾਠ ਸਾਹਿਬ ਕਿਹਾ ਜਾਂਦਾ। ਇਸ ਪਿੰਡ ਦੇ ਵਿੱਚ ਅੰਮ੍ਰਿਤਸਰ ਤੋਂ ਤਕਰੀਬਨ 100 ਕਿਲੋਮੀਟਰ ਦੀ ਦੂਰੀ 'ਤੇ ਹੈ ਜੀ, ਅਤੇ ਬਿਲਕੁਲ ਸ਼ਾਹੀ ਜਿਹੜੀ ਸੜਕ ਜਾਂਦੀ ਨੈਸ਼ਨਲ ਹਾਈਵੇ ਜਿਹੜਾ ਉਸ ਤੋਂ ਤਕਰੀਬਨ ਜਦੋਂ ਅਸੀਂ ਪਠਾਨਕੋਟ ਦੀ ਤਰਫ ਜਾਵਾਂਗੇ ਤਾਂ ਪਠਾਨਕੋਟ ਤੋਂ ਪਹਿਲਾਂ ਇੱਕ ਸਰਨਾ ਸ਼ਹਿਰ ਹੁੰਦਾ, ਸਰਨੇ ਸ਼ਹਿਰ ਤੋਂ ਥੋੜ੍ਹਾ ਕੁ ਪਹਿਲਾਂ 2 ਕਿਲੋਮੀਟਰ ਲੈਫਟ ਹੈਂਡ ਸਾਈਡ ਜਾ ਕੇ ਇਹ ਬਾਠ ਸਾਹਿਬ ਉਹ ਜਗ੍ਹਾ ਆ ਜਿੱਥੇ ਬਾਬਾ ਸ਼੍ਰੀ ਚੰਦ ਨੇ ਆਪਣੀ ਜ਼ਿੰਦਗੀ ਦੇ 62 ਸਾਲ, ਬਾਠ ਮੀਨਸ 62, ਉਹਨਾਂ ਨੇ ਕਹਿੰਦੇ ਇੱਥੇ 62 ਈਅਰਸ ਹੀ ਸਪੈਂਟ ਓਵਰ ਇਨ ਦਿਸ ਵਿਲੇਜ, ਇਸ ਕਰਕੇ ਇਸ ਪਿੰਡ ਨੂੰ ਬਾਠ ਸਾਹਿਬ ਕਹਿੰਦੇ ਨੇ। ਇਸ ਪਿੰਡ ਦੇ ਵਿੱਚ ਜਾ ਕੇ ਗੁਰੂ ਅਰਜਨ ਦੇ ਪਾਤਸ਼ਾਹ ਬਾਬਾ ਸ਼੍ਰੀ ਚੰਦ ਨੂੰ ਮਿਲਦੇ ਨੇ, ਅਤੇ ਜਿੱਥੇ ਜਾ ਕੇ ਕਹਿੰਦੇ ਜਦੋਂ ਪਹਿਲੀ ਵਾਰੀ ਗੁਰੂ ਅਰਜਨ ਦੇ ਪਾਤਸ਼ਾਹ ਮਿਲਣ ਜਾਂਦੇ ਨੇ ਅਤੇ ਉਸ ਟਾਈਮ ਦੇ ਉੱਤੇ ਬਾਬਾ ਸ਼੍ਰੀ ਚੰਦ ਸਮਾਧੀ ਲੀਨ ਸਨ, ਇਸ ਕਰਕੇ ਗੁਰੂ ਜੀ ਨੇ ਉਹਨਾਂ ਨੂੰ ਉਠਾਉਣਾ ਬਿਲਕੁਲ ਵੀ ਉਚਿਤ ਨਹੀਂ ਸਮਝਿਆ ਅਤੇ ਆਪ ਕਹਿੰਦੇ ਬਿਲਕੁਲ ਚੌਂਕੜਾ ਮਾਰ ਕੇ ਆਪ ਵੀ ਬੰਦਗੀ ਵਿੱਚ ਡਿੱਗ ਗਏ। ਜਿੱਥੇ ਗੁਰੂ ਅਰਜਨ ਦੇ ਪਾਤਸ਼ਾਹ ਬੈਠੇ ਸੀ ਉੱਥੇ ਉਹਨਾਂ ਨੇ ਥੰਮ ਸਾਹਿਬ ਬਣਾਇਆ ਹੋਇਆ ਜੀ, ਜਿਹੜਾ ਗੁਰਦੁਆਰਾ ਹੈ, ਅਤੇ ਇਸ ਗੁਰਦੁਆਰੇ ਦੇ ਬਿਲਕੁਲ ਸਾਹਮਣੇ ਜਿਹੜਾ ਆ ਜਿਹੜਾ ਤੁਸੀਂ ਗੁਰਦੁਆਰਾ ਦੇਖ ਰਹੇ ਹੋ ਬਿਲਕੁਲ ਇਹਦੇ ਸਾਹਮਣੇ ਆ, ਇੱਥੇ ਬਾਬਾ ਸ਼੍ਰੀ ਚੰਦ ਦਾ ਡੇਰਾ ਸੀ ਅਤੇ ਇੱਥੇ ਗੁਰੂ ਅਰਜਨ ਦੇ ਪਾਤਸ਼ਾਹ ਦਾ, ਅਤੇ ਇਹਦੇ ਨਾਲ ਕੁਝ ਸਾਖੀਆਂ ਵੀ ਜੁੜੀਆਂ ਹੋਈਆਂ ਨੇ ਕਿ ਜਦੋਂ ਗੁਰੂ ਪਾਤਸ਼ਾਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰ ਰਹੇ ਸੀ, ਬਾਕ ਉਹਦੇ ਬਾਣੀ ਦੇ ਸੰਬੰਧ ਦੇ ਵਿੱਚ ਬਾਬਾ ਸ਼੍ਰੀ ਚੰਦ ਨੂੰ ਮਿਲਣਗੇ, ਬਟ ਆਪਾਂ ਉਸ ਚਰਚਾ ਦੇ ਵਿੱਚ ਨਹੀਂ ਜਾ ਰਹੇ। ਕਹਿਣ ਤੋਂ ਭਾਵ ਕਿ ਗੁਰੂ ਪਾਤਸ਼ਾਹ ਦਾ ਬਾਬਾ ਸ਼੍ਰੀ ਚੰਦ ਜੀ ਦੇ ਨਾਲ ਬੜੇ ਅੱਛੇ ਸੰਬੰਧ ਕਾਇਮ ਹੋ ਚੁੱਕੇ ਸਨ, ਅਤੇ ਜਿਹੜੇ ਵੀ ਗੁਰੂ ਬਣੇ ਬਾਅਦ ਵਿੱਚ, ਭਾਵੇਂ ਗੁਰੂ ਅਮਰਦਾਸ ਰਾਮਦਾਸ ਪਾਤਸ਼ਾਹ, ਅਮਰਦਾਸ ਪਾਤਸ਼ਾਹ, ਗੁਰੂ ਅਰਜਨ ਦੇਵ ਜੀ ਆ, ਜਾਂ ਗੁਰੂ ਹਰਗੋਬਿੰਦ ਪਾਤਸ਼ਾਹ ਆ, ਉਹ ਵੀ ਨਿੱਜੀ ਤੌਰ 'ਤੇ ਬਾਬਾ ਸ਼੍ਰੀ ਚੰਦ ਨੂੰ ਮਿਲਣ ਜਾਂਦੇ ਹੁੰਦੇ ਸੀ। ਇਸ ਤੋਂ ਬਾਅਦ ਜਿਹੜਾ ਉਦਾਸੀਆਂ ਦਾ ਜਿਹੜਾ ਸਿੱਖੀ ਦੇ ਖੇਤਰ ਵਿੱਚ ਪ੍ਰਚਾਰ ਸ਼ੁਰੂ ਹੁੰਦਾ, ਉਹ ਕਦੋਂ ਸ਼ੁਰੂ ਹੁੰਦਾ? ਉਹ ਹੁੰਦਾ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਟਾਈਮ ਦੇ ਵਿੱਚ ਜਾ ਕੇ। ਇਸੇ ਥਾਂ ਦੇ ਉੱਤੇ ਬਾਠ ਸਾਹਿਬ ਉੱਤੇ ਗੁਰੂ ਹਰਗੋਬਿੰਦ ਪਾਤਸ਼ਾਹ ਆਪਣੇ ਸਪੁੱਤਰਾਂ ਦੇ ਨਾਲ, ਬਾਬਾ ਅਟਲ ਰਾਏ, ਅਨੀ ਰਾਏ ਅਤੇ ਬਾਬਾ ਗੁਰਦਿੱਤਾ ਜੀ ਦੇ ਨਾਲ ਆ ਕੇ ਬਾਬਾ ਸ਼੍ਰੀ ਚੰਦ ਨੂੰ ਮਿਲਦੇ ਨੇ। ਵਿਚਾਰ ਚਰਚਾ ਦੇ ਦੌਰਾਨ ਇੱਕ ਗੱਲ ਸਾਹਮਣੇ ਆਉਂਦੀ ਹੈ ਕਿ ਤੁਸੀਂ ਸਿੱਖੀ ਦੇ ਪ੍ਰਚਾਰ ਲਈ, ਬਾਬਾ ਸ਼੍ਰੀ ਚੰਦ ਕਹਿੰਦੇ ਨੇ, ਆਪਣੇ ਕਿਸੇ ਪੁੱਤਰ ਨੂੰ ਸਾਡੀ ਝੋਲੀ ਦੇ ਵਿੱਚ ਪਾਓ। ਉਸ ਟਾਈਮ ਦੇ ਉੱਤੇ ਗੁਰੂ ਹਰਗੋਬਿੰਦ ਪਾਤਸ਼ਾਹ ਆਪਣੇ ਪੁੱਤਰ ਬਾਬਾ ਗੁਰਦਿੱਤਾ ਜੀ ਨੂੰ, ਜਿਹੜੇ ਸਭ ਤੋਂ ਵੱਡੇ ਸਪੁੱਤਰ ਸਨ, ਉਹਨਾਂ ਨੂੰ ਬਾਬਾ ਸ਼੍ਰੀ ਚੰਦ ਦੀ ਝੋਲੀ ਦੇ ਵਿੱਚ ਪਾ ਦਿੰਦੇ ਨੇ। ਇਸ ਪਿਕਚਰ ਦੇ ਵਿੱਚ ਤੁਸੀਂ ਦੇਖ ਰਹੇ ਜਿਹੜੇ ਸਭ ਤੋਂ ਅੱਗੇ ਬੈਠੇ ਨੇ ਬਾਬਾ ਗੁਰਦਿੱਤਾ ਜੀ, ਬੜੀ ਛੋਟੀ ਉਮਰ ਦੇ ਨਜ਼ਰ ਆ ਰਹੇ ਨੇ, ਬਟ ਤਕਰੀਬਨ 16 ਸਾਲ ਦੀ ਉਮਰ ਸੀ, 16 ਈਅਰਸ ਉਹਨਾਂ ਦੀ ਉਸ ਵੇਲੇ ਉਮਰ ਸੀ ਜਦੋਂ ਉਹਨਾਂ ਨੇ, ਗੁਰੂ ਹਰਗੋਬਿੰਦ ਪਾਤਸ਼ਾਹ ਨੇ ਉਹਨਾਂ ਨੂੰ ਬਾਬਾ ਸ਼੍ਰੀ ਚੰਦ ਦੀ ਝੋਲੀ ਦੇ ਵਿੱਚ ਪਾਇਆ। ਅਤੇ ਦੂਸਰੀ ਗੱਲ, ਉਹ ਵਿਆਹੇ ਹੋਏ ਸਨ ਉਸ ਟਾਈਮ ਦੇ ਉੱਤੇ। ਹੁਣ ਸਾਡੇ ਮਨ ਦੇ ਵਿੱਚ ਇੱਕ ਕਨਸੈਪਸ਼ਨ ਆਉਂਦੀ, ਜਿਹੜਾ ਉਦਾਸੀ ਆ ਉਦਾਸੀ ਵਿਆਹ ਨਹੀਂ ਕਰਵਾ ਸਕਦਾ, ਇਸ ਤਰ੍ਹਾਂ ਦੀ ਗੱਲ ਨਹੀਂ ਹੈਗੀ। ਅਤੇ ਬਾਬਾ ਗੁਰਦਿੱਤਾ ਜੀ ਦਾ ਅੱਗੇ ਤੁਹਾਨੂੰ ਪਤਾ ਹੀ ਆ ਵੀ ਗੁਰੂ ਹਰ ਰਾਏ, ਧੀਰ ਮੱਲ ਸਰੀ, ਸਾਰੀ ਉਹਨਾਂ ਦੀ ਵੰਸ਼ ਅਗੋਂਖਰ ਗੁਰੂ ਸਾਹਿਬਾਨ ਦੀ ਵੀ ਚੱਲਦੀ ਆ। ਇਸ ਕਹਿਣ ਤੋਂ ਭਾਵ ਕਿ ਬਾਬਾ ਸ਼੍ਰੀ ਚੰਦ ਨੇ ਇੱਥੇ ਕੋਈ ਕਿੰਤੂ ਪਰੰਤੂ ਨਹੀਂ ਕਹਿੰਦਾ ਕਿ ਇਹ ਵਿਆਹੇ ਹੋਏ ਨੇ, ਸਿੱਖੀ ਮੇਰੀ ਮੱਤ ਵਿੱਚ ਨਹੀਂ ਆ ਸਕਦੇ, ਇਸ ਤਰ੍ਹਾਂ ਨਹੀਂ ਆ। ਉਹਨਾਂ ਨੇ ਉਹਨਾਂ ਨੂੰ ਲੈ ਕੇ ਅਤੇ ਗੁਰੂ ਨਾਨਕ ਪਾਤਸ਼ਾਹ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਕਰਨ ਲਈ ਇੱਕ ਜਿਹੜਾ ਸਭ ਤੋਂ ਵੱਡਾ ਪ੍ਰਚਾਰਕ ਸੀ ਉਹ ਨਿਯੁਕਤ ਕੀਤਾ ਸੀ। ਇਹਨਾਂ ਚੀਜ਼ਾਂ ਨੂੰ ਸਾਨੂੰ ਸਮਝਣ ਦੀ ਲੋੜ ਹੈ ਕਿ ਇਕੱਲੀ ਗੁਰਬਾਣੀ ਦੀ ਜਿਹੜੀਆਂ ਅਸੀਂ ਹੁਣੇ ਤੁਕਾਂ ਸਾਂਝੀਆਂ ਕੀਤੀਆਂ ਸੀ ਤੁਹਾਡੇ ਨਾਲ, ਉਹਨਾਂ ਨੂੰ ਪੜ੍ਹਨ ਤੋਂ ਬਾਅਦ ਕੋਈ ਵੀ ਆਪਣੇ ਮਨ ਦੇ ਵਿੱਚ ਧਾਰਨਾ ਨਹੀਂ ਬਿਠਾਉਣੀ ਚਾਹੀਦੀ ਅਤੇ ਕੋਈ ਵੀ ਜਿਹੜੀ ਮਾੜੀ ਸ਼ਬਦਾਵਲੀ ਆ ਉਹ ਨਹੀਂ ਵਰਤਣੀ ਚਾਹੀਦੀ। ਫਿਰ ਜਦੋਂ ਬਾਬਾ ਗੁਰਦਿੱਤਾ ਜੀ ਬਾਬਾ ਸ਼੍ਰੀ ਚੰਦ ਦੇ ਉਦਾਸੀ ਮੱਤ ਵਿੱਚ, ਉਦਾਸੀ ਸਿੱਖਾਂ ਵਿੱਚ ਆ ਜਾਂਦੇ ਨੇ, ਅਤੇ ਉਸ ਤੋਂ ਬਾਅਦ ਜਿਹੜਾ ਇਹਨਾਂ ਦਾ ਪ੍ਰਚਾਰ ਖੇਤਰ ਹੈ ਉਹ ਬਹੁਤ ਜ਼ਿਆਦਾ ਪ੍ਰਫੁੱਲਿਤ ਹੁੰਦਾ, ਅਤੇ ਬਾਬਾ ਗੁਰਦਿੱਤਾ ਜੀ ਅੱਗੋਂ ਜਿਹੜੇ ਨੇ ਆਪਣੇ 4 ਜਿਹੜੇ ਡਿਸਾਈਪਲ ਸੀ ਉਹ ਨਿਯੁਕਤ ਕਰਦੇ ਨੇ। ਉਹਨਾਂ ਦੇ ਵਿੱਚੋਂ ਬਾਲੂ, ਹਸਨਾ, ਫੂਲ, ਗਿਉਂਦਾ ਅਤੇ ਅਲਮਸਤ ਦੇ ਨਾਂ ਆਉਂਦੇ ਨੇ। ਇਹ ਵੱਖਰੀਆਂ ਵੱਖਰੀਆਂ ਥਾਵਾਂ ਨਾਲ ਸੰਬੰਧਿਤ ਰੱਖਦੇ ਸਨ, ਅਤੇ ਇਹਨਾਂ ਗੁਰਸਿੱਖਾਂ ਨੇ ਜਿੱਥੇ ਜਿੱਥੇ ਗੁਰੂ ਨਾਨਕ ਪਾਤਸ਼ਾਹ ਨੇ ਯਾਤਰਾਵਾਂ ਕੀਤੀਆਂ ਸਨ ਉਹਨਾਂ ਥਾਵਾਂ ਦੀ ਨਿਸ਼ਾਨਦੇਹੀ ਕਰਕੇ ਉੱਥੇ ਧਰਮਸ਼ਾਲਾਵਾਂ, ਉੱਥੇ ਗੁਰਦੁਆਰੇ ਬਣਾਉਣੇ ਸ਼ੁਰੂ ਕੀਤੇ ਸੀ। ਤੁਸੀਂ ਪੜ੍ਹ ਸਕਦੇ ਹੋ ਕਿ ਜਿਹੜਾ ਬਾਲੂ ਹਸਨਾ ਆ
ਇਹ ਪੱਛਮੀ ਪੰਜਾਬ ਕਸ਼ਮੀਰ ਦੇ ਇਲਾਕੇ ਦੇ ਵਿੱਚ ਜਾ ਕੇ ਸਿੱਖੀ ਦਾ ਪ੍ਰਚਾਰ ਕਰ ਰਿਹਾ ਸੀ। ਜਿਹੜਾ ਅਲਮਸਤ ਆ ਬਾਬਾ ਜੀ, ਇਹ ਨਾਨਕ ਮੱਤਾ, ਢਾਕਾ, ਪਟਨਾ, ਜਗਨਨਾਥਪੁਰੀ, ਇਹ ਸਾਰੇ ਜਿਹੜੇ ਥਾਂ ਸੀ ਇਹ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਸੰਬੰਧਿਤ ਸਨ। ਅਤੇ ਜਿਹੜੇ ਦੂਸਰੇ ਭਾਈ ਗਿਉਂਦਾ ਅਤੇ ਭਾਈ ਫੂਲ ਜੀ, ਇਹ ਪੰਜਾਬ ਦੇ ਵਿੱਚ ਦੁਆਬੇ ਅਤੇ ਮਾਲਵੇ ਜਿਹੜਾ ਖੇਤਰ ਆ ਉਹਨਾਂ ਦੇ ਵਿੱਚ ਪ੍ਰਚਾਰ ਕਰ ਰਹੇ ਸਨ। ਅਤੇ ਇਹਨਾਂ ਨੂੰ ਪ੍ਰਚਾਰ ਕਰਦਿਆਂ ਕੋਈ ਸੌਖ ਹੋਈ ਉਸ ਟਾਈਮ ਦੇ ਉੱਤੇ ਜਿਵੇਂ ਅੱਜ ਸਾਡੀ ਸਿੱਖਾਂ ਦੀ ਪੋਜੀਸ਼ਨ ਆ, ਸਾਡੇ ਕੋਲ ਸਾਰੇ ਸਾਧਨ ਆ ਚੁੱਕੇ ਨੇ, ਗੁਰਦੁਆਰੇ ਬੜੇ ਸੋਹਣੇ ਬਣ ਚੁੱਕੇ ਨੇ, ਪਰ ਕਿਸੇ ਚੀਜ਼ ਨੂੰ ਜੀਰੋ ਲੈਵਲ ਤੋਂ ਸ਼ੁਰੂ ਕਰਨਾ ਕੋਈ ਸੌਖਾ ਜਿਹਾ ਨਹੀਂ ਹੁੰਦਾ। ਉਹਦੀ ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਦਾ, ਜਦੋਂ ਉੱਤਰਾਖੰਡ ਦੇ ਵਿੱਚ ਗੋਰਖ ਮੱਤੇ, ਜਿੱਥੇ ਅੱਜ ਨਾਨਕ ਮੱਤਾ ਸਾਡਾ ਗੁਰੂ ਨਾਨਕ ਪਾਤਸ਼ਾਹ ਦਾ ਇੱਕ ਬਹੁਤ ਹੀ ਪਵਿੱਤਰ ਸਥਾਨ ਸੁਭਾਵਾਨ ਆ, ਉੱਥੇ ਜਦੋਂ ਇਹ ਪਹੁੰਚਦੇ ਨੇ ਜਾ ਕੇ ਤਾਂ ਉੱਥੋਂ ਦੇ ਜਿਹੜੇ ਨਾਥ ਜੋਗੀ ਨੇ ਉਹ ਬਾਬਾ ਅਲਮਸਤ ਜੀ ਦਾ ਵਿਰੋਧ ਕਰਦੇ ਨੇ, ਕਿਉਂਕਿ ਉਹਨਾਂ ਨੂੰ ਧਰਮਸ਼ਾਲ ਜਿਹੜੀ ਆ ਸਟੈਬਲਿਸ਼ ਨਹੀਂ ਕਰਨ ਦਿੰਦੇ, ਉਹਨਾਂ ਦਾ ਵਿਰੋਧ ਹੁੰਦਾ। ਫਿਰ ਗੁਰੂ ਹਰਗੋਬਿੰਦ ਪਾਤਸ਼ਾਹ ਆਪਣੇ ਸਿੱਖਾਂ ਦੇ ਨਾਲ ਜਾ ਕੇ ਉਹਨਾਂ ਦੇ ਨਾਲ ਡਾਇਲੋਗ ਕਰਦੇ ਨੇ, ਉਸ ਡਾਇਲੋਗ ਤੋਂ ਬਾਅਦ ਜਿਹੜਾ ਆ ਉੱਥੇ ਸਿੱਖੀ ਦਾ ਕੇਂਦਰ ਸਟੈਬਲਿਸ਼ ਹੁੰਦਾ, ਜਿੱਥੇ ਅੱਜ ਗੁਰਦੁਆਰਾ ਨਾਨਕ ਮੱਤਾ ਸਾਹਿਬ ਹੈ। ਤੁਸੀਂ ਜਸਟ ਇਮੈਜਿਨ ਕਰਕੇ ਦੇਖੋ ਕਿ ਕਿਸੇ ਚੀਜ਼ ਨੂੰ ਜੀਰੋ ਤੋਂ ਸਟਾਰਟ ਕਰਨਾ ਕੋਈ ਸੌਖਾ ਨਹੀਂ ਹੁੰਦਾ। ਇਹ ਉਹਨਾਂ ਉਦਾਸੀ ਸਿੱਖਾਂ ਦੀ ਦੇਣ ਸੀ ਜਿਨ੍ਹਾਂ ਨੇ ਵੱਖ ਵੱਖ ਥਾਵਾਂ 'ਤੇ ਜਾ ਕੇ ਗੁਰੂ ਨਾਨਕ ਪਾਤਸ਼ਾਹ ਦੇ ਸਿੱਖਾਂ ਨੂੰ ਸਿੱਖੀ ਦੇ ਨਾਲ ਜੋੜਿਆ, ਸਿੱਖੀ ਦੇ ਕੇਂਦਰ ਸਟੈਬਲਿਸ਼ ਕੀਤੇ। ਅਤੇ ਇਸ ਤੋਂ ਬਾਅਦ ਜਿਹੜਾ ਇਸ ਮਤ ਦਾ ਅੱਗੇ ਪ੍ਰਚਾਰ ਆ ਉਹ ਇਹ ਜਿਹੜੇ ਚਾਰ ਸੀ, ਇਹਨਾਂ ਨੂੰ ਧੂਣੇ ਬੋਲਿਆ ਜਾਂਦਾ ਉਦਾਸੀ ਸ਼ਬਦਾਵਲੀ ਦੇ ਵਿੱਚ, ਵੀ ਚਾਰ ਧੂਣੇ ਜਿਹੜੇ। ਧੂਣੇ ਤੋਂ ਬਾਅਦ ਕਿ ਜਦੋਂ ਪ੍ਰਚਾਰ ਕਰਦੇ ਸੀ ਆਪਣੇ ਨਾਲ ਕੋਈ ਬਹੁਤੇ ਬਸਤਰ ਨਾਲ ਨਹੀਂ ਸੀ ਲੈ ਕੇ ਜਾਂਦੇ ਹੁੰਦੇ, ਕਿ ਕੋਈ ਸੂਟ ਕੇਸ ਭਰ ਲਿਆ, ਇਸ ਤਰ੍ਹਾਂ ਨਹੀਂ ਸੀ ਹੁੰਦਾ। ਇੱਕ ਦੋ ਕੱਪੜੇ ਹੁੰਦੇ ਸੀ, ਅਤੇ ਸਿਆਲ ਦੇ ਵਿੱਚ ਵੀ ਬਹੁਤ ਘੱਟ ਕੱਪੜੇ ਆਪਣੇ ਤਨ 'ਤੇ ਰੱਖਦੇ ਹੁੰਦੇ ਸੀ, ਅਤੇ ਆਪਣੀ ਸਰੀਰ ਨੂੰ ਗਰਮਾਇਸ਼ ਦੇਣ ਲਈ ਕਹਿੰਦੇ ਧੂਣੇ ਜਿਹੜੇ ਸੀ ਉਹ ਲਾਗੇ ਤੁਖਾਰ ਲੈਂਦੇ ਸਨ। ਅਤੇ ਬਾਅਦ ਵਿੱਚ ਉਹਨਾਂ ਦੀ ਫਿਲੋਸਫੀਕਲ ਵਿਆਖਿਆ ਵੀ ਹੋਈ ਕਿ ਧੂਣਿਆਂ ਦਾ ਮਤਲਬ ਹੁੰਦਾ ਕਿ ਆਪਣੇ ਅੰਦਰ ਜਿਹੜੀ ਵਿਕਾਰਾਂ ਦੀ ਅਗਨੀ ਆ ਉਹਨੂੰ ਖਤਮ ਕਰਨਾ, ਆਪਣੀ ਬੋਡੀ ਨੂੰ, ਮਤਲਬ ਇਹ ਬਹੁਤ ਸਾਰਾ ਉਹਨਾਂ ਦੇ ਬਾਅਦ ਵਿੱਚ ਇਹਦੀ ਡਿਫਰੈਂਟ ਜਿਹੜੀ ਇੰਟਰਪ੍ਰੀਟੇਸ਼ਨ ਵੀ ਆ ਇਤਿਹਾਸ ਦੇ ਵਿੱਚ ਹੋਈ ਹੈ। ਅਤੇ ਇਹਨਾਂ ਧੂਣਿਆਂ ਦੇ ਅੱਗੇ ਬਾਅਦ ਵਿੱਚ ਜਿਹੜੀਆਂ ਸੀ ਬਖਸ਼ਿਸ਼ਾਂ ਸ਼ੁਰੂ ਹੋਈਆਂ। ਇਹ ਬਖਸ਼ਿਸ਼ਾਂ ਤੋਂ ਭਾਵ ਬਖਸ਼ਿਸ਼ ਤੋਂ ਭਾਵ ਨਦਰ ਗ੍ਰੇਸ ਜਿਹੜੀ ਉਹ ਬਖਸ਼ਿਸ਼ ਜਿਹੜੀ ਗੁਰੂ ਸਾਹਿਬਾਨ ਦੀ ਕਿਰਪਾ ਦੇ ਨਾਲ ਅਸਟੈਬਲਿਸ਼ ਹੋਈ। ਇਹ ਬਖਸ਼ਿਸ਼ਾਂ ਗੁਰੂ ਸਾਹਿਬ ਦੇ ਟਾਈਮ 6 ਸਨ, ਜਿਨ੍ਹਾਂ ਦੇ ਵਿੱਚੋਂ 3 ਭਗਤ ਭਗਵਾਨੀ ਹੈ, ਸੁਥਰੇ ਸ਼ਾਹੀ ਹੈ, ਸੰਗਤ ਸਾਧੀ ਹੈ, ਇਹ ਗੁਰੂ ਹਰਗੋਬਿੰਦ ਅਤੇ ਗੁਰੂ ਹਰ ਰਾਏ ਪਾਤਸ਼ਾਹ ਨੇ ਅਸਟੈਬਲਿਸ਼ ਕੀਤੇ ਸਨ। ਅਤੇ ਇਹ ਵੀ ਉਦਾਸੀ ਸਿੱਖਾਂ ਦੇ ਲਈ ਪ੍ਰਚਾਰ ਕਰਦੇ ਹੁੰਦੇ ਸਨ। ਮੀਣਾ ਸਾਹਿਬ ਜੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਨਾਲ, ਅਤੇ ਜੀਤ ਮਲੀਏ ਅਤੇ ਬਖਤ ਮਲੀਏ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਕਿਰਪਾ ਦੇ ਨਾਲ ਇਹ ਜਿਹੜੀਆਂ ਬਖਸ਼ਿਸ਼ਾਂ ਸੀ ਇਹ ਅਸਟੈਬਲਿਸ਼ ਹੋਈਆਂ ਸੀ। ਤੁਹਾਨੂੰ ਮੈਂ ਜੇ ਇੱਕ ਦੋ ਤੁਹਾਡੇ ਮਨ ਦੇ ਵਿੱਚ ਤੁਹਾਨੂੰ ਇੱਕ ਸਾਖੀ ਦਾ ਪਤਾ ਹੋਊਗਾ, ਜਦੋਂ ਗੁਰੂ ਹਰਗੋਬਿੰਦ ਪਾਤਸ਼ਾਹ ਕਸ਼ਮੀਰ ਦੀ ਤਰਫ ਜਾਂਦੇ ਨੇ, ਅਤੇ ਕਸ਼ਮੀਰ ਦੀ ਤਰਫ ਜਦੋਂ ਜਾਂਦੇ ਨੇ ਅਤੇ ਇੱਕ ਬੱਚਾ ਮਿਲਦਾ ਉਹਨਾਂ ਨੂੰ, ਉਹ ਬੱਚੇ ਨੂੰ ਉਹਨਾਂ ਦੇ ਮਾਪਿਆਂ ਨੇ ਆਪਣੇ ਘਰੋਂ ਕੱਢ ਦਿੱਤਾ ਹੁੰਦਾ, ਕਿਉਂਕਿ ਉਹ ਪ੍ਰੀ ਮਚਿਓਰ ਬੇਬੀ ਹੁੰਦਾ ਅਤੇ ਉਹਦੇ ਕਹਿੰਦੇ ਮੂੰਹ 'ਚ ਇੱਕ ਦੰਦ ਨਿਕਲਿਆ ਹੁੰਦਾ। ਉਹ ਦੰਦ ਕਾਰਨ ਉਹਨੂੰ ਇੱਕ ਬੜਾ ਅਪਸ਼ਗਨ ਸਮਝਿਆ ਜਾਂਦਾ ਕਿ ਇਹ ਬੱਚਾ ਸਾਡੇ ਲਈ ਮਾੜਾ ਆ, ਘਰ ਰੱਖਣ ਯੋਗ ਨਹੀਂ ਹੈਗਾ। ਉਹਨੂੰ ਕੁਥਰਾ ਕਹਿ ਕੇ ਘਰੋਂ ਸੁੱਟ ਦਿੰਦੇ ਨੇ, ਅਤੇ ਗੁਰੂ ਹਰਗੋਬਿੰਦ ਪਾਤਸ਼ਾਹ ਉਸ ਕੁਥਰੇ ਬੱਚੇ ਨੂੰ ਚੁੱਕ ਕੇ ਉਸਨੂੰ ਸੁਥਰੇ ਦਾ ਨਾਮ, ਬਿਲਕੁਲ ਪਿਓਰ ਬੱਚਾ ਕਹਿੰਦੇ ਇਹਦੇ ਉੱਤੇ, ਅਤੇ ਉਹ ਸੁਥਰਾ ਜਿਹੜਾ ਆ ਇਹ ਸੁਥਰੇ ਸ਼ਾਹੀ ਜਿਹੜੀ ਬਖਸ਼ਿਸ਼ ਆ ਉਹਦੇ ਤੋਂ ਸ਼ੁਰੂ ਹੁੰਦੀ ਆ। ਅਤੇ ਜੀਤਮਲ ਉਹ ਸੀ ਜਿਹੜੇ ਗੁਰੂ ਹਰਗੋਬਿੰਦ ਪਾਤਸ਼ਾਹ ਦੀ ਜਿਹੜੀ ਬੇਟੀ ਸੀ ਬੀਬੀ ਵੀਰੋ, ਉਹਨਾਂ ਦੇ ਵੀ ਪੁੱਤਰ ਸੀ। ਕਹਿਣ ਤੋਂ ਭਾਵ ਜਿੰਨੇ ਵੀ ਇਹ ਸਿੱਖ ਬਖਸ਼ਿਸ਼ਾਂ ਦੇ ਵਿੱਚ ਆਏ ਉਹਨਾਂ ਦਾ ਸੰਬੰਧ ਗੁਰੂ ਸਾਹਿਬਾਨ ਦੇ ਨਾਲ ਸੀ, ਅਤੇ ਉਹਨਾਂ ਗੁਰੂ ਸਾਹਿਬਾਨ ਦੀ ਬਖਸ਼ਿਸ਼ ਦੇ ਸਦਕਾ ਇਹਨਾਂ ਨੇ ਅੱਗੇ ਸਿੱਖੀ ਦੇ ਵੱਖਰੇ ਵੱਖਰੇ ਕੇਂਦਰ ਸਥਾਪਿਤ ਕੀਤੇ। ਅਤੇ ਉਦਾਸੀ ਮੱਤ ਦਾ ਉਦੋਂ ਕਾਮਯਾਬ ਹੋਣ ਲਈ ਸਭ ਤੋਂ ਵੱਡਾ ਕਾਰਨ ਇੱਕ ਇਹ ਸੀ ਕਿ ਉਸ ਟਾਈਮ ਦੇ ਉੱਤੇ ਧੀਰ ਮਲੀਏ, ਰਾਮ ਰਾਈਏ, ਮੀਣੇ, ਇਹ ਸਾਰੇ ਗੁਰੂ ਘਰ ਦੇ ਵਿਰੁੱਧ ਕੰਮ ਕਰ ਰਹੇ ਸਨ। ਗੁਰੂ ਘਰ ਦੇ ਓਪੋਜਿਟ ਜਿਹੜੇ ਇਹਨਾਂ ਨੇ ਆਪਣੇ ਸੈਂਟਰ ਅਸਟੈਬਲਿਸ਼ ਕੀਤੇ ਸਨ ਸਿੱਖੀ ਨੂੰ ਡਾਊਨ ਕਰਨ ਦੇ ਲਈ, ਇਹਨਾਂ ਨੇ ਬੜਾ ਇਤਿਹਾਸ ਦੇ ਵਿੱਚ ਪ੍ਰੋਪੋਗੰਡਾ ਕੀਤਾ। ਅਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੋਏਗਾ ਕਿ ਗੁਰੂ ਅਮਰਦਾਸ ਪਾਤਸ਼ਾਹ ਨੇ ਮੰਜੀ ਪ੍ਰਥਾ ਦੀ ਸ਼ੁਰੂਆਤ ਕੀਤੀ ਸੀ ਸਿੱਖੀ ਦਾ ਪ੍ਰਚਾਰ ਕਰਨ ਦੇ ਲਈ, ਅਤੇ ਇਹ ਬਾਅਦ 'ਚੋਂ ਮੰਜੀਦਾਰ ਜਿਹੜੇ ਸੀ ਇਹ ਸਿੱਖ ਇਤਿਹਾਸ ਦੇ ਵਿੱਚ ਮਸੰਦ ਪ੍ਰਥਾ ਦੇ ਰੂਪ ਵਿੱਚ ਆਉਂਦੇ ਨੇ। ਅਤੇ ਫਿਰ ਇਹ ਮਸੰਦ ਹੌਲੀ ਹੌਲੀ ਜਦੋਂ ਗੁਰੂ ਘਰਾਂ ਦਾ ਇਹਨਾਂ ਕੋਲ ਪੈਸਾ ਆਉਣਾ ਸ਼ੁਰੂ ਹੋ ਜਾਂਦਾ, ਇਹ ਕਰਪਟ ਹੋ ਜਾਂਦੇ ਨੇ, ਅਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਇਸ ਸੰਸਥਾ ਦਾ ਖਾਤਮਾ ਕੀਤਾ ਸੀ। ਹੁਣ ਉਸ ਟਾਈਮ ਦੇ ਉੱਤੇ ਸਿੱਖਾਂ ਕੋਲ ਜਿਹੜੀ ਇੱਕ ਸਿਰਮੌਰ ਸੰਸਥਾ ਸੀ ਮਸੰਦ ਪ੍ਰਚਾਰ ਕਰਨ ਦੇ ਲਈ, ਉਹਦਾ ਵੀ ਖਾਤਮਾ ਹੋ ਜਾਂਦਾ, ਅਤੇ ਸਿਰਫ ਇੱਕੋ ਇੱਕ ਸੰਸਥਾ ਬਚਦੀ ਉਦਾਸੀ ਮੱਤ ਸੰਪਰਦਾਏ ਜਿਹੜੀ ਸਿੱਖੀ ਦਾ ਪ੍ਰਚਾਰ ਕਰ ਰਹੀ ਸੀ। ਕਹਿਣ ਤੋਂ ਭਾਵ ਕਿ ਉਸ ਟਾਈਮ ਦੇ ਉੱਤੇ ਇਹਨਾਂ ਕਾਰਨਾਂ ਕਰਕੇ ਵੀ ਉਦਾਸੀਆਂ ਨੂੰ ਪ੍ਰਚਾਰ ਦੇ ਲਈ ਵਿਸ਼ੇਸ਼ ਥਾਂ ਮਿਲਿਆ, ਕਿਉਂਕਿ ਹੋਰ ਕੋਈ ਆਪਸ਼ਨ ਨਹੀਂ ਸੀ ਲੈ ਚੁੱਕੇ। ਜਿਹੜੇ ਨਿਰਮਲ ਨੇ, ਠੀਕ ਹੈ, ਬਾਅਦ ਵਿੱਚ ਆ ਕੇ ਸ਼ੁਰੂ ਹੁੰਦੇ ਨੇ, ਉਹਨਾਂ ਬਾਰੇ ਅਸੀਂ ਆਪਣੇ ਅਗਲੇ ਲੈਕਚਰ ਦੇ ਵਿੱਚ ਗੱਲ ਕਰਾਂਗੇ। ਹੁਣ ਜਦੋਂ ਅਸੀਂ ਅੱਜ ਦੇ ਟਾਈਮ ਦੇ ਵਿੱਚ ਉਦਾਸੀ ਸਿੱਖਾਂ ਨੂੰ ਦੇਖਦੇ ਹਾਂ,
ਤੇ ਉਹਨਾਂ ਦੇ ਅਸੀਂ ਭੰਗਵੇਂ ਚੋਲੇ ਦੇਖਦੇ ਹਾਂ ਮੋਸਟਲੀ ਤੁਸੀਂ ਪੰਜਾਬ 'ਚ ਜਾਓਗੇ ਵਿਚਰੋਗੇ ਤਾਂ ਉਹਨਾਂ ਨੇ ਭੰਗਵੇਂ ਰੰਗ ਦੇ ਚੋਲੇ ਪਾਏ ਹੁੰਦੇ ਆ ਉਹ ਚੋਲਿਆਂ ਨੂੰ ਵੇਖ ਕੇ ਸਾਡੇ ਮਨ ਦੇ ਵਿੱਚ ਸਿਰਫ ਦੋ ਚਾਰ ਗੱਲਾਂ ਆਉਂਦੀਆਂ ਨੇ ਕਿ ਸਿਰਫ ਇਹ ਜਿਹੜੇ ਸਿੱਖ ਹੋਣਗੇ ਇਹ ਪ੍ਰਚਾਰ ਕਰ ਸਕਦੇ ਨੇ ਗੁਰੂ ਨਾਨਕ ਪਾਤਸ਼ਾਹ ਦੀਆਂ ਸਾਖੀਆਂ ਸੁਣਾ ਸਕਦੇ ਨੇ ਪਰ ਇਤਿਹਾਸ ਦੇ ਵਿੱਚ ਇੰਨਾ ਸਾਰਾ ਕੁਝ ਕਰਨ ਤੋਂ ਇਲਾਵਾ ਉਹਨਾਂ ਨੇ ਗੁਰੂ ਪਾਤਸ਼ਾਹ ਦੇ ਜੰਗਾਂ ਯੁੱਧਾਂ ਦੇ ਵਿੱਚ ਵੀ ਪਾਰਟੀਸਪੇਟ ਕੀਤਾ ਸੀ ਉਹਦੀ ਸਭ ਤੋਂ ਜਿਹੜੀ ਪਹਿਲੀ ਇਗਜ਼ੈਂਪਲ ਸੀ ਮੈਂ ਤੁਹਾਨੂੰ ਦੇਵਾਂਗਾ ਕਰਤਾਰਪੁਰ ਸਾਹਿਬ ਦੀ ਜੰਗ ਦੀ ਜਿਹੜੀ ਜਲੰਧਰ ਦੇ ਕੋਲ ਜਿਹੜਾ ਕਰਤਾਰ ਪਿਆ ਉੱਥੇ ਗੁਰੂ ਹਰਗੋਬਿੰਦ ਪਾਤਸ਼ਾਹ ਦੀ ਹੁੰਦੀ ਆ ਇਸ ਜੰਗ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਬੜੀ ਪੈਂਦੇ ਖਾਂ ਦੀ ਸਾਖੀ ਆਉਂਦੀ ਆ ਕਿ ਉਹ ਪੈਂਦੇ ਖਾਂ ਜਿਹਨੂੰ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਆਪਣੇ ਗੱਲ ਨਾਲ ਲਾਇਆ ਸੀ ਅਤੇ ਉਹ ਬਾਅਦ ਵਿੱਚ ਗੁਰੂ ਦਾ ਵਿਰੋਧੀ ਹੋਣ ਤੋਂ ਬਾਅਦ ਅਤੇ ਗੁਰੂ ਸਾਹਿਬ ਦੇ ਵਿਰੋਧੀ ਲੜਿਆ ਸੀ ਅਤੇ ਇਸ ਲੜਾਈ ਦੇ ਵਿੱਚ ਜਦੋਂ ਗੁਰੂ ਸਾਹਿਬ ਦੀ ਉਸ ਨੂੰ ਲੜਾਈ ਹੁੰਦੀ ਆ ਅਤੇ ਪੈਂਦੇ ਖਾਂ ਆਹਮੋ ਸਾਹਮਣੇ ਹੁੰਦਾ ਅਤੇ ਗੁਰੂ ਪਾਤਸ਼ਾਹ ਕਹਿੰਦੇ ਨੇ ਪੈਂਦੇ ਖਾਂ ਪਹਿਲਾਂ ਜੰਗੇ ਮੈਦਾਨ ਦੇ ਵਿੱਚ ਤੂੰ ਵਾਰ ਕਰ ਦੋ ਤਿੰਨ ਵਾਰ ਕਰਨ ਤੋਂ ਬਾਅਦ ਪੈਂਦੇ ਖਾਂ ਦੇ ਵਾਰ ਖਾਲੀ ਜਾਂਦੇ ਨੇ ਗੁਰੂ ਪਾਤਸ਼ਾਹ ਉਸ ਤੋਂ ਬਾਅਦ ਇੱਕੋ ਵਾਰ ਕਰਦੇ ਨੇ ਜਿਹਦੇ ਵਿੱਚ ਪੈਂਦੇ ਖਾਂ ਜਿਹੜਾ ਆ ਧਰਤੀ 'ਤੇ ਡਿੱਗ ਪੈਂਦਾ ਤੁਸੀਂ ਤਸਵੀਰ ਦੇ ਵਿੱਚ ਵੇਖ ਸਕਦੇ ਹੋ ਅਤੇ ਉਸ ਟਾਈਮ ਦੇ ਉੱਤੇ ਗੁਰੂ ਪਾਤਸ਼ਾਹ ਨੇ ਢਾਲ ਦੇ ਨਾਲ ਉਹਨੂੰ ਛਾਂ ਕੀਤੀ ਆ ਅਤੇ ਇਸ ਟਾਈਮ 'ਤੇ ਗੁਰੂ ਪਾਤਸ਼ਾਹ ਇੱਕੋ ਗੱਲ ਕਹਿੰਦੇ ਨੇ ਕਿ ਤੂੰ ਕਲਮਾ ਪੜ ਆਪਣਾ ਕਿਉਂਕਿ ਤੇਰਾ ਜਿਹੜਾ ਮਜ਼ਹਬ ਆ ਉਹ ਇਸਲਾਮ ਆ ਤੂੰ ਇਸਲਾਮੀ ਰੀਤੀ ਰਿਵਾਜ਼ਾਂ ਦੇ ਤਹਿਤ ਇਸ ਸੰਸਾਰ ਤੋਂ ਅਲਵਿਦਾ ਹੋ ਇਸ ਕਰਤਾਰਪੁਰ ਦੀ ਜੰਗ ਦੇ ਵਿੱਚ ਬਾਬਾ ਗੁਰਦਿੱਤਾ ਜੀ ਜਿਹੜੇ ਉਸ ਟਾਈਮ ਦੇ ਉੱਤੇ ਉਦਾਸੀ ਸੰਪਰਦਾ ਦੇ ਨਾਲ ਉਦਾਸੀ ਸਿੱਖਾਂ ਦੇ ਨਾਲ ਸੰਬੰਧਿਤ ਸਨ ਉਹਨਾਂ ਨੇ ਵੀ ਪਾਰਟੀਸਪੇਟ ਕੀਤਾ ਸੀ ਪੂਰਾ ਕਹਿਣ ਤੋਂ ਭਾਵ ਕਿ ਉਦਾਸੀ ਸਿੱਖਾਂ ਨੇ ਜਿਹੜੀ ਗੁਰੂ ਪਾਤਸ਼ਾਹ ਦੀ ਮੀਰੀ ਪੀਰੀ ਦੀ ਵਿਚਾਰਧਾਰਾ ਸੀ ਉਹਨੂੰ ਵੀ ਆਪਣੇ ਜੀਵਨ ਦੇ ਵਿੱਚ ਫੋਲੋ ਕੀਤਾ ਸੀ ਉਹਨਾਂ ਨੇ ਸਿਰਫ ਆਪਣੇ ਆਪ ਨੂੰ ਪ੍ਰਚਾਰ ਤੱਕ ਜਿਹੜਾ ਆ ਸੀਮਤ ਨਹੀਂ ਰੱਖਿਆ ਤਾਂ ਇਸ ਤੋਂ ਅੱਗੇ ਜਿਹੜੀ ਸਭ ਤੋਂ ਵੱਡੀ ਮਹੱਤਵਪੂਰਨ ਇਗਜ਼ੈਂਪਲ ਆ ਪੰਘਾਣੀ ਦੀ ਜੰਗ ਦੀ ਜਿਹੜੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਅਤੇ ਪਹਾੜੀ ਰਾਜਿਆਂ ਦੇ ਵਿੱਚ ਹੁੰਦੀ ਹੈ ਇਸ ਤਸਵੀਰ ਦੇ ਵਿੱਚ ਤੁਹਾਨੂੰ ਕੁਝ ਖਾਸ ਨਜ਼ਰ ਆ ਰਿਹਾ ਨੇ ਜਿਹੜਾ ਗੌਰ ਨਾਲ ਵੇਖੋ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਤੋਪਾਂ ਨੇ ਇਹ ਸਾਰੇ ਜਿਹੜੇ ਸਿੱਖ ਨੇ ਖਾ ਇੱਕ ਬਾਣੇ ਦੇ ਵਿੱਚ ਨੇਜੇ ਫੜੇ ਹੋਏ ਨੇ ਤਲਵਾਰਾਂ ਫੜੀਆਂ ਹੋਈਆਂ ਨੇ ਕੋਈ ਇਸ ਤਰ੍ਹਾਂ ਦੀ ਤਸਵੀਰ ਨਜ਼ਰ ਆ ਰਹੀ ਜਿਹੜੀ ਸਭ ਤੋਂ ਵੱਖ ਹੋਏ ਇਹਦੇ ਵਿੱਚ ਮੈਂ ਤੁਹਾਡਾ ਧਿਆਨ ਲਿਆਉਂਦਾ ਤੁਸੀਂ ਇਸ ਸਿੱਖ ਵੱਲ ਦੇਖੋ ਬਾਕੀ ਸਾਰਿਆਂ ਕੋਲ ਨੇਜੇ ਨੇ ਸਪੀਅਰਸ ਨੇ ਤੀਰ ਕਮਾਨ ਨੇ ਸ਼ਸਤਰ ਨੇ ਕਿਰਪਾਨਾਂ ਨੇ ਪਰ ਇਸ ਸਿੱਖ ਦੇ ਹੱਥ ਦੇ ਵਿੱਚ ਇੱਕ ਲੱਕੜ ਦਾ ਡੰਡਾ ਟਾਈਪ ਕੁਛ ਆ ਕਹਿਣ ਤੋਂ ਭਾਵ ਕਿ ਇਹ ਜਿਹੜਾ ਸਿੱਖ ਸੀ ਮਹੰਤ ਕਿਰਪਾਲ ਦਾਸ ਸੀ ਉਦਾਸੀ ਸਿੱਖ ਸੀ ਇਸਨੇ ਪੰਘਾਣੀ ਦੀ ਜੰਗ ਦੇ ਵਿੱਚ ਗੁਰੂ ਪਾਤਸ਼ਾਹ ਦਾ ਸਾਥ ਦਿੱਤਾ ਸੀ ਬੇਸ਼ੱਕ ਇਸਨੇ ਕੋਈ ਵੀ ਜਿਹੜੇ ਉਸ ਟਾਈਮ ਦੇ ਟ੍ਰੇਨ ਸਿੱਖ ਨੇ ਉਹਨਾਂ ਦੀ ਤਰ੍ਹਾਂ ਮਾਰਸ਼ਲ ਆਰਟ ਨਹੀਂ ਸੀ ਸਿੱਖੀ ਬਟ ਗੁਰੂ ਸਾਹਿਬ ਦਾ ਥਾਪੜਾ ਲਾ ਕੇ ਇਹ ਮੈਦਾਨੇ ਜੰਗ ਦੇ ਵਿੱਚ ਕੁੱਟਦਾ ਕਿ ਤੁਹਾਡਾ ਬਸ ਜਿਹੜਾ ਮੇਰਾ ਭਰਿਆ ਹੱਥ ਆ ਉਹ ਮੇਰੇ ਸਿਰ 'ਤੇ ਹੋਣਾ ਚਾਹੀਦਾ ਮੈਨੂੰ ਦੁਸ਼ਮਣ ਦੀ ਕੋਈ ਪਰਵਾਹ ਨਹੀਂ ਹੈ ਅਤੇ ਇਸ ਬਾਰੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਦਸਮ ਗ੍ਰੰਥ ਦੇ ਵਿੱਚ ਵਿਚਿੱਤਰ ਨਾਟਕ ਦੇ ਵਿੱਚ ਲਿਖਦੇ ਨੇ ਮਹੰਤ ਕਿਰਪਾਲ ਦਾਸ ਬਾਰੇ ਕਿਰਪਾਲ ਕੋਪੀਅੰ ਕੁਤਕੋ ਸੰਭਾਰੀ ਹਠੀ ਕਾਨ ਖਯਾਤ ਕੇ ਸੀ ਸਚਾਰੀ ਉਟੀ ਚੀਚ ਇੱਛਿਅੰ ਕਡਾ ਮੇਜ ਚੋਰੰਗ ਮਨੋ ਮਾਖਨ ਮੱਟੀ ਕਾਹੰਗ ਫੋਰੰਗ ਕਿ ਹਜਾ ਜਿਹੜਾ ਹਯਾਤ ਖਾਨ ਨੂੰ ਕਿਰਪਾਲ ਦਾਸ ਨੇ ਇਸ ਤਰ੍ਹਾਂ ਉਹਦੇ ਸਿਰ ਦੇ ਉੱਤੇ ਉਹ ਡੰਡੇ ਦੇ ਨਾਲ ਉਹ ਘੋਟਨੇ ਦੇ ਨਾਲ ਮਾਰਿਆ ਜਿਵੇਂ ਕਹਿੰਦੇ ਕ੍ਰਿਸ਼ਨ ਜਿਹੜਾ ਸੀ ਛੋਟੀ ਉਮਰ ਦੇ ਵਿੱਚ ਮਟਕੀਆਂ ਭੰਨ ਕੇ ਉਹਨਾਂ ਦੇ ਵਿੱਚੋਂ ਘਿਓ ਕੱਢਦਾ ਹੁੰਦਾ ਸੀ ਇੰਨੀ ਬਹਾਦਰੀ ਦੇ ਨਾਲ ਜਿਹੜਾ ਉਹ ਮਹੰਤ ਕਿਰਪਾਲ ਦਾਸ ਸੀ ਉਹ ਜੰਗੇ ਮੈਦਾਨ ਦੇ ਵਿੱਚ ਲੜਦਾ ਹੈ ਹੁਣ ਤੁਸੀਂ ਦੇਖ ਸਕਦੇ ਹੋ ਕਿ ਇੱਕ ਪਾਸੇ ਜਿਹੜੇ ਉਦਾਸੀ ਨੇ ਉਹ ਗੁਰੂ ਨਾਨਕ ਪਾਤਸ਼ਾਹ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਕਰ ਰਹੇ ਨੇ ਅਤੇ ਦੂਸਰੇ ਪਾਸੇ ਜੰਗੇ ਮੈਦਾਨ ਦੇ ਵਿੱਚ ਜਾ ਕੇ ਗੁਰੂ ਪਾਤਸ਼ਾਹ ਦਾ ਸਾਥ ਵੀ ਦੇ ਰਹੇ ਹੁਣ ਹੁੰਦਾ ਗੁਰੂ ਸਾਹਿਬਾਨ ਤੋਂ ਜਦੋਂ ਗੁਰੂ ਪਾਤਸ਼ਾਹ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਦੇ ਨੇ ਸਾਰਿਆਂ ਨੂੰ ਸਰਸਾ ਦਾ ਵਿਛੋੜਾ ਚਮਕੌਰ ਦੀ ਜੰਗ ਸਰਹੰਦ ਦੇ ਵਿੱਚ ਜੋ ਕੁਝ ਵਾਪਰਦਾ ਚੰਗੀ ਤਰ੍ਹਾਂ ਯਾਦ ਹੈ ਜਦੋਂ ਗੁਰੂ ਪਾਤਸ਼ਾਹ ਅਨੰਦ ਸਾਹਿਬ ਛੱਡਦੇ ਨੇ ਅਨੰਦਪੁਰ ਸਾਹਿਬ ਛੱਡਣ ਤੋਂ ਪਹਿਲਾਂ ਜਿਹੜੇ ਦੋ ਪ੍ਰਮੁੱਖ ਸਥਾਨ ਸੀ ਉਸ ਟਾਈਮ ਦੇ ਉੱਤੇ ਇੱਕ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਜਿੱਥੇ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਸੀਸ ਦਾ ਸੰਸਕਾਰ ਕੀਤਾ ਗਿਆ ਸੀ ਅਤੇ ਦੂਸਰਾ ਗੁਰਦੁਆਰਾ ਕੇਸਗੜ੍ਹ ਸਾਹਿਬ ਜਿਹੜਾ ਅੱਜ ਸਾਡਾ ਤਖ਼ਤ ਕੇਸਗੜ੍ਹ ਸਾਹਿਬ ਆ ਜਿੱਥੇ ਖਾਲਸੇ ਦੀ ਸਾਜਨਾ ਹੋਈ ਸੀ ਇਹਨਾਂ ਦੋਵਾਂ ਥਾਵਾਂ ਦੀ ਜਿਹੜੀ ਕਾਰਮੁੱਖ ਤਿਆਰੀ ਆ ਜਿਹੜਾ ਪ੍ਰਬੰਧ ਆ ਜਾਣ ਤੋਂ ਪਹਿਲਾਂ ਗੁਰੂ ਪਾਤਸ਼ਾਹ ਮਹੰਤ ਗੁਰਬਖਸ਼ ਦਾਸ ਦੇ ਹੱਥਾਂ ਦੇ ਵਿੱਚ ਦੇ ਕੇ ਫਿਰ ਅਨੰਦਪੁਰ ਸਾਹਿਬ ਤੋਂ ਜਾਂਦੇ ਨੇ ਕਿ ਗੁਰੂ ਪਾਤਸ਼ਾਹ ਨੂੰ ਇੱਕ ਗੱਲ ਦਾ ਪਤਾ ਆ ਕਿ ਇਹ ਜਿਹੜੇ ਮਹੰਤ ਨੇ ਖਾਲਸੇ ਬਾਣੀ ਦੇ ਵਿੱਚ ਨਹੀਂ ਹੈਗੇ ਇਹਨਾਂ ਦਾ ਵਿਰੋਧ ਨਹੀਂ ਕਰਨਗੇ ਅਨੰਦਪੁਰ ਸਾਹਿਬ ਦੇ ਜਿਹੜੇ ਆਲੇ ਦੁਆਲੇ ਦੇ ਲੋਕ ਨੇ ਅਤੇ ਇਹਨਾਂ ਮਹੰਤਾਂ ਨੇ ਸ਼੍ਰੋਮਣੀ ਕਮੇਟੀ ਸਟੈਬਲਿਸ਼ ਹੋਣ ਤੱਕ ਅਨੰਦਪੁਰ ਸਾਹਿਬ ਦਾ ਜਿਹੜਾ ਪ੍ਰਬੰਧ ਸੀ ਇਹ ਸਾਰਾ ਇਹਨਾਂ ਉਦਾਸੀ ਸਿੱਖਾਂ ਦੇ ਕੋਲ ਰਿਹਾ ਸੀ ਕਹਿਣ ਤੋਂ ਭਾਵ ਕਿ ਪੂਰੀਆਂ ਦੋ ਤਿੰਨ ਸਦੀਆਂ ਸ਼੍ਰੋਮਣੀ ਕਮੇਟੀ ਆਉਣ ਤੋਂ ਪਹਿਲਾਂ ਉਦਾਸੀਆਂ ਨੇ ਅਨੰਦਪੁਰ ਸਾਹਿਬ ਦੀਆਂ ਇੰਨੀਆਂ ਥਾਵਾਂ ਦਾ ਮੇਨ ਪ੍ਰਬੰਧ ਕੀਤਾ ਅਤੇ ਮਹੰਤ ਗੁਰਬਖਸ਼ ਦਾਸ ਨੂੰ ਬੜਾ ਵਿਰੋਧ ਵੀ ਉਦੋਂ ਸਾਹਮਣਾ ਕਰਨਾ ਪਿਆ ਸੀ ਕਿਉਂਕਿ ਉਸ ਟਾਈਮ ਦੇ ਉੱਤੇ ਜਿਹੜਾ ਉੱਥੇ ਮਸੰਤ ਸੀ ਗੁਲਾਬ ਰਾਏ
ਉਹ ਸਰਕਾਰ ਦੇ ਨਾਲ ਮਿਲ ਕੇ ਉਹਦੇ ਅਗੇਂਸਟ ਬੜਾ ਪ੍ਰੋਪੋਗੰਡਾ ਕਰਦਾ, ਲੜਾਈ ਝਗੜੇ ਵੀ ਹੁੰਦੇ, ਬੜੇ ਦੁੱਖ ਤਕਲੀਫਾਂ ਦੇ ਵਿੱਚੋਂ ਗੁਜ਼ਰ ਕੇ ਉਸਨੂੰ ਉੱਥੇ ਰਹਿਣਾ ਪਿਆ ਸੀ। ਅੱਜ ਵਰਗੀ ਸਥਿਤੀ ਨਹੀਂ ਸੀ ਹੈਗੀ ਜਿੰਨੀ ਅੱਜ ਸਾਡੇ ਗੁਰਦੁਆਰਿਆਂ ਦੀ ਕਹਿ ਲਓ, ਫਿਰ ਵੀ ਕਾਫ਼ੀ ਹੱਦ ਤੱਕ ਸੁਖਾਲੇ ਹਾਂ ਆਪਾਂ, ਕੋਈ ਸਾਨੂੰ ਆ ਕੇ ਪਰੇਸ਼ਾਨ ਨਹੀਂ ਕਰਦਾ। ਇਸ ਤੋਂ ਬਾਅਦ ਜਿਹੜੀ ਦੂਸਰੀ ਹਰਿਮੰਦਰ ਸਾਹਿਬ ਦੇ ਵਿੱਚ, ਅਸੀਂ ਜਾਣਦੇ ਸਾਰੇ ਕਿ ਭਾਈ ਮਨੀ ਸਿੰਘ ਨੇ ਹਰਿਮੰਦਰ ਸਾਹਿਬ ਦੇ ਪ੍ਰਬੰਧ ਨੂੰ ਸੰਭਾਲਿਆ, ਪਰ ਭਾਈ ਮਨੀ ਸਿੰਘ ਸਾਰਾ ਟਾਈਮ ਹਰਿਮੰਦਰ ਸਾਹਿਬ ਨਹੀਂ ਸੀ ਰਹਿੰਦੇ ਹੁੰਦੇ। ਉਸ ਟਾਈਮ ਉਹਨਾਂ ਨੂੰ ਮਾਤਾ ਸੁੰਦਰੀ ਜੀ ਦੇ ਕੋਲ ਜਾ ਕੇ ਦਿੱਲੀ ਵੀ ਰੁਕਣਾ ਪੈਂਦਾ ਹੁੰਦਾ ਸੀ, ਅਤੇ ਜਦੋਂ ਵੀ ਭਾਈ ਮਨੀ ਸਿੰਘ ਦਿੱਲੀ ਜਾਂਦੇ ਤਾਂ ਆਪਣੇ ਪਿੱਛੋਂ ਮਹੰਤ ਗੋਪਾਲ ਦਾਸ ਨੂੰ ਇੱਥੋਂ ਦਾ ਪ੍ਰਬੰਧ ਥਾਪ ਕੇ, ਜਿੰਨੇ ਕਾਫ਼ੀ ਲੰਬਾ ਸਮਾਂ ਤੱਕ, ਉਸ ਤੋਂ ਬਾਅਦ ਮਹੰਤ ਚੰਚਲ ਸਿੰਘ, ਉਹਨਾਂ ਦੇ ਵੀ ਨਾਂ ਆਉਂਦੇ ਨੇ ਸਾਰੇ ਇਤਿਹਾਸ ਦੇ ਵਿੱਚ, ਦਰਬਾਰ ਸਾਹਿਬ ਦੀ ਜਿਹੜੀ ਸੇਵਾ ਸੰਭਾਲਿਆ ਉਹਨਾਂ ਨੇ ਕੀਤੀ। ਅਤੇ ਜਦੋਂ ਸਿੱਖਾਂ ਨੇ ਆਪਣਾ ਰੂਲ ਸਟੈਬਲਿਸ਼ ਕੀਤਾ ਮਿਸਲਾਂ ਦੇ ਰੂਪ ਦੇ ਵਿੱਚ, ਆਪਾਂ ਸ਼੍ਰੀ ਹਰਿਮੰਦਰ ਸਾਹਿਬ ਦੇ ਲੈਕਚਰ ਵਿੱਚ ਉਸ ਬਾਰੇ ਡਿਟੇਲ 'ਚ ਗੱਲ ਕੀਤੀ ਸੀ, ਮੈਂ ਤੁਹਾਡੇ ਨਾਲ ਬਸ ਇੱਕ ਦੋ ਜਿਹੜੀਆਂ ਗੱਲਾਂ ਨੇ ਸਾਂਝੀਆਂ ਕਰਾਂਗਾ ਕਿ ਜਿਹੜਾ ਸਰੋਵਰ ਆ ਦਰਬਾਰ ਸਾਹਿਬ ਦਾ, ਇਸ ਦੇ ਵਿੱਚ 1783 ਦੇ ਵਿੱਚ ਬਿਲਕੁਲ ਸੋਕਾ ਪੈ ਚੁੱਕਾ ਸੀ, ਕਿਉਂਕਿ ਪਾਣੀ ਦੇ ਕੋਈ ਸਾਧਨ ਨਹੀਂ ਸੀ ਹੈਗੇ। ਪਾਣੀ ਜਾਂ ਤਾਂ ਆਉਂਦਾ ਸੀ ਮੀਂਹ ਦਾ ਪਾਣੀ ਇਕੱਠਾ ਹੁੰਦਾ ਸੀ, ਜਾਂ ਜਿਹੜੇ ਉਦੋਂ ਹਰਟ ਹੁੰਦੇ ਸੀ, ਟਿੰਡਾਂ ਵਾਲੇ ਖੂਹ ਜਿਹਨੂੰ ਬੋਲਦੇ ਸੀ, ਉਹਨਾਂ ਦੇ ਥਰੂ ਜਿਹੜਾ ਸੀ ਉਹ ਪਾਣੀ ਚੱਲਦਾ ਹੁੰਦਾ ਸੀ। ਫਿਰ ਪਾਣੀ ਦਾ ਇੱਕ ਪਰਮਾਨੈਂਟ ਪ੍ਰਬੰਧ ਕਰਨ ਦੇ ਲਈ ਸਾਰੇ ਉਸ ਟਾਈਮ ਦੇ ਜਿਹੜੇ ਸਿੱਖ ਲੀਡਰ ਸੀ, ਉਹਨਾਂ ਨੇ ਇਕੱਠੇ ਹੋ ਕੇ ਮਤਾ ਪਾਸ ਕੀਤਾ ਸੀ ਕਿ ਸਾਨੂੰ ਮਾਧੋਪੁਰ ਰਾਵੀ ਦਰਿਆ ਤੋਂ ਇੱਕ ਨਹਿਰ ਛੋਟੀ ਜਿਹਨੂੰ ਹੰਸਲੀ ਬੋਲਦੇ ਨੇ ਉਹ ਲੈ ਕੇ ਇੱਥੋਂ ਤੱਕ ਆਉਣਾ ਚਾਹੀਦਾ ਹੈ। ਅਤੇ ਇੱਕ ਹੰਸਲੀ ਦੀ ਖੁਦਵਾਈ ਕੀਤੀ ਗਈ ਸੀ ਮਾਧੋਪੁਰ ਤੋਂ ਲੈ ਕੇ ਸ਼੍ਰੀ ਅੰਮ੍ਰਿਤਸਰ ਸਾਹਿਬ ਤੱਕ। ਇਹ ਸਾਰੀ ਜਿਹੜੀ ਖੁਦਵਾਈ ਦਾ ਕੰਮ ਸੀ ਉਦਾਸੀ ਮਹੰਤਾਂ ਦੇ ਹੱਥਾਂ ਦੇ ਵਿੱਚੋਂ ਹੋਇਆ ਸੀ। ਕਹਿਣ ਤੋਂ ਭਾਵ ਕਿ ਉਸ ਟਾਈਮ ਦੇ ਉੱਤੇ ਉਹਨਾਂ ਨੇ ਜਿੰਨੀ ਵੀ ਸਿੱਖ ਸੰਗਤ ਜੁੜੀ ਸੀ, ਉਹਨਾਂ ਨੇ ਇਸ ਉਦਾਸੀ ਮਹੰਤਾਂ ਦੇ ਥਰੂ ਵੱਧ ਤੋਂ ਵੱਧ ਪਾਰਟੀਸਪੇਟ ਕੀਤਾ ਇਸ ਹੰਸਲੀ ਨੂੰ ਖੋਦਣ ਦੇ ਵਿੱਚ। ਅਤੇ ਜਿਹੜੇ ਅੱਜ ਅਕਾਲ ਤਖਤ ਸਾਹਿਬ ਦੇ ਸਾਨੂੰ ਸਾਹਮਣੇ ਨਿਸ਼ਾਨ ਸਾਹਿਬ ਮਿਲਦੇ ਨੇ, ਉਸ ਟਾਈਮ ਦੇ ਉੱਤੇ ਉਹਨਾਂ ਨੂੰ ਵੱਡਾ ਕਰਨ ਦੇ ਲਈ, ਉੱਚਾ ਚੁੱਕਣ ਦੇ ਲਈ, ਇਹ ਵੀ ਕਹਿੰਦੇ ਉਹ ਦੇਹਰਾਦੂਨ ਦੇ ਉੱਤੋਂ ਉਸ ਟਾਈਮ ਦੇ ਉੱਤੇ ਹਰੇ ਕੋਈ ਅੱਜ ਦੀ ਤਰ੍ਹਾਂ ਜਿਵੇਂ ਲੋਹੇ ਦੇ ਨਿਸ਼ਾਨ ਸਾਹਿਬ ਸਾਡੇ ਕੋਲ ਆ ਚੁੱਕੇ ਨੇ, ਠੀਕ ਹੈ, ਉਸ ਤਰ੍ਹਾਂ ਨਹੀਂ ਕੋਈ ਬੜੀਆਂ ਬੜੀਆਂ ਵੱਡੀਆਂ ਲੱਕੜਾਂ ਲਿਆ ਕੇ ਬੜੇ ਉੱਚੇ ਨਿਸ਼ਾਨ ਸਾਹਿਬ ਸੀ, ਇਹ ਵੀ ਉਦਾਸੀ ਸਿੱਖਾਂ ਨੇ ਉਦੋਂ ਲਾਏ ਸੀ। ਇਸ ਇੱਕ ਇਹ ਮੈਂ ਤੁਹਾਨੂੰ ਸਿਰਫ ਇੱਕ ਦੋ ਐਗਜ਼ਾਮਪਲਸ ਦੇ ਰਿਹਾ ਹੈ, ਇਹਦਾ ਮਤਲਬ ਇਹ ਨਹੀਂ ਕਿ ਸਿਰਫ ਉਹਨਾਂ ਨੇ ਇੰਨੇ ਹੀ ਕੰਮ ਕੀਤੇ। ਕਹਿਣ ਤੋਂ ਭਾਵ ਭਾਵੇਂ ਉਹ ਅਨੰਦਪੁਰ ਸਾਹਿਬ ਸੀ, ਭਾਵੇਂ ਉਹ ਹਰਿਮੰਦਰ ਸਾਹਿਬ ਸੀ, ਅੱਗੇ ਜਾ ਕੇ ਵੇਖੋਗੇ ਭਾਵੇਂ ਉਹ ਹਜ਼ੂਰ ਸਾਹਿਬ ਸੀ, ਹਰ ਜਗ੍ਹਾ ਜਿਹੜਾ ਆ ਉਦਾਸੀ ਸਿੱਖਾਂ ਦਾ ਪ੍ਰਬੰਧ ਚੱਲਦਾ ਰਿਹਾ, ਇਹਨਾਂ ਗੁਰਧਾਮਾਂ ਨੂੰ, ਇਹਨਾਂ ਤਖਤਾਂ ਨੂੰ ਸਾਂਭਣ ਦੇ ਵਿੱਚ। ਹਜ਼ੂਰ ਸਾਹਿਬ ਦੀ ਅਸੀਂ ਗੱਲ ਕਰੀਏ ਤਾਂ ਹਜ਼ੂਰ ਸਾਹਿਬ ਦੇ ਵਿੱਚ ਵੀ ਮਹੰਤ ਈਸ਼ਰਦਾਸ ਨੇ 1708 ਤੋਂ ਲੈ ਕੇ 1725 ਤੱਕ ਇੱਕ ਬੜਾ ਲੰਬਾ ਟਾਈਮ ਜਿਹੜੀ ਆ ਸੇਵਾ ਸੰਭਾਲ ਕੀਤੀ। ਈਵਨ ਕਿ 19ਵੀਂ ਸਦੀ ਦੇ ਅਖੀਰ ਤੱਕ ਕਹਿੰਦੇ ਫਿਰ ਪੰਜਾਬ ਤੋਂ ਕੁਝ ਸਿੱਖਾਂ ਨੇ ਜਾ ਕੇ ਉਹਨਾਂ ਨੂੰ ਓਵਰਟੇਕ ਕਰ ਲਿਆ ਸੀ। ਉਦੋਂ ਤੱਕ ਜਿਹੜੀ ਆ ਇਹਨਾਂ ਸਾਰਿਆਂ ਨੇ ਉਦਾਸੀ ਸਿੱਖਾਂ ਨੇ ਹਜ਼ੂਰ ਸਾਹਿਬ ਦੀ ਵੀ ਸੇਵਾ ਸੰਭਾਲ ਦੇ ਪ੍ਰਬੰਧ ਕੀਤੇ ਨੇ, ਅਤੇ ਪਟਨਾ ਸਾਹਿਬ ਵੀ ਇਹਨਾਂ ਦੇ ਕੰਟਰੋਲ ਦੇ ਵਿੱਚ ਰਿਹਾ ਹੈ। ਹੁਣ ਤੁਸੀਂ ਵੇਖ ਸਕਦੇ ਹੋ ਕਿ ਛੋਟੇ ਤੋਂ ਲੈ ਕੇ ਵੱਡੇ ਜਿਹੜੀਆਂ ਸਿੱਖ ਸੰਸਥਾਵਾਂ ਨੇ ਸਾਰਿਆਂ ਦੇ ਉੱਤੇ ਜਿਹੜਾ ਪ੍ਰਬੰਧ ਆ ਉਦਾਸੀ ਸਿੱਖਾਂ ਦਾ ਚੱਲਦਾ ਹੁੰਦਾ ਸੀ। ਅਤੇ ਉਦਾਸੀ ਸਿੱਖਾਂ ਨੇ ਇਸ ਤੋਂ ਬਾਅਦ ਜਿਹੜੇ ਇੱਕ ਪਾਸੇ 'ਤੇ ਉਹਨਾਂ ਨੇ ਉਹਨਾਂ ਗੁਰਦੁਆਰਿਆਂ ਦੀ ਨਿਸ਼ਾਨਦੇਹੀ ਕੀਤੀ ਜਿਹੜੇ ਗੁਰੂ ਨਾਨਕ ਪਾਤਸ਼ਾਹ ਨਾਲ ਸੰਬੰਧਿਤ ਸਨ, ਬਟ ਉਸ ਤੋਂ ਇਲਾਵਾ ਉਹਨਾਂ ਨੇ ਸਿੱਖੀ ਦੇ ਪ੍ਰਚਾਰ ਲਈ ਕੁਝ, ਜਿਵੇਂ ਅਸੀਂ ਹੁਣੇ ਗੱਲ ਕੀਤੀ ਸੀ ਧੂਣੇ ਬਖਸ਼ਿਸ਼ਾਂ ਦੀ ਸਟੈਬਲਿਸ਼ਮੈਂਟ ਕੀਤੀ, ਉਸ ਤੋਂ ਇਲਾਵਾ ਉਹਨਾਂ ਨੇ ਡਿਫਰੈਂਟ ਡਿਫਰੈਂਟ ਜਿਹੜੇ ਸਿੱਖੀ ਦੇ ਕੇਂਦਰ ਸੀ ਜਿਨ੍ਹਾਂ ਨੂੰ ਡੇਰੇ, ਅਖਾੜੇ, ਧਰਮਸ਼ਾਲ ਅਤੇ ਗੁਰਦੁਆਰਿਆਂ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਡੇਰੇ ਤੋਂ ਭਾਵ ਇੱਕ ਡੇਰਾ ਹੁੰਦਾ ਸੀ ਜਿਹਦੇ ਵਿੱਚ ਕੋਈ ਉਦਾਸੀ ਜਿਹੜਾ ਮੇਨ ਉਹਨਾਂ ਦਾ ਮਹੰਤ ਹੁੰਦਾ ਸੀ, ਉਸ ਦੇ ਅੱਗੇ ਫਿਰ ਅਖਾੜੇ, ਧਰਮਸ਼ਾਲਾਂ ਸਾਰੀਆਂ ਆ ਜਾਂਦੀਆਂ ਹੁੰਦੀਆਂ ਸੀ। ਅਖਾੜੇ ਨੂੰ ਅਸੀਂ ਪੰਜਾਬੀ ਵਿੱਚ ਉਹ ਥਾਂ ਨੂੰ ਕਹਿੰਦੇ ਹਾਂ ਜਿੱਥੇ ਭਲਵਾਨ ਜਾ ਕੇ ਘੋਲ ਘੋਲਦੇ ਨੇ, ਜਿਹਨੂੰ ਹਿੰਦੀ 'ਚ ਦੰਗਲ ਅਤੇ ਇੰਗਲਿਸ਼ 'ਚ ਰੈਸਲਿੰਗ ਰਿੰਗ ਕਹਿ ਲੈਂਦੇ ਹਾਂ। ਪਰ ਇੱਥੇ ਜਿਹੜਾ ਮਤਲਬ ਆ ਕਿ ਇਸ ਅਖਾੜੇ ਦੇ ਵਿੱਚ ਜਿੰਨੇ ਵੀ ਗੁਣਾਂ ਆ ਆਪਣੇ, ਉਹਨੇ ਵਿਕਾਰਾਂ ਅਤੇ ਸਤਿਗੁਣਾਂ ਦੀ, ਵਾਇਸਿਸ ਅਤੇ ਵਰਚੂਸ ਦੀ ਜਿਹੜੀ ਜੰਗ ਆ ਉਹ ਕਰਨੀ ਆ, ਕਿ ਇਸ ਕੰਟੈਕਸਟ ਦੇ ਵਿੱਚ ਅਖਾੜਿਆਂ ਨੂੰ ਸਮਝਣਾ ਪਏਗਾ। ਅਤੇ ਜਦੋਂ ਸਿੱਖਾਂ ਦਾ ਰਾਜ ਅਸਟੈਬਲਿਸ਼ ਹੋਣਾ ਸ਼ੁਰੂ ਹੋ ਜਾਂਦਾ ਆ 1750 'ਚ, ਜਦੋਂ ਹਜੇ ਸੰਘਰਸ਼ ਚੱਲ ਰਿਹਾ, ਅਫਗਾਨਾਂ ਨਾਲ ਵੀ ਚੱਲ ਰਿਹਾ, ਮੁਗਲਾਂ ਨਾਲ ਵੀ ਚੱਲ ਰਿਹਾ, ਕਿਉਂਕਿ ਉਦੋਂ ਉਦਾਸੀ ਜਿਹੜੇ ਸਿੱਖ ਸੀ ਇਹ ਮੁਗਲਾਂ ਅਤੇ ਅਫਗਾਨਾਂ ਦੇ ਨਿਸ਼ਾਨੇ ਦਾ ਸ਼ਿਕਾਰ ਨਹੀਂ ਸੀ ਹੁੰਦੇ, ਇਹਨਾਂ ਦੇ ਪਹਿਰਾਵੇ ਕਰਕੇ, ਖਾਲਸਾਈ ਪਹਿਰਾਵਾ ਨਾ ਹੋਣ ਕਰਕੇ ਇਹ ਕਾਫ਼ੀ ਹੱਦ ਤੱਕ ਬਚੇ ਰਹਿੰਦੇ ਸੀ। ਇਹਨਾਂ ਨੇ ਦਰਬਾਰ ਸਾਹਿਬ ਦੇ ਇਰਦ ਗਿਰਦ ਜਿਹੜੇ ਨੇ ਉਹ ਆਪਣੇ ਅਖਾੜੇ, ਆਪਣੇ ਜਿਹੜੇ ਸਿੱਖੀ ਸੈਂਟਰ ਸੀ ਉਹ ਸਟੈਬਲਿਸ਼ ਕਰਨੇ ਸ਼ੁਰੂ ਕਰਤੇ। ਤੁਸੀਂ ਪੜ੍ਹ ਸਕਦੇ ਹੋ ਸਾਰੇ ਕਿ 1753 ਦੇ ਵਿੱਚ ਬਾਬਾ ਸੰਤੋਖ ਦਾਸ ਨੇ, ਠੀਕ ਹੈ ਜੀ, 1760 ਦੇ ਵਿੱਚ ਆ ਸਾਰੇ ਜਿਹੜੇ ਨੇ 1776 ਤੱਕ, ਇਹ ਮਤਲਬ ਕਹਿਣ ਤੋਂ ਭਾਵ ਕਿ ਹੁਣ ਜਿਹੜੀ ਇਹਨਾਂ ਦੀ ਉਹ ਸਟੈਬਲਿਸ਼ਮੈਂਟ ਆ ਜਦੋਂ ਸਿੱਖਾਂ ਦਾ ਰਾਜ ਕਾਇਮ ਹੋਣਾ ਸ਼ੁਰੂ ਹੁੰਦਾ ਉਹ ਬੜੀ ਤੇਜ਼ੀ ਨਾਲ ਸ਼ੁਰੂ ਹੋ ਜਾਂਦੀ ਹੈ। ਅਤੇ ਇਹਨਾਂ ਅਖਾੜਿਆਂ ਦੇ ਵਿੱਚ, ਇਹਨਾਂ ਸੈਂਟਰਸ ਦੇ ਵਿੱਚ ਕਰਦੇ ਕੀ ਹੁੰਦੇ ਸੀ, ਜਦੋਂ ਉਦਾਸੀ ਸਿੱਖਾਂ ਨੇ ਆਪਣਾ ਪ੍ਰਚਾਰ ਸ਼ੁਰੂ ਕੀਤਾ ਉਦੋਂ ਸਭ ਤੋਂ ਪਹਿਲੀ ਜਿਹੜੀ ਸ਼ਰਤ ਹੁੰਦੀ ਸੀ ਕਿ ਹਰ ਉਹ ਸਿੱਖ ਜਿਸ ਨੂੰ ਗੁਰਮੁਖੀ ਆਉਂਦੀ ਹੋਏਗੀ ਜਾਂ ਜਿਹੜਾ ਗੁਰਮੁਖੀ ਸਿੱਖਣ ਦਾ ਚਾਹਵਾਨ ਹੋਏਗਾ ਉਸਨੂੰ ਇਹਨਾਂ ਅਖਾੜਿਆਂ ਦੇ ਵਿੱਚ, ਇਹਨਾਂ ਸੈਂਟਰਸ ਦੇ ਵਿੱਚ ਐਡਮਿਸ਼ਨ ਮਿਲੇਗੀ।
ਫਿਰ ਉਸ ਦੇ ਨਾਲ ਨਾਲ ਉਦੋਂ ਸਿੱਖੀ ਦੀਆਂ ਜਿਹੜੇ ਸਕ੍ਰਿਪਚਰ ਸੀ ਉਹਨਾਂ ਦੀ ਪੜ੍ਹਾਈ ਕੀਤੀ ਜਾਂਦੀ ਸੀ ਅਤੇ ਬਾਅਦ ਵਿੱਚ ਹੌਲੀ ਹੌਲੀ ਵੇਖਦੇ ਹਾਂ ਫਿਰ ਜਦੋਂ ਉਦਾਸੀ ਸਿੱਖਾਂ ਨੂੰ ਇੱਕ ਇਸ ਤਰ੍ਹਾਂ ਦੀ ਵਿਚਾਰਧਾਰਾ ਨੇ ਜਜ਼ਬ ਕਰਨਾ ਸ਼ੁਰੂ ਕਰ ਲਿਆ ਆਪਣੇ ਆਪ ਦੇ ਵਿੱਚ, ਅਸਿਮੂਲੇਟ ਕਰਨਾ ਸ਼ੁਰੂ ਕਰ ਲਿਆ, ਤਾਂ ਉਹਨਾਂ ਨੇ ਗੁਰਮੁਖੀ ਦੇ ਨਾਲ ਫਿਰ ਸੰਸਕ੍ਰਿਤ ਵੀ ਐਡ ਕੀਤੀ, ਅਰੇਬਿਕ ਵੀ ਐਡ ਕੀਤੀ। ਕਿਸੇ ਭਾਸ਼ਾ ਦਾ ਪੜ੍ਹਨਾ ਮਾੜਾ ਨਹੀਂ ਹੈ, ਗੁਰੂ ਪਾਤਸ਼ਾਹ ਨੇ ਸਿੱਖਾਂ ਨੂੰ ਇੰਨਾ ਕਿ ਲਿਬਰਲ ਬਣਾਇਆ। ਬਟ ਹੌਲੀ ਹੌਲੀ ਜਦੋਂ ਇਹਨਾਂ ਨੇ ਗੁਰਮੁਖੀ ਨੇ ਪਿੱਛੇ ਛੱਡ ਕੇ ਸਿਰਫ ਸੰਸਕ੍ਰਿਤ ਦਾ ਪ੍ਰਚਾਰ ਕਰਨਾ ਸ਼ੁਰੂ ਕਰਤਾ, ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਬਦਲਣਾ ਸ਼ੁਰੂ ਕਰਤਾ, ਗੁਰੂ ਗ੍ਰੰਥ ਸਾਹਿਬ ਦੀ ਥਾਂ ਵੇਦਾਂ ਦਾ ਪ੍ਰਚਾਰ ਸ਼ੁਰੂ ਕਰਨਾ ਕਰਤਾ, ਉਦੋਂ ਫਿਰ ਜਿਹੜਾ ਇਹਨਾਂ ਦਾ ਡਾਊਨਫਾਲ ਨਾਲ ਦੀ ਨਾਲ ਸ਼ੁਰੂ ਹੋ ਜਾਂਦਾ। ਬਟ ਇਹਨਾਂ ਨੇ ਕਿਹੜੇ ਹਾਲਾਤਾਂ ਦੇ ਵਿੱਚ ਕੀਤਾ, ਇਹਦੇ ਮਤਲਬ ਕਹਿਣ ਤੋਂ ਭਾਵ ਕਿ ਜਿਹੜਾ ਸਾਡਾ ਦੇਸ਼ ਆ ਉਸਦੇ ਵਿੱਚ ਜਿਵੇਂ ਅੱਜ ਅਸੀਂ ਕਹਿ ਰਹੇ ਹਾਂ ਕਿ ਸਿੱਖੀ ਨੂੰ ਕੁਝ ਸੰਸਥਾਵਾਂ ਤੋਂ ਖਤਰਾ ਆ, ਉਹ ਸੰਸਥਾਵਾਂ ਦੀ ਜਿਹੜੀ ਸੋਚ ਹੈ ਇਹ ਗੁਰੂ ਸਾਹਿਬ ਦੇ ਵੇਲੇ ਤੋਂ ਚੱਲਦੀ ਆ ਰਹੀ ਆ, ਅਤੇ ਇਸ ਸੋਚ ਨੇ ਉਦਾਸੀ ਸਿੱਖਾਂ ਨੂੰ ਵੀ ਨਿਕਲਿਆ, ਇਹਦੇ ਵਿੱਚ ਕੋਈ ਸ਼ੱਕ ਨਹੀਂ ਆ, ਉਹਨਾਂ ਦੇ ਉੱਤੇ ਆਪਣਾ ਜਿਹੜਾ ਪ੍ਰਭਾਵ ਸੀ ਉਹ ਕਾਇਮ ਕੀਤਾ। ਪਰ ਮੋਟੇ ਤੌਰ ਦੇ ਉੱਤੇ ਜਿਹੜੀ ਸਾਰੀ ਇਸ ਤਰ੍ਹਾਂ ਦੀ ਜਿਹੜੀ ਡਿਫਰੈਂਟ ਐਜੂਕੇਸ਼ਨ ਸਿਸਟਮ ਸੀ ਉਸ ਟਾਈਮ ਦਾ, ਉਹ ਉਦਾਸੀ ਡੇਰਿਆਂ ਦੇ ਵਿੱਚ, ਉਦਾਸੀ ਅਖਾੜਿਆਂ ਦੇ ਵਿੱਚ ਸਾਰਾ ਚੱਲਦਾ ਹੁੰਦਾ ਸੀ। ਅਤੇ ਇਸ ਤੋਂ ਇਲਾਵਾ ਜਿਹੜੀ ਲੰਗਰ ਦਾ ਪ੍ਰਬੰਧ ਕੀਤਾ ਜਾਂਦਾ ਸੀ ਧਰਮਸ਼ਾਲਾ ਦੇ ਵਿੱਚ, ਲੋਕਾਂ ਨੂੰ ਠਹਿਰਾਇਆ ਜਾਂਦਾ ਸੀ, ਲੋਕਾਂ ਨੇ ਜਿਨ੍ਹਾਂ ਨੇ ਗੁਰੂ ਘਰਾਂ ਦੇ ਵਿੱਚ ਆਉਣਾ ਉਹਨਾਂ ਦੇ ਰਹਿਣ ਦੇ ਲਈ ਪ੍ਰੋਪਰ ਪ੍ਰਬੰਧ ਕੀਤੇ ਜਾਣੇ, ਇਸ ਤਰ੍ਹਾਂ ਦਾ ਸਾਰਾ ਜਿਹੜਾ ਉਦਾਸੀਆਂ ਦੇ ਘੇਰੇ ਵਿੱਚ ਇਹ ਸਾਰਾ ਕਾਰਵਿਵਹਾਰ ਆਉਂਦੇ ਰਹੇ। ਅੱਜ ਅਸੀਂ ਵੇਖਦੇ ਹਾਂ ਕਿ ਸਾਡੇ ਕੋਲ ਵਟਸਐਪ ਦੇ ਉੱਤੇ, ਸੋਰੀ, ਆਪਣੇ ਐਂਡਰੋਇਡ ਫੋਨਸ ਦੇ ਉੱਤੇ ਕਿੰਨੇ ਐਪ ਬਣੇ ਹੋਏ ਨੇ, ਗੁਰਬਾਣੀ ਐਪਸ ਕਿੰਨੇ ਨੇ, ਸਿੱਖੀ ਨਾਲ ਰਿਲੇਟਡ ਐਪ ਕਿੰਨੇ ਨੇ, ਕੰਪਿਊਟਰ ਆ ਗਿਆ, ਕੰਪਿਊਟਰ ਤੋਂ ਪਹਿਲਾਂ ਪ੍ਰਿੰਟ ਮੀਡੀਆ ਆਇਆ, ਜਦੋਂ ਇਹ ਸਾਰਾ ਕੁਝ ਨਹੀਂ ਸੀ ਹੈਗਾ ਅਤੇ ਉਦੋਂ ਵੀ ਹਰ ਗੁਰਸਿੱਖ ਤਕਰੀਬਨ ਹਰ ਘਰ ਦੇ ਵਿੱਚ ਪੋਥੀ ਹੁੰਦੀ ਹੁੰਦੀ ਸੀ। ਇਹ ਨਹੀਂ ਵੀ ਉਦੋਂ ਸਿੱਖਾਂ ਦੇ ਘਰਾਂ ਦੇ ਵਿੱਚ ਪੋਥੀਆਂ ਨਹੀਂ ਸੀ ਹੁੰਦੀਆਂ, ਸਿੱਖਾਂ ਦੇ ਘਰਾਂ ਦੇ ਵਿੱਚ ਭਾਈ ਗੁਰਦਾਸ ਦੀਆਂ ਵਾਰਾਂ ਨਹੀਂ ਸੀ ਹੁੰਦੀਆਂ, ਸਾਰਾ ਕੁਝ ਹੁੰਦਾ ਸੀ। ਹੁਣ ਜਰਾ ਸੋਚ ਕੇ ਦੇਖੋ ਕਿ ਉਸ ਟਾਈਮ ਦੇ ਉੱਤੇ ਇਹ ਸਾਹਿਤ ਸਾਰਾ ਕਿੰਨਾ ਨੇ ਕਾਪੀ ਟੂ ਕਾਪੀ ਕੀਤਾ ਹੋਏਗਾ, ਗੁਰੂ ਗ੍ਰੰਥ ਸਾਹਿਬ ਦੀਆਂ ਪੀੜਾਂ, ਭਾਈ ਨੰਦ ਲਾਲ ਦੀ ਰਚਨਾਵਾਂ, ਭਾਈ ਗੁਰਦਾਸ ਜੀ, ਤਕਰੀਬਨ ਜਿੰਨਾ ਸਾਡਾ ਸਿੱਖ ਸਾਹਿਤ ਹੱਥ ਲਿਖਤ ਮਿਲਦਾ ਹੈ ਉਸਦੇ ਵਿੱਚੋਂ 50% ਜਿਹੜਾ ਸਾਹਿਤ ਸੀ ਉਦਾਸੀਆਂ ਨੇ ਆਪਣੇ ਡੇਰਿਆਂ 'ਤੇ ਬੈਠ ਕੇ ਉਹਨਾਂ ਨੂੰ ਕਾਪੀ ਕੀਤਾ ਹੁੰਦਾ ਸੀ। ਇੰਨਾ ਵੱਡਾ ਇਹਨਾਂ ਦਾ ਕੰਟਰੀਬਿਊਸ਼ਨ ਸੀ, ਕਾਪੀ ਕਰਨ ਤੋਂ ਬਾਅਦ ਉਹਨਾਂ ਨੂੰ ਗੁਰਸਿੱਖਾਂ ਦੇ ਘਰਾਂ ਦੇ ਵਿੱਚ ਪਹੁੰਚਾਉਣਾ, ਸੋਰੀ, ਉਹਨਾਂ ਨੂੰ ਡੇਰਿਆਂ ਤੱਕ ਪਹੁੰਚਾਉਣਾ। ਇਹ ਬਹੁਤ ਜਰਾ ਡੀਪਲੀ ਸੋਚ ਕੇ ਦੇਖਣਾ ਕਿ ਇੱਕ ਕਾਗਜ਼ 'ਤੇ ਲਿਖਣ ਨੂੰ ਉਹਨੂੰ ਕਿੰਨਾ ਟਾਈਮ ਲੱਗਦਾ ਹੋਊਗਾ। ਤੁਹਾਡੇ ਨਾਲ ਮੈਂ ਕੋਈ ਛੋਟੀ ਜਿਹੀ ਗੱਲ ਸ਼ੇਅਰ ਕਰਾਂ, ਬਾਬਰ ਬਾਦਸ਼ਾਹ ਦੀ, ਜਿਹਨੇ ਮੁਗਲ ਅੰਪਾਇਰ ਅਸਟੈਬਲਿਸ਼ ਕੀਤਾ ਇੰਡੀਆ ਦੇ ਵਿੱਚ, ਉਸਨੇ ਆਪਣੀ ਆਟੋਬਾਇਓਗ੍ਰਾਫੀ ਲਿਖੀ ਸੀ ਬਾਬਰਨਾਮਾ, ਜਿਹਨੂੰ ਅੱਜ ਅਸੀਂ ਜਾਣਦੇ ਹਾਂ, ਅਤੇ ਉਸ ਦੇ ਵਿੱਚ ਲਿਖਦਾ ਕਹਿੰਦਾ ਕਿ ਮੈਂ ਆਪਣੇ ਕੁਝ ਐਪੀਸੋਡ ਇਤਿਹਾਸ 'ਤੇ ਲਿਖ ਕੇ, ਕੁਝ ਦਿਨਾਂ ਦਾ ਵਾਕਿਆ ਲਿਖ ਕੇ, ਤਵਾਰੀਖ ਲਿਖ ਕੇ, ਅਤੇ ਸੁੱਕਣੇ ਪਾਈ ਹੋਈ ਸੀ, ਮਤਲਬ ਅੱਜ ਤੇ ਇੰਕ ਨੂੰ ਸੁਕਾਉਣ ਦੇ ਲਈ ਉਦੋਂ ਹਵਾ ਦੇ ਵਿੱਚ ਧੋਪੇ ਰੱਖ ਕੇ ਸੁਕਾਉਣਾ ਪੈਂਦਾ ਹੁੰਦਾ ਸੀ। ਕਹਿੰਦਾ ਜਦੋਂ ਸੁੱਕਣੇ ਪਾਈ ਤਾਂ ਇੰਨੀ ਜ਼ਬਰਦਸਤ ਹਵਾ ਆਈ ਕਿ ਉਹ ਜਿਹੜੇ ਮੇਰੇ ਪੇਟ ਸੀ ਉਹ ਸਾਰੇ ਉਡਾ ਕੇ ਲੈ ਗਈ। ਮੈਂ ਆਪਣੇ, ਕਹਿੰਦਾ ਇੱਕ ਬਾਦਸ਼ਾਹ ਹੋਣ ਦੇ ਨਾਤੇ ਮੇਰੇ ਕੋਲ ਫੌਜ ਸੀ, ਮੈਂ ਫੌਜ ਵੀ ਭੇਜੀ ਆਪਣੀ ਉਹ ਪੱਤਰੇ ਇਕੱਠੇ ਕਰਨ ਦੇ ਲਈ, ਬਟ ਕੋਈ ਵੀ ਪੱਤਰਾ ਜਿਹੜਾ ਇਕੱਠਾ ਨਹੀਂ ਹੋ ਪਾਇਆ। ਅਤੇ ਤੁਸੀਂ ਦੇਖੋ ਕਿ ਇਹਨਾਂ ਗੁਰਸਿੱਖਾਂ ਨੂੰ ਇੱਕ ਪਹਿਲਾਂ ਪੇਜਿੰਗ ਸਿਆਹੀ ਤਿਆਰ ਕਰਨੀ, ਫਿਰ ਪੱਤਰੇ ਤਿਆਰ ਕਰਨੇ, ਫਿਰ ਬਾਣੀ ਲਿਖਣੀ, ਕੋਈ ਛੋਟਾ ਜਿਹਾ ਟਾਸਕ ਨਹੀਂ ਸੀ ਹੈਗਾ। ਅਤੇ ਸਾਰੇ ਥਾਵਾਂ ਦੇ ਉੱਤੇ ਉਦਾਸੀ ਸਿੱਖਾਂ ਨੇ ਘਰ ਘਰ ਦੇ ਵਿੱਚ ਜਿਹੜੇ ਸਾਰੀਆਂ ਪੋਥੀਆਂ ਲਿਖ ਕੇ ਗੁਰੂ ਨਾਨਕ ਪਾਤਸ਼ਾਹ ਦੀ ਵਿਚਾਰਧਾਰਾ ਨੂੰ ਪ੍ਰਚਾਰਨ ਦੇ ਵਿੱਚ ਜਿਹੜਾ ਬੜਾ ਅਹਿਮ ਰੋਲ ਇਹਨਾਂ ਨੇ ਅਦਾ ਕੀਤਾ। ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੁੰਦਾ ਆ ਉਸ ਟਾਈਮ ਦੇ ਉੱਤੇ, ਫਿਰ ਮਿਸਲਾਂ ਤੋਂ ਬਾਅਦ ਇਹਨਾਂ ਅਖਾੜਿਆਂ ਦੇ ਨਾਲ, ਗੁਰਦੁਆਰਿਆਂ ਦੇ ਨਾਲ, ਇਕੱਲੇ ਮਹਾਰਾਜਾ ਰਣਜੀਤ ਸਿੰਘ ਨੇ ਨਹੀਂ, ਜਿੰਨੇ ਵੀ ਪਟਿਆਲੇ ਵਾਲੇ ਬਾਦਸ਼ਾਹ ਸੀ, ਮਹਾਰਾਜੇ ਸੀ, ਜਾਂ ਜਿਹੜੇ ਦੂਸਰੇ ਸਿੱਖ ਸਰਦਾਰ ਸੀ, ਜਿਸ ਜਿਸ ਏਰੀਏ ਦੇ ਵਿੱਚ ਵੀ ਉਦਾਸੀਆਂ ਦਾ ਕੋਈ ਸੈਂਟਰ ਹੁੰਦਾ ਸੀ, ਉਹਨਾਂ ਦੇ ਨਾਲ ਖੁੱਲ੍ਹੀਆਂ ਜਾਇਦਾਦਾਂ ਲਵਾਈਆਂ, ਉਹਨਾਂ ਨੂੰ ਹਰ ਸਾਲ ਜਿਹੜੀ ਸੀ ਇੱਕ ਰਿਲੀਜੀਅਸ ਗ੍ਰਾਂਟ ਜਿਹੜੀ ਸੀ ਮੁਹੱਈਆ ਕੀਤੀ ਜਾਂਦੀ ਸੀ। ਤਾਂ ਇੱਥੋਂ ਜਿਹੜਾ ਉਦਾਸੀਆਂ ਦਾ ਮੋਟੇ ਤੌਰ ਦੇ ਉੱਤੇ ਜਿਹੜਾ ਡਾਊਨਫਾਲ ਆ ਸ਼ੁਰੂ ਹੋ ਜਾਂਦਾ। ਇਸ ਪੀਰੀਅਡ ਦੇ ਦੌਰਾਨ ਜਦੋਂ ਉਹਨਾਂ ਕੋਲ ਜਾਇਦਾਦਾਂ ਆ ਜਾਂਦੀਆਂ ਨੇ, ਫਿਰ ਥੋੜ੍ਹੇ ਆਲਸੀ ਹੋ ਜਾਂਦੇ ਨੇ, ਉਹਨਾਂ ਦੇ ਅੰਦਰ ਵਿਕਾਰ ਆਉਣੇ ਸ਼ੁਰੂ ਹੋ ਜਾਂਦੇ ਨੇ। ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਅੰਮ੍ਰਿਤਸਰ ਦੇ ਵਿੱਚ 51 ਜਿਹੜੇ ਸੀ ਉਦਾਸੀ ਸੈਂਟਰ ਐਸਟੈਬਲਿਸ਼ ਹੋ ਚੁੱਕੇ ਸੀ 1750 ਤੋਂ ਲੈ ਕੇ 1850 ਤੱਕ। ਫਿਰੋਜ਼ਪੁਰ ਦੇ ਵਿੱਚ 36, ਲੁਧਿਆਣੇ ਦੇ ਵਿੱਚ 31, ਗੁਰਦਾਸਪੁਰ 'ਚ 16, ਲਾਹੌਰ 'ਚ 29, ਜਲੰਧਰ 'ਚ 19, ਗੁਜਰਾਂਵਾਲਾ 'ਚ 11। ਹੁਣ ਜਿੱਥੇ ਜਿੱਥੇ ਸਿੱਖ ਪਾਪੂਲੇਸ਼ਨ ਜ਼ਿਆਦਾ ਆ ਉੱਥੇ ਉੱਥੇ ਉਦਾਸੀ ਸੈਂਟਰ ਵੀ ਜ਼ਿਆਦਾ ਸਨ। ਤਕਰੀਬਨ ਪੂਰੇ ਪੰਜਾਬ ਦੇ ਵਿੱਚ ਜਿਹੜਾ ਅੱਜ ਦਾ ਪੰਜਾਬ ਨੇ, 47 ਤੋਂ ਜਿਹੜਾ ਵੰਡ ਤੋਂ ਪਹਿਲਾਂ ਦਾ ਜਿਹੜਾ ਪੰਜਾਬ ਆ ਉਸ ਦੇ ਵਿੱਚ ਨਹੀਂ, ਪੂਰੇ ਆਪਾਂ ਅੱਗੇ ਜਾ ਕੇ ਦੇਖਾਂਗੇ ਕਿ ਉਦਾਸੀਆਂ ਨੇ ਕਿਸ ਹੱਦ ਤੱਕ ਜਾ ਕੇ ਸਿੱਖੀ ਦਾ ਪ੍ਰਚਾਰ ਕਿਹੜੇ ਕਿਹੜੇ ਦੇਸ਼ਾਂ ਤੱਕ ਪਹੁੰਚਾਇਆ।
ਪਰ ਮੋਟੇ ਤੌਰ 'ਤੇ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਜ਼ਿਆਦਾ ਜਿਹੜੇ ਅਖਾੜੇ ਨੇ ਸੈਂਟਰਸ ਨੇ ਉਦਾਸੀਆਂ ਨੇ ਐਸਟੈਬਲਿਸ਼ ਕੀਤੇ ਆਪਣੇ ਉਸ ਟਾਈਮ ਦੇ ਦੌਰਾਨ। ਬੰਗਲਾਦੇਸ਼ ਤੱਕ ਲੈ ਕੇ ਅਫਗਾਨਿਸਤਾਨ ਤੱਕ ਈਵਨ ਕਿ ਆਜ਼ਰਬਾਈਜਾਨ ਤੱਕ ਸਾਨੂੰ ਰੈਫਰੈਂਸ ਮਿਲਦੇ ਨੇ ਕਿ ਆਜ਼ਰਬਾਈਜਾਨ ਦੀਆਂ ਹੱਦਾਂ ਤੱਕ ਉਦਾਸੀਆਂ ਨੇ ਗੁਰੂ ਨਾਨਕ ਪਾਤਸ਼ਾਹ ਦੀਆਂ ਸਿੱਖਿਆਵਾਂ ਨੂੰ ਪ੍ਰਚਾਰਿਆ ਸੀ। ਮੁਲਤਾਨ ਵਿੱਚ ਪੂਰੇ ਬੰਗਲਾਦੇਸ਼ ਤੋਂ ਲੈ ਕੇ ਤੁਸੀਂ ਮੈਪ ਦੇ ਉੱਤੇ ਜਿਹੜੇ ਜਿਹੜੇ ਨਿਸ਼ਾਨ ਲੱਗੇ ਨੇ ਤੁਸੀਂ ਦੇਖ ਸਕਦੇ ਹੋ। ਸਰ ਇੱਕ ਬਹੁਤ ਵੱਡੇ ਖਿੱਤੇ ਦੇ ਵਿੱਚ ਇਹਨਾਂ ਨੇ ਗੁਰੂ ਨਾਨਕ ਪਾਤਸ਼ਾਹ ਦੀ ਵਿਚਾਰਧਾਰਾ ਨੂੰ ਪ੍ਰਸਾਰਨ ਦੇ ਲਈ ਬੜਾ ਅਹਿਮ ਰੋਲ ਅਦਾ ਕੀਤਾ। ਪਰ ਜਦੋਂ ਜਾਇਦਾਦਾਂ ਆ ਗਈਆਂ, ਜਦੋਂ ਇਹਨਾਂ ਦੇ ਨਾਲ ਪ੍ਰੋਪਰਟੀਆਂ ਲੱਗਣੀਆਂ ਸ਼ੁਰੂ ਹੋ ਗਈਆਂ ਤਾਂ ਇਹ ਫਿਰ ਕਰਪਟ ਹੋਣੇ ਸ਼ੁਰੂ ਹੋ ਗਏ। ਉਹਨਾਂ ਇਤਿਹਾਸ ਦੇ ਤੱਥਾਂ ਤੋਂ ਅਸੀਂ ਚੰਗੀ ਤਰ੍ਹਾਂ ਜਾਣੂ ਹੈ। 1899 ਦੇ ਵਿੱਚ ਜਦੋਂ ਪੰਜਾਬ ਦੀ ਆਪਣੇ ਬ੍ਰਿਟਿਸ਼ ਨੇ ਆਪਣੇ ਅੰਗਰੇਜ਼ ਹਕੂਮਤ ਦੇ ਵਿੱਚ ਜਦੋਂ ਉਸਨੂੰ ਮਿਲਾ ਲੈਂਦੇ ਨੇ ਅਤੇ ਉਸ ਤੋਂ ਬਾਅਦ ਵੀ ਜਿਹੜਾ ਉਦਾਸੀਆਂ ਦਾ ਡਾਊਨਫਾਲ ਸ਼ੁਰੂ ਹੁੰਦਾ, ਕਹਿਣ ਤੋਂ ਭਾਵ ਕਿ ਉਹਨਾਂ ਨੇ ਉਦੋਂ ਬਹੁਤ ਸਾਰੀਆਂ ਜਿਹੜੀਆਂ ਕਿ ਗ੍ਰਾਂਟਸ ਚੱਲਦੀਆਂ ਹੁੰਦੀਆਂ ਸੀ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ 'ਤੇ, ਉਹਨਾਂ ਨੇ ਬੰਦ ਕਰ ਦਿੱਤੀਆਂ। ਅਤੇ ਇਸ ਦੇ ਨਾਲ ਉਦਾਸੀਆਂ ਨੂੰ ਬਹੁਤ ਤਰ੍ਹਾਂ ਦੇ ਇੱਕ ਫਾਇਦਾ ਵੀ ਹੋਇਆ ਅਤੇ ਇੱਕ ਨੁਕਸਾਨ ਵੀ ਹੋਇਆ। ਜਿਹੜੀਆਂ ਅਖਾੜਿਆਂ ਦੇ ਉੱਤੇ ਸੈਂਟਰਾਂ ਦੇ ਉੱਤੇ ਇਹਨਾਂ ਨੂੰ ਗ੍ਰਾਂਟ ਚੱਲਦੀ ਸੀ ਉਹ ਬੰਦ ਹੋ ਗਈ, ਬਟ ਉਦੋਂ ਬ੍ਰਿਟਿਸ਼ ਨੇ ਆ ਕੇ ਇਸ ਤਰ੍ਹਾਂ ਦੇ ਲੈਂਡ ਪੋਲਿਸੀਜ਼ ਬਣਾਈਆਂ ਕਿ ਜਿਹੜੇ ਹੈਰੀਡੇਟਰੀ ਤੌਰ ਦੇ ਉੱਤੇ ਜਿਹੜੀਆਂ ਜਿਸ ਸੰਸਥਾ ਦੇ ਨਾਲ ਵੀ ਜੋ ਲੈਂਡ ਲੱਗਦੀ ਸੀ ਉਹ ਇਹਨਾਂ ਨੇ ਆਪਣੇ ਨਿੱਜੀ ਤੌਰ ਦੇ ਉੱਤੇ, ਜਿਵੇਂ ਗੁਰੂ ਨਨਕਾਣਾ ਸਾਹਿਬ ਦੇ ਨਾਲ 1000 acres ਜ਼ਮੀਨ ਸੀ, ਉਹ ਮਹੰਤਾਂ ਨੇ ਆਪਣੇ ਨਿੱਜੀ ਨਾਵਾਂ ਦੇ ਉੱਤੇ ਕਰਾਉਣੀ ਸ਼ੁਰੂ ਕਰ ਦਿੱਤੀ। ਇਸ ਤਰ੍ਹਾਂ ਦਾ ਉਹਨਾਂ ਨੂੰ ਫਾਇਦਾ ਵੀ ਹੋਇਆ। ਤੁਸੀਂ ਪਿੱਛੇ ਦੀ ਇੱਕ ਪਿਕਚਰ ਦੇਖੀ ਹੋਏਗੀ ਸਾਕਾ ਨਨਕਾਣਾ ਸਾਹਿਬ, ਉਹਦੇ ਵਿੱਚ ਤੁਸੀਂ ਚੰਗੀ ਤਰ੍ਹਾਂ ਉਸ ਟਾਈਮ ਨੂੰ ਸਮਝ ਸਕਦੇ ਹੋ। ਆ ਉਸ ਪਿਕਚਰ ਦੀ ਫੋਟੋ ਵੀ ਲੱਗੀ ਮਹੰਤ ਨਰਾਇਣ ਦਾਸ ਦੀ, ਜਿਹੜਾ ਜਿਹਨੇ ਐਕਟ ਕੀਤਾ ਉਸ ਟਾਈਮ ਦਾ ਕਿ ਕਿਸ ਤਰ੍ਹਾਂ ਇਹ ਕਿੱਦਾਂ ਹੁੰਦਾ ਸੀ, ਜਿਹੜਾ ਨਨਕਾਣਾ ਸਾਹਿਬ ਆ ਸਿੱਖਾਂ ਦਾ ਨਹੀਂ ਹੈਗਾ, ਇਹ ਨਨਕਾਣਾ ਮੇਰਾ ਅਤੇ ਮੇਰੇ ਨਨਕਾਣੇ ਵੱਲ ਕੋਈ ਅੱਖ ਪੁੱਟ ਕੇ ਦੇਖਣ ਦੀ ਕੋਸ਼ਿਸ਼ ਵੀ ਨਾ ਕਰੇ। ਇਸ ਤੋਂ ਬਾਅਦ ਸਿੰਘ ਸਭਾ ਮੂਵਮੈਂਟ ਦਾ ਜਿਹੜਾ ਆ ਉਹ ਆਗਾਜ਼ ਹੁੰਦਾ 1873 ਦੇ ਵਿੱਚ। ਭਾਈ ਕਾਨ ਸਿੰਘ ਨਾਭਾ, ਭਾਈ ਗੁਰਮੁਖ ਸਿੰਘ ਜੀ ਹੋਣੀ, ਗਿਆਨੀ ਜਿੱਤ ਸਿੰਘ ਹੋਣੀ, ਇਹ ਕਿਉਂਕਿ ਜਿੱਥੇ ਇੱਕ ਪਾਸੇ ਇਹ ਕਰਪਟ ਹੋ ਰਹੇ ਸੀ, ਦੂਜੇ ਪਾਸੇ ਇਹਨਾਂ 'ਤੇ ਸਨਾਤਨੀ ਮਤ ਦਾ ਜਿਹੜਾ ਪ੍ਰਭਾਵ ਆ ਉਹ ਵੀ ਵੱਧਦਾ ਜਾ ਰਿਹਾ ਸੀ ਨਾਲ ਦੀ ਨਾਲ। ਇਹਨਾਂ ਨੇ ਗੁਰਮਤ ਸਿਧਾਂਤਾਂ ਦੀ ਜਦੋਂ ਵਿਆਖਿਆ ਸ਼ੁਰੂ ਕੀਤੀ, ਕਿਤਾਬਾਂ ਸ਼ੁਰੂ ਹੋਈਆਂ, ਹਮ ਹਿੰਦੂ ਨਹੀਂ, ਗੁਰਮਤ ਸੁਧਾਕਰ, ਗੁਰਮਤ ਪ੍ਰਭਾਕਰ, ਅਤੇ ਬਹੁਤ ਸਾਰੀਆਂ ਅਖਬਾਰਾਂ ਸ਼ੁਰੂ ਹੁੰਦੀਆਂ ਨੇ, ਖਾਲਸਾ ਸਮਾਚਾਰ, ਖਾਲਸਾ ਅਖਬਾਰ। ਇਸ ਪ੍ਰਿੰਟ ਮੀਡੀਆ ਕਰਕੇ, ਇਹਨਾਂ ਅਖਬਾਰਾਂ ਕਰਕੇ ਉਦੋਂ ਸਿੱਖਾਂ ਦੇ ਵਿੱਚ ਬੜੀ ਜਾਗਰਤੀ ਆਉਂਦੀ ਹੈ। ਇਸ ਜਾਗਰਤੀ ਆਉਣ ਕਰਕੇ ਸਿੱਖ ਸੁਚੇਤ ਹੋ ਜਾਂਦੇ ਨੇ ਕਿ ਜੋ ਕੁਝ ਵੀ ਹੁਣ ਇਹਨਾਂ ਗੁਰਧਾਮਾਂ ਦੇ ਉੱਤੇ ਗੁਰਦੁਆਰਿਆਂ ਦੇ ਵਿੱਚ ਵਾਪਰਿਆ ਅਸੀਂ ਇਹਨਾਂ ਨੂੰ ਕਦੇ ਵੀ ਹੋਣ ਨਹੀਂ ਦੇਵਾਂਗੇ। ਇਹਨਾਂ ਦੇ ਵਿੱਚ ਜਿਹੜਾ ਉਦਾਸੀਆਂ ਦਾ ਅਕਸ਼ ਸੀ ਉਹਨੂੰ ਨੰਗਾ ਕਰਨਾ ਸ਼ੁਰੂ ਕਰ ਦਿੰਦੇ। ਬਟ ਇਸ ਟਾਈਮ ਦੇ ਉੱਤੇ ਉਦਾਸੀਆਂ ਨੇ ਸਮਝਦਾਰੀ ਨਾਲ ਕੰਮ ਨਹੀਂ ਲਿਆ, ਉਸ ਉਹਨਾਂ ਨੇ ਆਪਣੀ ਪ੍ਰੋਪਰਟੀ ਬਚਾਉਣ ਦੇ ਲਈ, ਆਪਣੀ ਇੱਜ਼ਤ ਬਚਾਉਣ ਦੇ ਲਈ ਬਿਲਕੁਲ ਇੱਕ ਸਿੱਖਾਂ ਦੇ ਨਾਲ ਲੜਾਈ ਝਗੜਾ ਸ਼ੁਰੂ ਕੀਤਾ ਹੈ। ਉਹਦੀ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਣਾ ਹਾਂ ਕਿ ਨਨਕਾਣਾ ਸਾਹਿਬ ਦੀ ਧਰਤੀ ਦੇ ਉੱਤੇ ਇੱਕ ਉਦਾਸੀ ਨੇ ਗੁਰੂ ਸਾਹਿਬਾਨ ਦੇ ਬਾਰੇ ਕਿਸ ਤਰ੍ਹਾਂ ਦਾ ਪ੍ਰਚਾਰ ਕੀਤਾ ਤੁਸੀਂ ਦੇਖ ਸਕਦੇ ਹੋ। ਆਪਣੇ ਸਪੀਚ ਦੇ ਵਿੱਚ ਕਹਿੰਦਾ ਕਿ ਜਿੰਨੇ ਵੀ ਸਿੱਖ ਗੁਰੂ ਸਾਹਿਬਾਨ ਸੀ ਉਹਨਾਂ ਨੇ ਸਨਾਤਨ ਮਤ ਕਹਿਣ ਤੋਂ ਭਾਵ ਹਿੰਦੂ ਮਤ ਦਾ ਪ੍ਰਚਾਰ ਕੀਤਾ ਸੀ। ਇਹ ਨਨਕਾਣਾ ਸਾਹਿਬ ਦੀ ਧਰਤੀ ਦੇ ਉੱਤੇ ਇਹ ਪ੍ਰਚਾਰ ਕੀਤਾ ਜਾ ਰਿਹਾ ਉਦਾਸੀਆਂ ਦੁਆਰਾ, ਜਿਹੜੇ 20ਵੀਂ ਸਦੀ ਦੇ ਉਦਾਸੀ ਨੇ, ਪਹਿਲੇ ਉਦਾਸੀ ਨੇ, ਇਹਨਾਂ ਦੇ ਵਿੱਚ ਫਰਕ ਪੈ ਚੁੱਕਾ ਹੈ। ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਹਾਦਤ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਜਿਹੜੀ ਸੀ ਉਹ ਹਿੰਦੂ ਧਰਮ ਦੀ ਰੱਖਿਆ ਲਈ ਕੀਤੀ ਗਈ ਸੀ। ਕਿ ਗੁਰਬਾਣੀ ਦੇ ਵਿੱਚ ਜਿੰਨੇ ਵੀ ਸ਼ਬਦ ਵੇਦਾਂ ਦੇ ਵਿੱਚੋਂ ਆਏ ਨੇ ਇਹ ਸਾਫ਼ ਸਪਸ਼ਟ ਕਰਦੇ ਨੇ ਕਿ ਗੁਰਬਾਣੀ ਜਿਹੜੀ ਆ ਉਹ ਵੇਦਾਂ ਦੀ ਵਿਆਖਿਆ ਹੈ। ਅਤੇ ਜਿੰਨੇ ਵੀ ਗੁਰੂ ਸਾਹਿਬਾਨ ਹੋਏ ਨੇ ਸਾਰੀ ਜ਼ਿੰਦਗੀ ਦੇ ਵਿੱਚ ਉਹਨਾਂ ਨੇ ਆਪਣੇ ਜੀਵਨ ਦੇ ਜਿਹੜੇ ਕਰਮ ਕਾਂਡ ਨੇ ਉਹ ਹਿੰਦੂ ਰੀਤੀ ਰਿਵਾਜ਼ਾਂ ਦੇ ਤਹਿਤ ਕੀਤੇ ਨੇ। ਇਹ ਸਪੀਚ ਜਿਹੜੀਆਂ ਸੀ ਉਸ ਟਾਈਮ ਨਨਕਾਣਾ ਸਾਹਿਬ ਦੀ ਧਰਤੀ ਦੇ ਉੱਤੇ ਦਿੱਤੀਆਂ ਜਾ ਰਹੀਆਂ ਸਨ। ਇਸ ਤੋਂ ਅੱਗੇ ਜਾ ਕੇ ਲਿਖਦਾ ਕਿ ਜਿਵੇਂ ਅੱਜ ਦੇ ਸਿੱਖ ਕਹਿਣ ਤੋਂ ਭਾਵ ਉਦੋਂ ਕੁਝ ਲੋਕ ਜਿਹੜੇ ਆਪਣੀ ਮਰਜ਼ੀ ਦੇ ਨਾਲ ਇਸਲਾਮ ਦੇ ਵਿੱਚੋਂ ਸਿੱਖੀ ਦੇ ਵਿੱਚ ਆਉਂਦੇ ਹੋਣਗੇ, ਕਹਿੰਦਾ ਜਿਹੜੇ ਸਿੱਖ ਮੁਸਲਮਾਨਾਂ ਨੂੰ ਸਿੱਖੀ ਵੱਲ ਲੈ ਕੇ ਆ ਰਹੇ ਨੇ ਉਹ ਵੀ ਸਿੱਖੀ ਸਿਧਾਂਤਾਂ ਦੇ ਉਲਟ ਆ। ਸਿੱਖੀ ਦੇ ਵਿੱਚ ਸਿਰਫ ਚਾਰ ਵਰਨਾਂ ਦੇ ਲੋਕ ਹੀ ਆ ਸਕਦੇ ਨੇ, ਕਹਿਣ ਤੋਂ ਭਾਵ ਸਿੱਖੀ ਦੇ ਵਿੱਚ ਜੇ ਕੋਈ ਕਨਵਰਟ ਹੋ ਸਕਦਾ ਤਾਂ ਉਹ ਸਿਰਫ ਹਿੰਦੂ ਮਤ ਵਾਲੇ ਲੋਕ ਹੋ ਸਕਦੇ ਨੇ, ਮੁਸਲਿਮ ਜਿਹੜੇ ਨੇ ਉਹ ਕਨਵਰਟ ਨਹੀਂ ਹੋ ਸਕਦੇ। ਅਤੇ ਪ੍ਰਚਾਰ ਇਹਨਾਂ ਦਾ ਕਿਉਂ ਜ਼ਿਆਦਾ ਰੌਲਾ ਕਿਉਂ ਪਾ ਰਹੇ ਨੇ, ਕਿਉਂਕਿ ਇਹ ਉਦਾਸੀਆਂ ਦੇ ਮਤ ਅਤੇ ਇੰਟਲੈਕਚੁਅਲੀ ਇੰਨੇ ਉਸ ਪੱਧਰ 'ਤੇ ਨਹੀਂ ਹੈਗੇ, ਤਾਂ ਕਰਕੇ ਤੁਸੀਂ ਸਾਰਾ ਕੁਝ ਪੜ੍ਹ ਸਕਦੇ ਇੰਗਲਿਸ਼ ਦੇ ਵਿੱਚ ਜੋ ਕੁਛ ਵੀ ਲਿਖਿਆ ਹੈਗਾ ਸਾਈਟਸ ਦੇ ਉੱਤੇ। ਅਤੇ ਇਸ ਤਰ੍ਹਾਂ ਦੀ ਇਹਨਾਂ ਦੇ ਵਿੱਚ ਇੱਕ ਵਿਚਾਰਧਾਰਕ ਪੱਧਰ ਦੇ ਉੱਤੇ ਜੰਗ ਛਿੜਦੀ ਆ ਬਹੁਤ ਵੱਡੇ ਲੈਵਲ ਦੇ ਉੱਤੇ ਉਸ ਟਾਈਮ ਦੇ ਉੱਤੇ 20ਵੀਂ ਸਦੀ ਦੀ ਸ਼ੁਰੂਆਤ ਦੇ ਵਿੱਚ। ਅਤੇ ਇਸ ਦੇ ਵਿੱਚੋਂ ਫਿਰ ਨਿਕਲਦੀ ਗੁਰਦੁਆਰਾ ਸੁਧਾਰ ਲਹਿਰ, ਅਕਾਲੀ ਮੂਵਮੈਂਟ, ਜਿਨ੍ਹਾਂ ਸਿੰਘਾਂ ਨੇ ਆਪਣੇ ਜਾਨਾਂ ਨੂੰ ਨਿਸ਼ਾਵਰ ਕਰਕੇ ਇਹਨਾਂ ਮਹੰਤਾਂ ਦੇ ਕਬਜ਼ੇ ਦੇ ਵਿੱਚੋਂ ਸਾਡੇ ਗੁਰਧਾਮਾਂ ਨੂੰ ਆਜ਼ਾਦ ਕਰਾਇਆ ਸੀ।
ਫਿਰ ਅਸੀਂ ਸਾਰੇ ਜਾਣਦੇ ਹਾਂ ਸ਼੍ਰੋਮਣੀ ਕਮੇਟੀ ਦੀ ਜਿਹੜੀ ਆ ਅਸਟੈਬਲਿਸ਼ਮੈਂਟ ਹੁੰਦੀ ਹੈ। ਬਟ ਇਸ ਦੇ ਨਾਲ ਨਾਲ ਇੱਕ ਪਾਸੇ ਤੇ ਇਹ ਆ ਗੁਰੂ ਧਾਮਾਂ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਸਨ ਅਤੇ ਦੂਸਰੇ ਪਾਸੇ ਇਹ ਆਪਣਾ ਨਾਤਾ ਜਿਹੜਾ ਆ ਸਿੱਖੀ ਨਾਲੋਂ ਵੀ ਤੋੜ ਰਹੇ ਸਨ। ਇਹਨਾਂ ਨੇ ਜਦੋਂ ਐਸ ਜੀ ਪੀ ਸੀ ਅਸਟੈਬਲਿਸ਼ ਹੋ ਜਾਂਦੀ ਆ ਉਸ ਤੋਂ ਬਾਅਦ ਇੱਕ ਪਟੀਸ਼ਨ ਪਾਈ ਕੋਰਟ ਦੇ ਵਿੱਚ ਕਿ ਜਿਹੜਾ ਆਉਣ ਵਾਲਾ ਨੈਕਸਟ ਸੈਂਸਸ ਹੋਏਗਾ ਜਿਹਦੇ ਵਿੱਚ ਜਨਗਣਨਾ ਕੀਤੀ ਜਾਂਦੀ ਹੈ, ਆਬਾਦੀ ਬਾਰੇ ਗਿਣਿਆ ਜਾਂਦਾ, ਉਸ ਦੇ ਵਿੱਚ ਸਾਡੀ ਜਿਹੜੀ ਗਿਣਤੀ ਆ ਉਹ ਸਿੱਖਾਂ ਵਿੱਚ ਨਹੀਂ ਉਹ ਹਿੰਦੂਆਂ ਦੇ ਵਿੱਚ ਕੀਤੀ ਜਾਏ। ਅਤੇ ਇਹ ਇਹਨਾਂ ਨੇ ਇਸ ਤਰ੍ਹਾਂ ਦੇ ਜਿਹੜੇ ਕੋਰਟ ਕੇਸ ਸੀ ਉਹ ਵੀ ਫਾਈਲ ਕੀਤੇ ਜਾ ਕੇ ਕੋਰਟਸ ਦੇ ਵਿੱਚ। ਹੁਣ ਤੁਹਾਡੇ ਨਾਲ ਮੈਂ ਇੱਕ ਸੈਂਸਸ ਦੀ ਰਿਪੋਰਟ ਸਾਂਝੀ ਕਰਾਂਗਾ 1881 ਤੋਂ ਲੈ ਕੇ 1931 ਤੱਕ। ਤੁਸੀਂ ਦੇਖੋ ਕਿ ਜਿਹੜੇ ਉਸ ਟਾਈਮ ਦੇ ਉਦਾਸੀ ਨੇ ਦੋ ਟਾਈਪ ਦੇ ਨੇ। ਇੱਕ ਉਹ ਉਦਾਸੀ ਨੇ ਜਿਹੜਾ ਆਪਣਾ ਨਾਤਾ ਸਿੱਖ ਉਦਾਸੀ ਦੇ ਨਾਲ ਜੋੜਦੇ ਨੇ ਸੈਂਸਸ ਦੇ ਵਿੱਚ, ਅਤੇ ਦੂਸਰੇ ਪਾਸੇ ਉਹ ਨੇ ਜਿਹੜੇ ਆਪਣੇ ਆਪ ਨੂੰ ਸੈਂਸਸ ਦੇ ਵਿੱਚ ਹਿੰਦੂ ਲਿਖਵਾ ਰਹੇ ਨੇ। ਅਤੇ ਇਹਨਾਂ ਦੀ ਗਿਣਤੀ ਕਿਸ ਤਰ੍ਹਾਂ ਡਿਕਲਾਈਨ ਹੁੰਦਾ ਜਾਂਦਾ ਆ, ਜੋ ਜੋ ਗੁਰਦੁਆਰਾ ਸੁਧਾਰ ਲਹਿਰ ਵੱਧਦੀ ਆ, ਰਿਫੋਰਮ ਮੂਵਮੈਂਟਸ ਚੱਲਦੀਆਂ, ਸਿੰਘ ਸਭਾ ਚੱਲਦੀ ਆ, ਬਿਲਕੁਲ ਡਾਊਨ ਆਉਣਾ ਸ਼ੁਰੂ ਹੋ ਜਾਂਦਾ। ਇਹਦੇ ਪਿੱਛੇ ਰੀਜ਼ਨ ਕੀ ਸੀ ਕਿ ਇਹਨਾਂ ਨੇ ਆਪਣੇ ਆਪ ਨੂੰ ਸਿੱਖੀ ਤੋਂ ਮੁਨਕਰ ਕਰ ਲਿਆ, ਇਹਨਾਂ ਨੇ ਆਪਣਾ ਸਿੱਖੀ ਦੇ ਨਾਲ ਨਾਤਾ ਤੋੜ ਕੇ ਦੂਸਰੇ ਪਾਸੇ ਹਿੰਦੂ ਧਰਮ ਦੇ ਨਾਲ ਨਾਤਾ ਜੋੜਨਾ ਸ਼ੁਰੂ ਕਰ ਦਿੱਤਾ। ਇਹ ਉਸ ਟਾਈਮ ਦੀਆਂ ਗੱਲਾਂ ਚੱਲਦੀਆਂ ਨੇ ਸਾਰੀਆਂ। ਅਤੇ ਇਹਨਾਂ ਦੇ ਜਿਹੜੇ ਸੈਂਟਰ ਸੀ ਉਹ ਵੀ ਫਿਰ 1850 ਤੱਕ 230, 1923 ਤੱਕ ਜਿਹੜੇ ਨੇ ਉਹ 72 ਅਤੇ 59 'ਚ ਫਿਰ 93 ਥੋੜ੍ਹੇ ਵਧਣੇ ਸ਼ੁਰੂ ਹੋ ਜਾਂਦੇ, ਉਹਦੇ ਵੀ ਕੁਛ ਕਾਰਨ ਸੀ। ਇਸ ਤਰ੍ਹਾਂ ਇੱਕਦਮ ਜਿਹੜਾ ਇਹਦਾ ਡਿਕਲਾਈਨ ਜਿਹੜਾ ਆ ਸ਼ੁਰੂ ਹੁੰਦਾ ਉਦਾਸੀ ਸੈਂਟਰਸ ਦਾ। ਹੁਣ ਜਦੋਂ ਐਸ ਜੀ ਪੀ ਸੀ ਅਸਟੈਬਲਿਸ਼ ਹੁੰਦੀ ਆ, ਗੁਰਦੁਆਰਾ ਲੈਜੀਸਲੇਸ਼ਨ ਬਿੱਲ ਸੀ ਜਿਹੜਾ ਉਹ ਪਾਸ ਹੋਇਆ, ਉਹ ਬਿੱਲ ਪਾਸ ਹੋਣ ਦੇ ਨਾਲ ਉਦਾਸੀਆਂ ਨੇ ਕਿਸ ਤਰ੍ਹਾਂ ਰਿਐਕਟ ਕੀਤਾ? ਉਦੋਂ ਜਿਹੜੀ ਸਭ ਤੋਂ ਪਹਿਲੀ ਸੀ ਕਿ ਜਿਹੜਾ ਸਿੱਖ ਆ ਉਹ ਵੀ ਗੁਰਧਾਮਾਂ ਦੇ ਵਿੱਚ ਆ ਕੇ ਇਸ ਤਰ੍ਹਾਂ ਦੀ ਉਹਨਾਂ ਨੂੰ ਸੇਵਾ ਸੰਭਾਲ ਕਰ ਸਕਦਾ। ਜਿਹੜੀ ਸਿੱਖ ਦੀ ਡੈਫੀਨੇਸ਼ਨ ਦਿੱਤੀ ਗਈ ਸੀ ਸਿੱਖ ਲੈਜੀਸਲੇਸ਼ਨ ਦੇ ਵਿੱਚ ਕਿ ਉਹ ਇਨਸਾਨ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਉੱਤੇ, 10 ਗੁਰੂ ਸਾਹਿਬਾਨ ਦੇ ਉੱਤੇ, ਉਹਨਾਂ ਦੀਆਂ ਸਿੱਖਿਆਵਾਂ ਉੱਤੇ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਅੰਮ੍ਰਿਤ ਉੱਤੇ ਨਿਸ਼ਚਾ ਰੱਖਦਾ ਆ, ਅਤੇ ਉਹ ਸਿੱਖ ਹੋਏਗਾ। ਹੁਣ ਜਿੰਨੇ ਵੀ ਉਸ ਟਾਈਮ ਦੇ ਗੁਰਦੁਆਰੇ ਸੀ, ਨਨਕਾਣਾ ਸਾਹਿਬ, ਪੰਜਾ ਸਾਹਿਬ, ਜਿੰਨੇ ਵੱਡੇ ਵੱਡੇ, ਇਹ ਸਾਰੇ ਉਦਾਸੀਆਂ ਦੇ ਹੱਥੋਂ ਨਿਕਲ ਕੇ ਸ਼੍ਰੋਮਣੀ ਕਮੇਟੀ ਦੇ ਹੱਥ ਵਿੱਚ ਜਾਣ, ਮਤਲਬ ਜਾ ਚੁੱਕੇ ਸਨ, ਅਤੇ ਹੌਲੀ ਹੌਲੀ ਇਹ ਜਾ ਵੀ ਰਹੇ ਸਨ। ਇਹਨਾਂ ਗੁਰਦੁਆਰਿਆਂ ਨੂੰ, ਇਹਨਾਂ ਅਖਾੜਿਆਂ ਨੂੰ ਬਚਾਉਣ ਦੇ ਲਈ ਇਹਨਾਂ ਉਦਾਸੀ ਮਹੰਤਾਂ ਨੇ ਕੀ ਕੀਤਾ? ਆਪਣਾ ਜਿਹੜਾ ਨਾਤਾ ਸੀ ਉਹ ਸਿੱਖੀ ਦੇ ਨਾਲੋਂ ਬਿਲਕੁਲ ਤੋੜ ਲਿਆ। ਉਹਨਾਂ ਨੇ ਸੈਂਸਿਸ ਰਿਪੋਰਟ ਦੇ ਵਿੱਚ ਆਪਣੇ ਆਪ ਨੂੰ ਹਿੰਦੂ ਲਿਖਵਾਇਆ, ਆਪਣੇ ਅਖਾੜਿਆਂ ਦੇ ਵਿੱਚੋਂ, ਆਪਣੇ ਸੈਂਟਰ ਦੇ ਵਿੱਚੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਚੁੱਕ ਕੇ ਉਹਦੀ ਜਗ੍ਹਾ ਜਿਹੜੇ ਬੁੱਤ ਨੇ ਉਹ ਸਟੈਬਲਿਸ਼ ਕੀਤੇ, ਅਤੇ ਆਪਣਾ ਜਿਹੜਾ ਨਾਤਾ ਸੀ ਆਪਣੀਆਂ ਬੁੱਕਸ ਦੇ ਵਿੱਚ ਇਸ ਤਰ੍ਹਾਂ ਦਾ ਲਿਟਰੇਚਰ ਉਹਨਾਂ ਨੇ ਲਿਖਣਾ ਸ਼ੁਰੂ ਕੀਤਾ ਕਿ ਜਿਹੜੀ ਉਦਾਸੀ ਮੱਤ ਆ ਇਹ ਲੋਰਡ ਸ਼ਿਵਾ ਤੋਂ ਚੱਲਦੀ ਆ ਰਹੀ ਹੈ, ਸ਼ਿਵਜੀ ਤੋਂ ਚੱਲਦੀ ਆ ਰਹੀ ਹੈ, ਇਹਦਾ ਸਿੱਖਾਂ ਦੇ ਨਾਲ ਕੋਈ ਸੰਬੰਧ ਨਹੀਂ ਹੈਗਾ। ਤੁਸੀਂ ਆ ਪਿਕਚਰ ਦੇ ਵਿੱਚ ਵੀ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਪਾਸੇ ਗੁਰੂ ਨਾਨਕ ਪਾਤਸ਼ਾਹ ਅਤੇ ਜਿਹੜੀ ਦੂਸਰੇ ਪਾਸੇ ਲੋਰਡ ਸ਼ਿਵਾ ਦੀ ਉਹਨਾਂ ਨੇ ਤਸਵੀਰ ਲਗਾ ਕੇ ਇਸ ਤਰ੍ਹਾਂ ਦਾ ਪ੍ਰਚਾਰ ਆਪਣੇ ਲਿਟਰੇਚਰ ਦੇ ਵਿੱਚ ਕਰਨਾ ਸ਼ੁਰੂ ਕੀਤਾ। ਹੁਣ ਅਸੀਂ ਜੇ ਉਦਾਸੀ ਸਿੱਖਾਂ ਦੇ ਵੱਲ ਵੇਖੀਏ ਕਿ ਜਦੋਂ ਗੁਰੂ ਪਾਤਸ਼ਾਹ ਤੋਂ ਲੈ ਕੇ 20ਵੀਂ ਸਦੀ ਤੱਕ ਗੁਰੂ ਪਾਤਸ਼ਾਹ ਦੇ ਵੇਲੇ ਇਹਨਾਂ ਨੇ ਜਿੰਨੀ ਗੁਰਮਤਿ ਦੀ ਵਿਆਖਿਆ ਸੀ ਉਹ ਘਰ ਘਰ ਤੱਕ ਪਹੁੰਚਾਈ, ਗੁਰਮਤ ਦਾ ਪ੍ਰਚਾਰ ਕੀਤਾ। ਈਵਨ ਕਿ ਕੁਝ ਰੈਫਰੈਂਸ ਮਿਲਦੇ ਨੇ 18ਵੀਂ ਸਦੀ ਦੇ ਅੰਤ ਤੱਕ ਉਦਾਸੀ ਸਿੱਖ ਨੇ ਜਿਹੜੇ ਆਪਣੇ ਆਪ ਨੂੰ ਸਿੱਖੀ ਦਾ ਹਿੱਸਾ ਸਮਝਦੇ ਨੇ। ਉਹਦੀ ਮੈਂ ਤੁਹਾਨੂੰ ਇੱਕ ਉਦਾਹਰਣ ਦਿੰਦਾ ਕਿ ਅਸੀਂ ਜਾਣਦੇ ਹਾਂ ਕਿ ਗੁਰੂ ਨਾਨਕ ਪਾਤਸ਼ਾਹ ਨੇ ਹਿੰਦੂਆਂ ਦੇ ਵੱਖ ਵੱਖ ਧਰਮ ਸਥਾਨਾਂ ਦੇ, ਹਰਿਦੁਆਰ, ਜਿੰਨੇ ਵੀ ਮੇਨ ਮੇਨ ਸੀ, ਗਿਆ ਹੋ ਗਿਆ, ਕੁਰੂਕਸ਼ੇਤਰ ਹੋ ਗਿਆ, ਉਹਨਾਂ ਦੇ ਉੱਤੇ ਜਾ ਕੇ ਸਿੱਖੀ ਦਾ ਪ੍ਰਚਾਰ ਕੀਤਾ ਸੀ, ਲੋਕਾਂ ਨੂੰ ਸਿੱਧੇ ਰਾਹ ਪਾਇਆ ਸੀ। ਅਤੇ ਗੁਰੂ ਪਾਤਸ਼ਾਹ ਜੀ ਇੱਕ ਪ੍ਰਚਾਰ ਕਲਾ ਸੀ ਕਿ ਜਦੋਂ ਕੋਈ ਵੱਡਾ ਦਿਨ ਤਿਉਹਾਰ ਹੁੰਦਾ ਸੀ ਉਦੋਂ ਜਾ ਕੇ ਉੱਥੇ ਵੱਧ ਤੋਂ ਵੱਧ ਲੋਕਾਂ ਨੂੰ ਐਡਰੈਸ ਕਰਨ ਦੇ ਲਈ ਉੱਥੇ ਜਾ ਕੇ ਆਪਣੀ ਗੱਲ ਕਰਦੇ ਹੁੰਦੇ ਸਨ। ਅਤੇ ਉਦਾਸੀ ਸਿੱਖਾਂ ਨੇ ਵੀ ਇਸ ਤਰ੍ਹਾਂ ਦੀ ਜਿਹੜੀ ਪ੍ਰਚਾਰ ਦੀ ਸ਼ੈਲੀ ਸੀ ਉਸਨੂੰ ਅਡੋਪਟ ਕੀਤਾ। ਕੁੰਭ ਦੇ ਮੇਲੇ ਦੌਰਾਨ ਜਾ ਕੇ 1796 ਦੀ ਘਟਨਾ ਆ, ਉਦਾਸੀਆਂ ਨੇ ਸਿੱਖੀ ਦਾ ਪ੍ਰਚਾਰ ਕਰਨ ਲਈ ਉੱਥੇ ਅਖੰਡ ਪਾਠ ਸਾਹਿਬ ਰੱਖਿਆ ਸੀ ਹਰਿਦੁਆਰ ਜਾ ਕੇ। ਜਦੋਂ ਅਖੰਡ ਪਾਠ ਸਾਹਿਬ ਚੱਲ ਰਿਹਾ ਸੀ ਤਾਂ ਜਿਹੜੇ ਦੂਸਰੇ ਉੱਥੋਂ ਦੇ ਹਿੰਦੂ ਧਰਮ ਨਾਲ ਸੰਬੰਧਿਤ ਸੰਨਿਆਸੀ ਲੋਕ ਸਨ, ਉਹ ਜਿੰਨੇ ਲੋਕ ਵੀ ਉੱਥੇ ਆਉਂਦੇ ਸਨ, ਜਿੰਨੇ ਆਪਣੇ ਡੇਰਿਆਂ ਦੇ ਵਿੱਚ ਰਹਿੰਦੇ ਸਨ, ਉਹਨਾਂ ਕੋਲ ਪੈਸੇ ਵਸੂਲ ਕਰਦੇ ਹੁੰਦੇ ਸਨ ਕਿ ਇੱਥੇ ਰਹਿਣ ਦੇ ਲਈ ਸਾਨੂੰ ਟੈਕਸ ਦਿੱਤਾ ਜਾਏ। ਜਦੋਂ ਉਦਾਸੀ ਸਿੱਖਾਂ ਕੋਲ ਆਏ ਤਾਂ ਉਦਾਸੀ ਸਿੱਖਾਂ ਨੇ ਇੱਕ ਗੱਲ ਕੀਤੀ ਕਿ ਸਾਡਾ ਤੁਹਾਡੇ ਨਾਲ ਕੋਈ ਸੰਬੰਧ ਨਹੀਂ ਹੈਗਾ, ਅਸੀਂ ਹਿੰਦੂਆਂ ਦਾ ਹਿੱਸਾ ਨਹੀਂ ਹੈ। ਇਸ ਗੱਲ ਦੇ ਉੱਤੇ ਉਹਨਾਂ ਦੇ ਵਿੱਚ ਤਕਰਾਰ ਹੋ ਜਾਂਦੀ ਅਤੇ ਤਕਰਾਰ ਜਿਹੜੀ ਆ ਲੜਾਈ ਦੇ ਵਿੱਚ ਬਦਲ ਜਾਂਦੀ। ਅਤੇ ਉਹ ਜਿਹੜੇ ਕੁੰਭ ਦੇ ਮੇਲੇ 'ਤੇ ਆਏ ਹੋਏ ਨਾਗੇ ਸਾਧੀ ਸੀ, ਉਹਨਾਂ ਨੇ ਕਹਿੰਦੇ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਵੀ ਕੀਤੀ, ਆਪਣੀਆਂ ਕਿਰਪਾਨਾਂ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੇ ਪੱਤਰੇ ਵੀ ਪਾੜੇ ਅਤੇ ਬਹੁਤ ਸਾਰੇ ਉਦਾਸੀ ਸਿੱਖਾਂ ਨੂੰ ਉਹਨਾਂ ਨੇ ਮਾਰ ਦਿੱਤਾ ਉਸ ਟਾਈਮ ਦੇ ਉੱਤੇ। ਸਿਰਫ ਇੰਨਾ ਕਹਿਣ ਦੇ ਉੱਤੇ ਕਿ ਉਦਾਸੀਆਂ ਨੇ ਕਿਹਾ ਸੀ ਕਿ ਸਾਡਾ ਜਿਹੜਾ ਸੰਬੰਧ ਆ ਉਹ ਸਿੱਖਾਂ ਦੇ ਨਾਲ ਆ, ਤੁਹਾਡੇ ਧਰਮ ਦੇ ਨਾਲ ਨਹੀਂ ਹੈਗਾ। ਇਸ ਘਟਨਾ ਦਾ ਬਾਅਦ ਦੇ ਵਿੱਚ ਜਦੋਂ ਮਹਾਰਾਜਾ ਪਟਿਆਲਾ ਨੂੰ ਪਤਾ ਲੱਗਦਾ, ਉਸ ਟਾਈਮ ਦੇ ਉੱਤੇ ਜਿਹੜੇ ਮਹਾਰਾਜਾ ਸਾਹਿਬ ਸਿੰਘ ਸੀ,
ਨਾ ਜਿਹੜੇ ਦੂਸਰੇ ਨਾਭੇ ਦੇ ਜੀਨ ਦੇ ਸਰਦਾਰ ਸੀ ਜਦੋਂ ਉਹਨਾਂ ਨੂੰ ਪਤਾ ਲੱਗਦਾ ਉਹ ਫਿਰ ਹਰਿਦੁਆਰ ਜਾ ਕੇ ਇਹਨਾਂ ਦੀ ਮਦਦ ਕਰਦੇ ਨੇ ਉੱਥੇ ਜਾ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਜਾਂਦਾ ਅਖੰਡ ਪਾਠ ਦੀ ਜਿਹੜੀ ਫਿਰ ਜਿਹੜੀ ਸ਼ੁਰੂਆਤ ਆ ਉਹ ਹੁੰਦੀ ਹੈ ਅਤੇ ਬਾਅਦ ਵਿੱਚ ਉਹਨਾਂ ਸਾਧੂ ਨਾਗੇ ਸਾਧੂਆਂ ਨੂੰ ਜਿਨ੍ਹਾਂ ਨੇ ਉਦਾਸੀਆਂ ਨੂੰ ਮਾਰਿਆ ਸੀ ਉਹਨਾਂ ਦੇ ਉੱਤੇ ਵੀ ਹਮਲਾ ਕਰਕੇ ਉਹਨਾਂ ਨੂੰ ਸੋਧਾ ਲਾਇਆ ਜਾਂਦਾ ਆ ਅਤੇ ਉਸ ਤੋਂ ਬਾਅਦ ਕਹਿੰਦੇ ਅੱਜ ਤੱਕ ਕਿਸੇ ਨੇ ਵੀ ਉਦਾਸੀ ਜਾਂ ਨਿਰਮਲੇ ਸਿੱਖਾਂ ਕੋਲੋਂ ਇੱਕ ਪੈਸਾ ਲੈਣ ਦੀ ਹਿੰਮਤ ਨਹੀਂ ਕੀਤੀ। ਕਹਿਣ ਤੋਂ ਭਾਵ ਸਾਡੇ ਕੋਲ ਉਹ ਵੀ ਐਗਜ਼ੈਂਪਲਸ ਹੈਗੀਆਂ ਨੇ 18ਵੀਂ ਸਦੀ ਦੇ ਅਖੀਰ ਤੱਕ ਇਹ ਜਿਹੜੇ ਉਦਾਸੀ ਸੀ ਆਪਣਾ ਜਿਹੜਾ ਸੰਬੰਧ ਸੀ ਉਹ ਸਿੱਖੀ ਨਾਲ ਜੋੜ ਰਹੇ ਸਨ। ਪਰ ਗੁਰਦੁਆਰਾ ਸੁਧਾਰ ਲਹਿਰ ਆਉਣ ਦੇ ਕਰਕੇ ਹੀ ਇਹਨਾਂ ਨੇ ਆਪਾਂ ਸਿੱਖੀ ਨਾਲੋਂ ਨਾਤਾ ਨਹੀਂ ਤੋੜਿਆ, ਪਹਿਲਾਂ ਵੀ ਇਹਨਾਂ ਦੇ ਵਿੱਚ ਅੰਸ਼ ਜਿਹੜੇ ਸੀ ਉਹ ਵੜਨੇ ਸ਼ੁਰੂ ਹੋ ਗਏ ਸਨ ਜਾਂ ਵਾੜ ਦਿੱਤੇ ਗਏ ਸਨ ਜਿਹਦੇ ਕਰਕੇ ਜਿਹੜੇ ਆਪਣੇ ਆਪ ਨੂੰ ਹਿੰਦੂ ਕਹਿ ਰਹੇ ਸਨ। ਪ੍ਰੋਫੈਸਰ ਪ੍ਰੀਤਮ ਸਿੰਘ ਹੋਏ ਜੀ ਇੱਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਗੁਰੂ ਨਾਨਕ ਸਟੱਡੀ ਦੇ ਹੈੱਡ ਰਿਟਾਇਰ ਹੋਏ ਨੇ ਅਤੇ ਇਹਨਾਂ ਨੇ ਸਿੱਖ ਸਾਹਿਤ ਨੂੰ ਸਾਂਭਣ ਦੇ ਵਿੱਚ ਬਹੁਤ ਵੱਡਾ ਰੋਲ ਅਦਾ ਕੀਤਾ ਹੈ। ਇਹ ਆਪਣੀ ਡਾਕਟਰ ਪਰਮਵੀਰ ਨੇ ਪੰਜਾਬੀ ਯੂਨੀਵਰਸਿਟੀ ਦੀ ਉਹਨਾਂ ਦੇ ਮੈਂ ਰੈਫਰੈਂਸ ਦੇ ਥਰੂ ਗੱਲ ਕਰ ਰਿਹਾ, ਉਹਨਾਂ ਨੇ ਆਪਣੀ ਬੁੱਕ ਦੇ ਵਿੱਚ ਲਿਖਿਆ ਇਹਨਾਂ ਦਾ ਰੈਫਰੈਂਸ ਦਿੰਦੇ ਆ ਪ੍ਰੋਫੈਸਰ ਪ੍ਰੀਤਮ ਸਿੰਘ ਦਾ ਕਿ ਪਟਨੇ ਦੇ ਵਿੱਚ ਇੱਕ ਉਦਾਸੀ ਸੈਂਟਰ 'ਤੇ ਇਹਨਾਂ ਨੇ ਗੱਲ ਸੁਣੀ ਕਿ ਇੱਕ ਉਦਾਸੀ ਸਾਧ ਕੋਲੋਂ ਇੱਕ ਬੀਬੀ ਆਪਣੀ ਨੂੰਹ ਨੂੰ ਨਾਮਦਾਨ ਦੇਣ ਲੈ ਆਈ। ਜਦੋਂ ਉਦਾਸੀ ਸਾਧ ਨੇ ਨਾਮਦਾਨ ਦੇਣਾ ਸ਼ੁਰੂ ਕੀਤਾ ਅਤੇ ਉਸਨੇ ਜਿਹੜਾ ਹਿੰਦੂਆਂ ਦਾ ਗਾਇਤਰੀ ਮੰਦਰ ਸੀ ਓਮ ਭੂ ਭਵਾ ਸਵਾਹ ਉਹ ਉਚਾਰਨ ਕਰਨਾ ਸ਼ੁਰੂ ਕਰਤਾ ਤਾਂ ਉਹ ਸੱਸ ਕਹਿਣ ਲੱਗੀ ਕਿ ਬਾਬਾ ਜੀ ਇਹਨੂੰ ਮੇਰੇ ਵਾਲਾ ਨਾਮ ਦਿਓ ਜਿਹੜਾ ਤੁਸੀਂ ਏਕਮਕਾਰ ਸਤਨਾਮ ਕਰਤਾਪੁਰ ਖੜਾ ਜਿਹੜਾ ਗੁਰੂ ਨਾਨਕ ਪਾਤਸ਼ਾਹ ਦੀ ਵਿਚਾਰਧਾਰਾ। ਕਹਿੰਦੇ ਨਹੀਂ, ਨਾਮ ਬੰਨ ਬਦਲ ਚੁੱਕਾ। ਕਹਿਣ ਤੋਂ ਭਾਵ ਕਿ ਇੱਕ ਉਦਾਸੂ ਸਾਧ ਹੁੰਦੇ ਆਪਣੀ ਵਿਚਾਰਧਾਰਾ ਦੇ ਵਿੱਚ ਕਿਸ ਤਰ੍ਹਾਂ ਬਦਲਾਵ ਲਿਆਂਦਾ, ਕਿਸ ਤਰ੍ਹਾਂ ਇਹਨਾਂ ਨੇ ਆਪਣਾ ਸਿੱਖੀ ਦੇ ਨਾਲ ਨਾਤਾ ਤੋੜ ਕੇ ਦੂਸਰੇ ਪਾਸੇ ਜੋੜਿਆ, ਇਹ ਵੀ ਸਾਨੂੰ ਵਿਚਾਰਨ ਦੀ ਲੋੜ ਹੈ। ਇਹ ਅੰਗ ਤਾਂ ਸਾਡਾ ਸਨ ਪਰ ਕਿਸ ਤਰ੍ਹਾਂ ਇਹਨਾਂ ਨੂੰ ਕਿਹੜੀਆਂ ਤਾਕਤਾਂ ਨੇ ਆਪਣੇ ਦੇ ਵਿੱਚ ਜਲਦ ਕਰ ਲਿਆ, ਸਾਨੂੰ ਉਹ ਉਸ ਪਾਸੇ ਵੀ ਧਿਆਨ ਦੇਣ ਦੀ ਲੋੜ ਹੈ ਕਿ ਉਹ ਤਾਕਤਾਂ ਸਿਰਫ ਅੱਜ ਨਹੀਂ ਕੰਮ ਕਰ ਰਹੀਆਂ। ਜਦੋਂ ਤੋਂ ਗੁਰੂ ਨਾਨਕ ਪਾਤਸ਼ਾਹ ਦੀ ਵਿਚਾਰਧਾਰਾ ਉਸ ਧਰਤੀ 'ਤੇ ਪਨਪ ਰਹੀ ਆ, ਉਦੋਂ ਤੋਂ ਲੈ ਕੇ ਅੱਜ ਤੱਕ ਜਿਹੜੀ ਉਹ ਵਿਚਾਰਧਾਰਾ ਨੂੰ ਖਤਮ ਕਰਨ ਦੀ ਗੱਲਬਾਤ ਆ ਨਾਲ ਦੀ ਨਾਲ ਹੀ ਪੈਰਲ ਕੰਮ ਕਰ ਰਹੀ ਹੈ ਅਤੇ ਉਹ ਕਾਮਯਾਬ ਵੀ ਹੋਈ। ਇਹ ਹੁਣ ਤੁਹਾਡੇ ਸਾਹਮਣੇ ਮੈਂ ਹਰਿਮੰਦਰ ਸਾਹਿਬ ਦਾ ਇੱਕ ਮੈਪ ਆ, ਤੁਸੀਂ ਦੇਖ ਸਕਦੇ ਹਰਿਮੰਦਰ ਸਾਹਿਬ ਲਿਖਿਆ ਪਿਆ ਹਰ ਕੀ ਪੌੜੀ ਗੁਰਦੁਆਰਾ ਲਾਚੀ ਬੇਰ। ਇੱਥੇ ਤੁਸੀਂ ਓਮ ਦਾ ਨਿਸ਼ਾਨ ਦੇਖ ਰਹੇ ਹੋ, ਕਹਿਣ ਤੋਂ ਭਾਵ ਇਹ ਜਿਹੜਾ ਗੂਗਲ ਮੈਪ ਆ ਇਹ ਸ਼ੋਅ ਕਰ ਰਿਹਾ ਕਿ ਇੱਥੇ ਇੱਕ ਹਿੰਦੂ ਟੈਂਪਲ ਹੈ। ਇਸ ਤੋਂ ਅੱਗੇ ਮੈਂ ਦਿਖਾਉਂਦਾ ਜੀ ਆ ਵੀ ਹਰਿਮੰਦਰ ਸਾਹਿਬ ਦੇ ਇਸ ਓਮ ਦਾ ਨਿਸ਼ਾਨ ਸ਼ੋਅ ਕਰ ਰਿਹਾ, ਜਿਹੜਾ ਇਹ ਸ਼ੋਅ ਕਰ ਰਿਹਾ ਕਿ ਇੱਥੇ ਵੀ ਹਿੰਦੂ ਟੈਂਪਲ ਹੈਗਾ। ਜਦੋਂ ਕਿ ਅਸਲ ਦੇ ਵਿੱਚ ਜਿਹੜੇ ਇਹ ਸੀ ਉਦਾਸੀਆਂ ਦੇ ਅਖਾੜੇ ਸੀ, ਅਖਾੜਿਆਂ ਤੋਂ ਇਹ ਆਸ਼ਰਮ ਬਣ ਗਏ। ਅਤੇ ਜਦੋਂ ਅਸੀਂ ਗੂੰਗਿਆਂ ਦੀ ਗੱਲ ਕਰਦੇ ਹਾਂ 18ਵੀਂ ਸਦੀ ਦੇ ਵਿੱਚ 19ਵੀਂ ਸਦੀ ਦੇ ਵਿੱਚ ਜਿਹੜੇ ਗੂੰਗੇ ਅਸਟੈਬਲਿਸ਼ ਹੋਏ, ਜਦੋਂ ਉਹਨਾਂ ਦੀ ਲਿਸਟ ਪੜ੍ਹਦੇ ਹਾਂ ਇਹ ਸਾਰੇ ਸਿੱਖੀ ਗੂੰਗਿਆਂ ਦੇ ਵਿੱਚ ਇਹਨਾਂ ਦੇ ਨਾਮ ਦਰਜ ਨੇ। ਅਤੇ ਅੱਜ ਤੁਸੀਂ ਗੂਗਲ ਮੈਪ 'ਤੇ ਦੇਖ ਸਕਦੇ ਹੋ ਕਿ ਇਹ ਸਾਰੇ ਜਿਹੜੇ ਨੇ ਇਹ ਸਿੱਖੀ ਦਾ ਜਿਹੜੇ ਇੱਕ ਅੰਗ ਹੁੰਦੇ ਸੀ ਅਖਾੜੇ ਸਿੱਖੀ ਦੇ ਨਾਂ 'ਤੇ ਸਿੱਖੀ ਦਾ ਪ੍ਰਚਾਰ ਕਰਨ ਲਈ ਅਸਟੈਬਲਿਸ਼ ਕੀਤੇ ਗਏ ਸੀ ਉਹ ਸਾਰੇ ਦੂਸਰੇ ਪਾਸੇ ਜਾ ਚੁੱਕੇ ਨੇ। ਇਸ ਤਰ੍ਹਾਂ ਗੁਰੂ ਪਾਤਸ਼ਾਹ ਤੋਂ ਲੈ ਕੇ ਕਿਸ ਤਰ੍ਹਾਂ ਇਹਨਾਂ ਦੀ ਵਿਚਾਰਧਾਰਾ ਦੇ ਵਿੱਚ ਫਰਕ ਪਿਆ, ਕਿੰਨਾ ਹਾਲਾਤਾਂ ਦੇ ਵਿੱਚ ਨਿਕਲ ਕੇ ਅੱਜ ਇਹਨਾਂ ਦਾ ਰੂਪ ਕੀ ਹੋ ਚੁੱਕਾ। ਅਤੇ ਸਾਰੇ ਉਦਾਸੀ ਨਹੀਂ ਹੈਗੇ, ਇਹ ਵੀ ਗੱਲ ਨਾਲ ਆ, ਬਹੁਤ ਸਾਰੇ ਉਦਾਸੀ ਨੇ ਜਿਹੜੇ ਅੱਜ ਵੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਮੰਨ ਰਹੇ ਨੇ। ਜਿਹੜੀ ਆਪਾਂ ਗੱਲ ਕੀਤੀ ਸੀ ਗੁਰਦੁਆਰਾ ਬਾਠ ਸਾਹਿਬ ਦੀ, ਜਿੱਥੇ ਬਾਬਾ ਸ਼੍ਰੀ ਚੰਦ ਨੇ 62 ਸਾਲ ਆਪਣਾ ਜੀਵਨ ਬਤੀਤ ਕੀਤਾ, ਉਹ ਗੁਰਦੁਆਰਾ ਅੱਜ ਸ਼੍ਰੋਮਣੀ ਕਮੇਟੀ ਦੇ ਕੋਲ ਆ ਅਤੇ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਚਾਰ ਹੁੰਦਾ ਆ, ਪ੍ਰਕਾਸ਼ ਹੁੰਦਾ ਆ। ਅਤੇ ਤਕਰੀਬਨ ਪੂਰਾ ਮਾਝਾ ਜੰਮੂ ਤੱਕ ਇਹ ਜਿਹੜੀ ਸੰਗਤ ਆ ਇਸ ਬੈਲਟ ਦੀ, ਇਹ ਬਾਬਾ ਸ਼੍ਰੀ ਚੰਦ ਦੇ ਵਿੱਚ ਬਹੁਤ ਜ਼ਿਆਦਾ ਸ਼ਰਧਾ ਰੱਖਦੇ ਨੇ, ਬਹੁਤ ਸਤਿਕਾਰ ਦਿੰਦੇ ਨੇ। ਤੁਸੀਂ ਜਾ ਕੇ ਕਿਤੇ ਤੁਹਾਨੂੰ ਜਾਣ ਦਾ ਮੌਕਾ ਮਿਲੇ ਤਾਂ ਉਸ ਗੁਰਦੁਆਰੇ ਮੱਸਿਆ ਵਾਲੇ ਦਿਨ ਜਾ ਕੇ ਵੇਖਣਾ ਕਿ ਕਿੰਨੀ ਦੂਰ ਦੂਰ ਤੱਕ ਜਿਹੜੀ ਸੰਗਤ ਆ ਉਹ ਆ ਕੇ ਉੱਥੇ ਨਤਮਸਤਕ ਹੋ ਗਈ। ਹੁਣ ਸਾਡੇ ਲਈ ਸਵਾਲ ਇਹ ਆ ਕਿ ਉਦਾਸੀ ਸਿੱਖ ਜਿਹੜੇ ਸਾਡੇ ਤੋਂ ਦੂਰ ਜਾ ਚੁੱਕੇ ਨੇ ਕਿ ਇਹ ਵਾਪਸ ਸਾਡੇ ਵਿੱਚ ਆ ਸਕਦੇ ਨੇ ਕਿ ਨਹੀਂ। ਹੁਣ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਉਹ ਮੈਂ ਜਾਣਨਾ ਚਾਹਾਂਗਾ। ਵਾਪਸ ਲਿਆਉਣਾ ਚਾਹੀਦਾ ਜਾਂ ਸਾਡੇ ਵਿੱਚ ਸਾਡੇ ਕੋਲੋਂ ਵੀ ਕੋਈ ਕਮੀ ਰਹਿ ਗਈ ਇਤਿਹਾਸ ਦੇ ਵਿੱਚ ਕਿ ਜਿਹੜੇ ਹੌਲੀ ਹੌਲੀ ਇਹ ਜਿਹੜੀਆਂ ਸਾਡੀਆਂ ਸੰਸਥਾਵਾਂ ਸੀ ਸਿੱਖੀ ਦੀਆਂ ਹੌਲੀ ਹੌਲੀ ਜਦਬ ਹੋ ਗਈ, ਸਿੱਖੀ ਦਾ ਹਿੱਸਾ ਹੁੰਦਿਆਂ ਹੁੰਦਿਆਂ ਇਹ ਦੂਸਰੇ ਪਾਸੇ ਤੁਰੇ ਗਏ, ਤੁਹਾਡਾ ਕੀ ਵਿਚਾਰ ਹੈ ਜੀ ਇਸ ਬਾਰੇ? ਸਾਡੇ ਵੀ ਬਹੁਤ ਕਮੀਆਂ ਆਈਆਂ ਨੇਗੀਆਂ, ਅਸੀਂ ਉਹਨਾਂ ਕਮੀਆਂ ਨੂੰ ਦੂਰ ਕਰਨ ਦੀ ਖਾਤਰ ਬਹੁਤ ਚੱਲ ਰਿਹਾ ਹੈਗਾ ਵੈਸੇ, ਲੇਕਿਨ
ਅਗਰ ਆਪਾਂ ਸੋਚਿਆ ਵੀ ਨਹੀਂ ਕਿ ਅਗਰ ਸਿੱਖ ਡੈਰੇ ਵਿੱਚ ਆਉਣ ਦੀ ਖਾਤਰ ਸਾਨੂੰ ਕਾਸਟ ਦਾ ਸਿੱਖ ਹੋਣਾ ਚਾਹੀਦਾ, ਦੂਸਰਾ ਕਿ ਸਭ ਨੂੰ ਅਸੀਂ ਅੰਮ੍ਰਿਤਾ ਅੰਮ੍ਰਿਤ ਛਕਣਾ ਚਾਹੀਦਾ ਹੈਗਾ, ਉਹਦੇ 'ਚ ਕੀ ਹੈਗਾ ਜਿਹੜੇ ਹੁਣ ਉਦਾਸੀ ਅਖਾੜੇ ਹੈਗੇ ਉਹ ਇਸ ਚੀਜ਼ ਤੋਂ ਫਿਰ ਦੂਰ ਚਲੇ ਜਾਂਦੇ ਨੇ। ਅਗਰ ਅਸੀਂ ਉਹਨੂੰ ਉਸ ਚੀਜ਼ ਨੂੰ ਉਹਨਾਂ ਚੀਜ਼ 'ਤੇ ਕੰਪਰੋਮਾਈਜ਼ ਕਰ ਸਕਦੇ ਹਾਂ, ਰੀਕਨਸਾਈਲ ਕਰ ਸਕਦੇ ਹੈਗੇ ਵੀ ਸਿੱਖ ਮਤ ਨੂੰ ਮੰਨਣਾ, ਇੱਕ ਸਿੱਖ ਲਿਬਾਸ ਨੂੰ ਦੇ ਤੌਰ 'ਤੇ ਮੰਨਣਾ, ਇਹ ਦੋ ਚੀਜ਼ਾਂ ਵੱਖਰੀਆਂ ਹੋ ਜਾਂਦੀਆਂ ਨੇ। ਅਤੇ ਇਸ ਕਰਕੇ ਮੇਰੀ ਤਾਂ ਗੁਜ਼ਾਰਿਸ਼ ਇਹੀ ਹੈ ਜੀ ਵੀ ਕਈ ਕੱਟੜਪੰਥੀ ਜਿਹੜੇ ਸਾਡੇ ਸੋਚਾਂ ਹੈਗੀਆਂ ਉਹਨਾਂ ਨੂੰ ਛੱਡ ਕੇ ਰੀਕਨਸਾਈਲ ਕਰਨਾ ਚਾਹੀਦਾ ਹੈਗਾ, ਉਹਦੇ ਨਾਲ ਸਾਡਾ ਸਿੱਖਾਂ ਦਾ ਬੜਾਵਾ ਹੋਊਗਾ, ਸਿੱਖੀ ਦਾ ਸਾਡਾ ਬੜਾਵਾ ਹੋਊਗਾ। ਹੁਣ ਸਿੱਖੀ ਜਿਹੜੇ ਸਿੱਖ ਪੰਥ ਤੋਂ ਦੂਸਰੇ ਜਿਹੜੇ ਕੌਮਾਂ ਦੂਰ ਕਿਉਂ ਜਾ ਰਹੀਆਂ ਹੈਗੀਆਂ, ਉਹਨਾਂ ਦਾ ਵੀ ਇਹੀ ਕਾਰਨ ਹੈਗਾ ਕਿ ਅਸੀਂ ਖੁੱਲ੍ਹੇ ਤੌਰ ਦੇ ਉੱਤੇ ਉਹਨਾਂ ਦਾ ਵਿਰੋਧ ਕਰਦੇ ਹਾਂਗੇ, ਲੇਕਿਨ ਵਿਰੋਧ ਕਰਨ ਦੇ ਨਾਲ ਕਿ ਇਹਦੇ ਵਿਰੋਧ ਤਾਂ ਕਰਨਾ ਠੀਕ ਹੈ ਵੀ ਇਟਸ ਓਕੇ ਟੂ ਸਮ ਐਕਸਟੈਂਟ ਇਟਸ ਓਕੇ, ਲੇਕਿਨ ਉਹਨੂੰ ਜਸਟੀਫਾਈ ਕਰਨਾ ਵੀ ਅਸੀਂ ਸਾਡੇ ਸਿੱਖ ਧਰਮ 'ਚ ਤੁਸੀਂ ਆਓ, ਇਹ ਚੀਜ਼ਾਂ ਹੈਗੀਆਂ, ਇਹ ਸਾਡੇ ਮਤਲਬ ਸਾਡੀਆਂ ਅਸੀਂ ਜਿੱਦਾਂ ਜ਼ਿੰਦਗੀ ਬਤੀਤ ਕਰਦੇ ਹਾਂ, ਸਾਡੀ ਟੂਰਿਜ਼ਮ ਹੈਗੀ, ਸਭ ਕੁਛ ਹੈਗਾ। ਉਸ ਤਰੀਕੇ ਦੇ ਨਾਲ ਜਿਸ ਤਰ੍ਹਾਂ ਹੁਣ ਆਪਣਾ ਲੁਧਿਆਣਾ ਤੋਂ ਆਪਾਂ ਚੱਲੀਏ ਮੁੱਲਾਪੁਰ ਦਾਖਾ, ਉੱਥੇ ਇੱਕ ਉਦਾਸੀਆਂ ਦਾ ਡੇਰਾ ਹੈਗਾ, ਹਾਂਜੀ, ਉਸ ਡੇਰੇ ਦੇ ਵਿੱਚ ਪੂਰਾ ਸਿੱਖੀ ਦਾ ਪ੍ਰਚਾਰ ਹੀ ਕੀਤਾ ਜਾਂਦਾ, ਲੇਕਿਨ ਸਿਰਫ ਇੱਕ ਜਿਹੜਾ ਜਿਹੜੀ ਹੈਗੀ ਆਪਣੇ ਮਤਲਬ ਸਿੱਖ ਮਰਜ਼ਾਦਾ ਵੀ ਗੱਦੇ ਪਾਉਣੇ, ਹਾਂਜੀ, ਉਹ ਨਹੀਂ ਹੈਗੇ, ਲੇਕਿਨ ਸਿੱਖੀ ਦਾ ਪ੍ਰਚਾਰ ਉੱਥੇ ਵੀ ਹੋ ਰਿਹਾ। ਕਹਿਣ ਤੋਂ ਭਾਵ ਇਹ ਹੈ ਕਿ ਅਗਰ ਆਪਾਂ ਰੀਕਨਸਾਈਲ ਕਰੀਏ ਸਾਡੀ ਸਿੱਖੀ ਨੂੰ ਅਸੀਂ ਵਧਾ ਸਕਦੇ ਹਾਂ, ਉਹਦੇ ਸਿੱਖੀ ਦੇ ਵਧਾਉਣ ਦੇ ਵਿੱਚ ਚੰਗੇ ਅਸਰ ਹੋਣਗੇ, ਕੋਈ ਮਾੜਾ ਅਸਰ ਨਹੀਂ। ਠੀਕ, ਥੈਂਕ ਯੂ, ਬਹੁਤ ਸੋਹਣਾ ਜਵਾਬ ਹੈ ਜੀ। ਹੋਰ ਕਿਸੇ ਦੀ ਕੀ ਓਪੀਨੀਅਨ ਹੈ ਜੀ ਕਿ ਇਹਦਾ ਢੰਗ ਕੀ ਆ, ਫਿਰ ਉਹਨਾਂ ਨੇ ਦੁਬਾਰਾ ਜੇ ਉਹਨਾਂ ਨਾਲ ਗੱਲਬਾਤ ਕਰਨੀ ਹੋਵੇ ਕੋਈ ਇਹਦਾ ਵੇ ਆਫ ਵੀ ਹੋਏਗਾ, ਕੋਈ ਸਾਨੂੰ ਮੈਥਡ ਵੀ ਅਡੋਪਟ ਕਰਨਾ ਪਏਗਾ, ਕਿਸ ਤਰ੍ਹਾਂ ਦਾ ਮੈਥਡ ਜਿਹੜਾ ਹੈ? ਇੱਕ ਮੈਥਡ ਸਿੱਖ ਬੜੀ ਛੇਤੀ ਅਡੋਪਟ ਕਰ ਰਹੇ ਨੇ ਅੱਜ ਕੱਲ੍ਹ, ਜਿਵੇਂ ਜਰਮਨੀ ਦੇ ਵਿੱਚ ਕੀਤਾ ਉਸ ਤਰ੍ਹਾਂ ਦਾ ਨਹੀਂ, ਠੀਕ ਹੈ। ਇੱਕ ਮੈਥਡ ਜਿਹੜਾ ਸਾਨੂੰ ਗੁਰੂ ਨਾਨਕ ਪਾਤਸ਼ਾਹ ਨੇ ਸਿਖਾਇਆ ਸੀ, ਜਬ ਲਗ ਦੁਨੀਆ ਰਹੀ ਇਹ ਨਾਨਕ, ਕਿਛ ਸੁਣੀਏ ਕਿਛ ਕਹੀਏ, ਕਿ ਡਾਇਲੋਗ ਦੇ ਥਰੂ, ਸੰਵਾਦ ਦੇ ਥਰੂ ਕਿਸੇ ਨਾਲ ਗੱਲਬਾਤ ਕਰਨੀ ਆ। ਅਤੇ ਸਿੱਖਾਂ ਨੂੰ ਇਸ ਵੇਲੇ ਵੱਧ ਤੋਂ ਵੱਧ ਸੰਵਾਦ ਦੀ ਲੋੜ ਇਹਨਾਂ ਕਿ ਤੁਸੀਂ ਮੂਲ ਰੂਪ ਵਿੱਚ ਸਿੱਖੀ ਦਾ ਹਿੱਸਾ ਸੀ, ਜੇ ਗੁਰਮਤਿ ਦੀ ਵਿਚਾਰਧਾਰਾ ਦਾ ਪ੍ਰਚਾਰ ਕਰੋਗੇ, ਜੋ ਤੁਸੀਂ ਕੀਤਾ ਇਤਿਹਾਸ ਦੇ ਵਿੱਚ, ਅਸੀਂ ਹੁਣੇ ਦੇਖਿਆ ਕਿ ਉਦਾਸੀ ਸਿੱਖਾਂ ਨੇ ਗੁਰੂ ਨਾਨਕ ਪਾਤਸ਼ਾਹ ਦੀ ਵਿਚਾਰਧਾਰਾ ਨੂੰ ਪ੍ਰਚਾਰਨ ਦੇ ਵਿੱਚ ਬਹੁਤ ਵੱਡਾ ਰੋਲ ਅਦਾ ਕੀਤਾ, ਅਸੀਂ ਮੁਨਕਰ ਨਹੀਂ ਹੋ ਸਕਦੇ। ਉਸ ਰੋਲ ਨੂੰ ਦੁਬਾਰਾ ਤੁਸੀਂ ਆ ਕੇ ਨਿਭਾਓ, ਤੁਹਾਨੂੰ ਜੀਆਂ ਹੈ, ਅਤੇ ਸਾਨੂੰ ਡਾਇਲੋਗ ਦੀ ਲੋੜ ਹੈ ਇਸ ਲਈ। ਅਤੇ ਅਸੀਂ ਇਸ ਬਾਰੇ ਥੋੜ੍ਹੀ ਅਗਲੀ ਨਿਰਮਲੇ ਸੰਪਰਦਾ ਨਾਲ, ਜੋ ਪੰਜਾਬੀ ਯੂਨੀਵਰਸਿਟੀ ਦੁਆਰਾ ਐਫਰਟਸ ਕੀਤੇ ਗਏ ਨੇ ਨਿਰਮਲੇ ਸੰਪਰਦਾ ਨੂੰ ਆਪਣੇ ਨਾਲ ਮਨਾਉਣ ਲਈ, ਉਹ ਬੜੇ ਫਰੂਟਫੁੱਲ ਰਹੇ ਨੇ, ਅਤੇ ਉਦਾਸੀਆਂ ਨਾਲ ਵੀ ਇਸ ਤਰ੍ਹਾਂ ਦੇ ਹੋ ਸਕਦੇ ਨੇ। ਜਿਹੜੀ ਦੂਸਰੀ ਗੱਲ ਆ, ਸਾਰੇ ਉਦਾਸੀ ਆਪਣੇ ਆਪ ਨੂੰ ਹਿੰਦੂ ਮਤ ਦਾ ਹਿੱਸਾ ਨਹੀਂ ਸਮਝਦੇ, ਉਹਨਾਂ ਦੇ ਵਿੱਚੋਂ ਕੁਝ ਕੁ ਨੇ ਜਿਹੜੇ ਸਮਝਦੇ। ਮੇਰੀ ਜਿਹੜੀ ਸ਼ੁਰੂਆਤ ਆ ਉਹ ਬਾਬਾ ਸ਼੍ਰੀ ਚੰਦ ਤੋਂ ਨਹੀਂ, ਉਹ ਤੇ ਲਾਰਡ ਸ਼ਿਵਾ ਤੇ ਚੱਲ ਰਹੀ ਆ, ਫਿਰ ਸਾਰੀ ਟ੍ਰੈਡੀਸ਼ਨ ਡਿਫਰੈਂਟ ਹੋ ਜਾਂਦੀ। ਮੈਂ ਹੁਣੇ ਵੀਰ ਜੀ ਇੱਕ ਗੱਲ ਕੀਤੀ ਸੀ ਕਿ ਸਾਡੇ ਦੇਸ਼ ਦੇ ਵਿੱਚ ਜਿਵੇਂ ਅੱਜ ਵੀ ਸਿੱਖੀ ਨੂੰ ਖਤਮ ਕਰਨ ਦੀਆਂ ਬੜੀਆਂ ਸਾਜ਼ਿਸ਼ਾਂ ਹੋ ਰਹੀਆਂ ਨੇ, ਇਹ ਜਿਹੜੀਆਂ ਸੰਸਥਾਵਾਂ ਦੇ ਨਾਮ ਬਦਲ ਸਕਦੇ ਨੇ ਜਿਹੜੀਆਂ ਸਿੱਖੀ ਨੂੰ ਖਤਮ ਕਰ ਰਹੀਆਂ ਨੇ, ਬਟ ਇੱਕ ਥੌਟ ਚੱਲ ਰਹੀ ਆ ਉਸ ਦੇਸ਼ ਦੇ ਵਿੱਚ ਜਿਹੜੀ ਸ਼ੁਰੂ ਤੋਂ ਸਿੱਖੀ ਨੂੰ ਖਤਮ ਕਰਨ ਦੀ ਕੋਸ਼ਿਸ਼ ਦੇ ਵਿੱਚ ਆ। ਇਹ ਥੌਟ ਨੇ ਲਾਰਡ ਬੁੱਧਾ ਦੀ ਜਿਹੜੀ ਟੀਚਿੰਗ ਸੀ, ਇੱਕ ਧਰਮ ਇੱਕ ਟਾਈਮ ਆਇਆ ਸੀ ਜਦੋਂ ਮਹਾਤਮਾ ਬੁੱਧ ਦਾ ਬੁੱਧ ਧਰਮ ਵੀ ਪੂਰੀ ਤਰ੍ਹਾਂ ਐਲੀਮੀਨੇਟ ਕਰਕੇ ਰੱਖ ਦਿੱਤਾ ਸੀ, ਉਹ ਨਿਰੰਤਰ ਕੰਟੀਨਿਊਟੀ ਦੇ ਵਿੱਚ ਕੰਮ ਕਰੀ ਜਾ ਰਹੀ ਹੈ। ਮਤਲਬ ਤੁਸੀਂ ਇਹ ਦੇਖੋ, ਬੜੀਆਂ ਐਗਜ਼ਾਮਪਲ ਦਿੰਦੇ ਨੇ, ਬਾਕੀ ਦਰਬਾਰ ਸਾਹਿਬ ਦੇ ਆਲੇ ਦੁਆਲੇ ਕਿੰਨੇ ਜ਼ਿਆਦਾ ਮੰਦਰ ਸਟੈਬਲਿਸ਼ ਹੋ ਚੁੱਕੇ ਨੇ, ਅਤੇ ਉਹਨਾਂ ਦੇ ਜਦੋਂ ਤੁਸੀਂ ਨਾਂ ਪੜੋਗੇ, ਨਾਂ ਕੋਈ ਆਮ ਨਹੀਂ ਹੁੰਦਾ ਲਿਖਿਆ ਹੁੰਦਾ, ਪ੍ਰਾਚੀਨ ਐਨਸ਼ੀਅੰਟ ਹਿੰਦੂ ਟੈਂਪਲ, ਠੀਕ ਹੈ। ਮਤਲਬ ਇਹ ਜਿਹੜਾ ਹਿੰਦੂ ਟੈਂਪਲ ਆ ਇਹ ਗੁਰੂ ਨਾਨਕ ਪਾਤਸ਼ਾਹ ਤੋਂ ਵੀ ਪਹਿਲਾਂ ਦੇ ਹੈਗੇ ਨੇ। ਨਹੀਂ ਭੈਣ ਜੀ, ਉਹ ਬਿਲਕੁਲ ਡਿਫਰੈਂਟ ਟੋਪਿਕ ਹੈ, ਉਹ ਤੇ ਫੇਸਬੁੱਕ ਦੇ ਉੱਤੇ ਜਿਹੜੀ ਬੜੀ ਝੂਠੀ ਜਿਹੜੀ ਵੀ ਐਪ ਸੀ ਉਹ ਵਾਇਰਲ ਹੋਇਆ ਸੀ, ਇਸ ਤਰ੍ਹਾਂ ਕੋਈ ਗੱਲ ਨਹੀਂ। ਨਹੀਂ ਮੈਂ ਉਹ ਤੁਹਾਨੂੰ ਮੈਂ ਦਿਖਾ ਸਕਦਾ, ਫੇਸਬੁੱਕ ਇੰਡੀ ਸੋਨੀ ਹੈਗੀ ਹੈ।
ਅੰਦਰ ਜਿਹੜੀਆਂ ਫਰੈਸਕੋ ਹੈਗੀਆਂ ਉਹ 18ਵੀਂ ਸਦੀ ਵਾਲੀਆਂ ਹੈਗੀਆਂ, ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਵਾਲੀਆਂ ਸਭ, ਠੀਕ ਹੈ। ਮਹਾਰਾਜ ਜਿਹੜੀਆਂ ਫਰੈਸਕੋ ਪੇਂਟਿੰਗਸ ਹੈਗੀਆਂ ਦਰਬਾਰ ਸਾਹਿਬ ਦੇ ਸਿੱਖਾਂ ਦੇ ਵਿੱਚੋਂ ਕੋਈ ਸਿੱਖ ਹੈ ਜਿਹਨਾਂ ਨੇ ਭਗਤ ਹੋਏ ਜੀ ਉਹਨੇ ਬਾਣੀ ਵਿੱਚ? ਹਾਂਜੀ ਵੀਰ ਜੀ, ਕਿਉਂਕਿ ਉਦਾਸੀ ਸਿੱਖਾਂ ਦੇ ਵਿੱਚ ਕੋਈ ਐਸਾ ਭਗਤ ਕੋਈ ਹੈ ਜਿਹਨਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੋਈ? ਨਹੀਂ, ਬਾਣੀ ਵੀ ਉਹਨਾਂ ਨੇ ਆਪਣੇ ਵੱਖਰੇ ਗ੍ਰੰਥ ਲਿਖੇ ਆ, ਜਿਵੇਂ ਆਪਣੇ ਹੁਣ ਡੇਰਿਆਂ 'ਤੇ ਉਹ ਮਾਤਰਾਵਾਂ ਦਾ ਪਾਠ ਕਰਦੇ ਨੇ, ਅਤੇ ਮਾਤਰਾਵਾਂ ਕਹਿੰਦੇ ਨੇ ਬਾਬਾ ਸ਼੍ਰੀ ਚੰਦ ਦੁਆਰਾ ਜਿਹੜੀਆਂ ਨੇ ਉਚਾਰਨ ਕੀਤੀਆਂ ਗਈਆਂ ਸੀ, ਠੀਕ ਹੈ। ਆਰਤਾ ਵੀ ਆਸਨ, ਮਤਲਬ ਬੜਾ ਕੁਝ ਆ। ਗੁਰੂ ਨਾਨਕ ਪਾਤਸ਼ਾਹ ਦੀ ਪ੍ਰੇਸ ਦੇ ਵਿੱਚ ਬਾਬਾ ਸ਼੍ਰੀ ਚੰਦ ਨੇ ਆਰਤਾ ਉਚਾਰਨ ਕੀਤਾ ਸੀ। ਇਹ ਬਾਣੀ ਵੀ ਪੜ੍ਹਦੇ ਨੇ, ਇਹ ਨਹੀਂ, ਪਰ ਨਾਲ ਦੇ ਨਾਲ ਜਿਹੜੀ ਬਾਬਾ ਸ਼੍ਰੀ ਚੰਦ ਦੀ ਜਿਹੜੀ ਮਾਤਰਾ ਹੈ ਉਹਦਾ ਪਾਠ ਵੀ ਉਹਨਾਂ ਡੇਰਿਆਂ 'ਤੇ ਹੋ ਚੁੱਕਾ ਹੈ। ਹੁਣ ਕਹਿਣ ਤੋਂ ਬਾਅਦ ਕਿ ਦਿਨ ਬ ਦਿਨ ਜੋ ਮੈਂ ਦੇਖਿਆ, ਕਿਉਂਕਿ ਆਪਣੇ ਏਰੀਏ ਦੇ ਵਿੱਚ ਹਿੰਦੂਇਜ਼ਮ ਦੇ ਇਨਫਲੂਐਂਸ ਜੈਂਡਰ ਦੇ ਜ਼ਿਆਦਾ ਜਾ ਰਹੇ ਨੇ, ਕਿਉਂਕਿ ਜਿਹੜਾ ਸਾਡਾ ਸੰਵਾਦ ਆ ਉਹ ਘੱਟਦਾ ਜਾ ਰਿਹਾ ਇਹਨਾਂ ਦੇ ਨਾਲ। ਕੋਈ ਡਿਸਕਸ਼ਨ ਨਹੀਂ ਹੋ ਰਹੀ, ਕਿਤੇ ਬੈਠ ਕੇ ਗੱਲਬਾਤ ਨਹੀਂ ਹੋ ਰਹੀ, ਅਤੇ ਫਿਰ ਨੈਚੁਰਲੀ ਜਦੋਂ ਅਸੀਂ ਕਿਸੇ ਵੱਲੋਂ ਕਿਨਾਰਾ ਕਰ ਲਾਂਗੇ, ਹੌਲੀ 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 ਉਹ ਚੀਜ਼ ਸਾਡੇ ਤੋਂ ਦੂਰ ਚਲੀ ਜਾਏ। ਹੋਰ ਕਿਸੇ ਦਾ ਕੋਈ ਸਵਾਲ ਹੋਏ ਜੀ? ਹਾਂਜੀ, ਕਿੱਥੇ ਜੀ? ਬਾਠ ਸਾਹਿਬ, ਮਤਲਬ ਛੇ ਪਾਤਸ਼ਾਹ ਬਾਰੇ ਐਗਜੈਕਟ ਨਹੀਂ ਆਪਾਂ ਕਹਿ ਸਕਦੇ, ਗੁਰੂ ਅੰਗਦ ਦੇਵ ਪਾਤਸ਼ਾਹ ਬਾਰੇ ਨਹੀਂ ਮਿਲਦਾ, ਠੀਕ ਹੈ ਜੀ। ਅਤੇ ਗੁਰੂ ਅਮਰਦਾਸ ਪਾਤਸ਼ਾਹ, ਗੁਰੂ ਰਾਮਦਾਸ ਪਾਤਸ਼ਾਹ, ਗੁਰੂ ਅਰਜਨ ਦੇਵ ਜੀ, ਠੀਕ ਹੈ, ਉਹਨਾਂ ਨੇ ਬੋਰਡ ਲਾਇਆ, ਬਟ ਹਿਸਟੋਰੀਕਲੀ ਸਾਨੂੰ ਬਾਕੀ ਮੈਨੂੰ ਕੋਈ ਸ਼ਿਓਰਿਟੀ ਨਹੀਂ ਹੈਗੀ ਉਸ ਬਾਰੇ। ਲਈਏ ਅੱਗੇ ਜੀ, ਅਤੇ ਅਗਲਾ ਜਿਹੜਾ ਹੁਣ ਲੈਕਚਰ ਹੋਏਗਾ ਤੁਸੀਂ ਪਲੀਜ਼ ਉਹਦੀ ਨੋਟ ਕਰ ਲੈਣਾ, 30th July ਨੂੰ ਹੋਏਗਾ ਨਿਰਮਲੇ ਸਿੱਖਾਂ ਦੇ ਉੱਤੇ। ਫੁੱਲ ਚੁੱਕ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।